ਪੰਜਾਬੀ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਪਰਮੇਸ਼ ਸਿੰਘ ਵਿਦਵਾਲੀ ਸਵਿਟਜ਼ਰਲੈਂਡ ਦੇ ਵਿੱਚ ਕਹਾਵਤ ਹੈ ਕਿ ਜਿਹੜੇ ਘਰ ਖਾਲੀ ਪਏ ਹੁੰਦੇ ਨੇ ਉਹ ਹਮੇਸ਼ਾ ਰੌਲਿਆਂ ਦੇ ਨਾਲ ਭਰੇ ਹੁੰਦੇ ਨੇ ਰਤਨ ਜੀ ਕੀ ਹਾਲ ਚਾਲ ਵਧੀਆ ਜੀ ਠੀਕ ਠਾਕ ਚੜਦੀ ਕਲਾ ਜੀ ਕੱਲ ਸਰਪੰਚੀ ਚੋਣਾਂ ਦਾ ਜੀ ਨਾਮਜ਼ਦਗੀ ਦਾ ਆਖਰੀ ਦਿਨ ਸੀ ਬਿਲਕੁਲ ਪਰ ਜਿਹੜੀ ਕੱਲ ਗੁੰਡਾਗਰਦੀ ਦੇਖਣ ਨੂੰ ਮਿਲੀ ਆ ਮਤਲਬ ਸ਼ਰਮਸਰ ਕਰਨ ਵਾਲੀ ਆ ਹੂੰ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਬਚਿਆ ਜਿਆ ਕਿੱਥੋਂ ਕੋਈ ਤਸਵੀਰ ਜਾਈ ਸਾਹਮਣੀ ਨਾ ਆਏ ਹੋਵੇ ਹਮ ਖਾਸ ਕਰਕੇ ਮੂਗਾ ਫਿਰੋਜ਼ਪੁਰ ਹਮ ਜਾਂ ਆਪਾਂ ਇਧਰਲੇ ਵਾਸਤੇ ਫਰੀਦਕੋਟ ਬਿਲਕੁਲ ਜੀ ਇਹ ਤਾਂ ਅੰਮ੍ਰਿਤਸਰ ਤੋਂ ਤਾਂ ਕਾਫੀ ਹਮ ਖਬਰਾਂ ਆਉਂਦੀਆਂ ਰਹਿਣਾ ਕਾਫੀ ਤਸਵੀਰਾਂ ਵੀ ਇਨ ਆਈਆਂ ਹਮ ਖੁਸ਼ਕ ਤਸਵੀਰਾਂ ਲੋਕਾਂ ਨੇ ਦੇਖੀਆਂ ਕੁਸ਼ਕ ਨਹੀਂ ਤਸਵੀਰਾਂ ਦੇਖੀਆਂ ਤੇ ਬਹੁਤ ਮਾੜੀ ਗੱਲ ਆ ਹਮ ਬਦਲਾਅ ਵਾਸਤੇ ਬਹੁਤ ਮਾੜੀ ਗੱਲ ਆ ਹਾਂ ਬਹੁਤ ਲੋਕ ਇਹਦੇ ਤੇ ਵੀ ਚਰਚਾ ਕਰ ਰਹੇ ਆ ਵੀ ਪਹਿਲਾਂ ਤਾਂ ਵੀ ਆਏ ਹੁੰਦਾ ਸੀ ਪਹਿਲਾਂ ਤਾਂ ਇਦੋਂ ਵੀ ਖਤਰਨਾਕ ਹੋ ਜਾਂਦਾ ਸੀ ਪਰ ਗੱਲ ਪਹਿਲਾਂ ਦੀ ਨਹੀਂ ਨਾ ਤੇ ਪਹਿਲਾਂ ਹੁੰਦਾ ਸੀ ਤਾਂ ਹੀ ਨਮਿਆਂ ਨੂੰ ਲੈ ਕੇ ਆਏ ਸੀ ਨਾ ਬਿਲਕੁਲ ਕਿ ਜਿਹੜੀ ਪਾਰਟੀ ਪਿਛਲੇ ਸਾਰਿਆਂ ਦੇ ਢਾਂਚੇ ਨੂੰ ਖਤਮ ਕਰਕੇ ਇੱਕ ਨਵਾਂ ਸਿਸਟਮ ਸਿਰਜਣ ਦੇ ਨਾਮ ਦੇ ਉੱਪਰ ਆਈ ਸੀ ਕਿ ਅਜਾਇਆ ਕੁਝ ਵੀ ਨਹੀਂ ਹੋਵੇਗਾ ਸਭ ਕੁਝ ਜੋ ਲੋਕਤੰਤਰੀ ਤਰੀਕੇ ਦੇ ਨਾਲ ਹੋਵੇਗਾ ਜੀ ਪਰ ਉਹ ਸਭ ਕੁਝ ਕੱਲ੍ਹ ਦੇਸ ਗਿਆ ਕਿਹੜੀ ਨਵੀਂ ਪਾਰਟੀ ਪੰਜਾਬ ਦੇ ਵਿੱਚ ਆਈ ਆ ਇਹਨੇ ਪਿਛਲੀਆਂ ਪਾਰਟੀਆਂ ਦੇ ਨਾਲੋਂ ਜਾਂ ਪਿਛਲੀਆਂ ਸਰਕਾਰਾਂ ਦੇ ਨਾਲੋਂ ਕਿੰਨਾ ਇੱਕ ਸਿਸਟਮ ਬਦਲਦਾ ਇੱਕ ਹੋਰ ਵੀ ਗੱਲ ਲੱਗੀ ਵੀ ਜਿਵੇਂ ਤਾਂ ਵਾਲੇ ਸਿਸਟਮ ਦੀ ਥੱਲੇ ਦੇ ਸਿਸਟਮ ਤੇ ਕੋਈ ਕਮਾਂਡ ਨਹੀਂ ਹੁੰਦੀ ਜਾਂ ਤਾਂ ਵਾਲੇ ਸਿਸਟਮ ਨੂੰ ਥੱਲੇ ਦੇ ਸਿਸਟਮ ਦਾ ਕੋਈ ਫਿਕਰ ਹੀ ਨਹੀਂ ਹੁੰਦਾ ਹੂੰ ਜਾਂ ਆਪਾਂ ਕਹਿ ਦਈਏ ਵੀ ਮੰਤਰੀਆਂ ਨੂੰ ਲਾ ਲਓ ਜਾਂ ਆਪਾਂ ਕਹਿ ਦਈਏ ਵੀ ਮੁੱਖ ਮੰਤਰੀ ਦੀ ਜੇ ਆਪਾਂ ਸਿੱਧੀ ਕਰ ਜੀ ਦੇਖੋ ਜੀ ਕੱਲ ਪੰਜਾਬ ਚ ਕਿੰਨਾ ਕੁਝ ਹੁੰਦਾ ਰਿਹਾ ਹੂੰ ਤਕਰੀਬਨ 3 ਥਾਂ ਤੋਂ ਵਾ ਥਾਂ ਦੇ ਉੱਪਰ ਤੱਕ ਗੋਲੀ ਚੱਲੀ ਆ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਇਸ ਦੇ ਉੱਪਰ ਕੋਈ ਬਿਆਨ ਆਇਆ ਨਾ ਪੰਚਾਇਤ ਮੰਤਰੀ ਦਾ ਕੋਈ ਬਿਆਨ ਆਇਆ ਤੇ ਜਿਹੜੇ ਕਮਿਸ਼ਨਰ ਸਾਹਿਬ ਨੇ ਉਤੋਂ ਸ਼ਾਇਦ ਕਿਤੇ ਮੁੱਠਿਆਈ ਨਹੀਂ ਰੇ ਮੈਂ ਚਲੋ ਮੁੱਖ ਮੰਤਰੀ ਤੇ ਪੰਚਾਇਤ ਮੰਤਰੀ ਦਾ ਬਿਆਨ ਤਾਂ ਆਉਣਾ ਚਾਹੀਦਾ ਸੀ ਹਾਂ ਕੋਈ ਨਾਲ ਦੀ ਨਾਲ ਆਰਡਰ ਵੀ ਜਾਰੀ ਹੋਣ ਹੋਣੇ ਚਾਹੀਦੇ ਸੀਗੇ ਚਲੋ ਲੋਕ ਦਿਖਾਵਾ ਹੀ ਕਰ ਲੈਂਦੇ ਪਰ ਸਰਕਾਰ ਗਾਇਬਾ ਹੂੰ ਪੰਚਾਇਤੀ ਚੋਣਾਂ ਦੀ ਅਨਾਊਂਸਮੈਂਟ ਕਰਨ ਤੋਂ ਬਾਅਦ ਪੰਜਾਬ ਸਰਕਾਰ ਉਸ ਤਰੀਕੇ ਦੇ ਨਾਲੋਂ ਆਪਣੇ ਬਿਆਨ ਨੂੰ ਲੈ ਕੇ ਸਰਗਰਮੀਆਂ ਨੂੰ ਲੈ ਕੇ ਉਵੇਂ ਗਾਇਬ ਨਜ਼ਰ ਆ ਰਹੀ ਆ। ਹੂੰ ਕਿ ਜਿਵੇਂ ਉਹ ਇੱਕ ਨਾ ਇੱਕ ਮੂਡ ਹੁੰਦਾ ਰਿਲੈਕਸ ਵਾਲਾ। ਜੀ ਕਿ ਜਦੋਂ ਚੋਣਾਂ ਖਤਮ ਹੁੰਦੀਆਂ ਉਸ ਤੋਂ ਬਾਅਦ ਕੋਈ ਪਾਰਟੀਆਂ, ਵਿਧਾਇਕ ਨਾ ਹਫ਼ਤਾ ਕ ਐਨਜੋਏ ਕਰਨ ਦੇ ਲਈ ਬਾਹਰ ਜਾਂਦੇ ਨੇ। ਹੂੰ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਬੰਦੇ ਹੁਣ ਐਨਜੋਏ ਕਰ ਰਹੇ ਆ। ਦੋ ਗੱਲਾਂ ਗੀਆਂ। ਇੱਕ ਤਾਂ ਸਾਰੇ ਵਿਧਾਇਕਾਂ ਨੂੰ ਹੂੰ ਇਹ ਪੈ ਗਈ ਵੀ ਅਸੀਂ ਆਪਦੇ ਏਰੀਏ ਦੇ ਵਿੱਚ ਜਿਹੜੇ-ਜਿਹੜਿਆਂ ਨਾਲ ਵਾਅਦਾ ਕੀਤਾਗਾ ਹੂੰ ਉਹਨਾਂ ਨੂੰ ਬਣਾ ਦਗੇ ਸਰਪੰਚ ਪੰਚ ਬਿਲਕੁਲ ਦੂਜੀ ਹੋੜ ਤੁਹਾਨੂੰ ਪਤਾ ਹੀ ਆ ਜਿਹਦੇ ਬਾਰੇ ਆਪਾਂ ਬਾਅਦ ਦੇ ਵਿੱਚ ਗੱਲ ਕਰਨੀ ਆ ਜੋ ਉੱਤੇ ਇਹਨਾਂ ਦਾ ਕਾਟੋ ਕਲੇਸ਼ ਚੱਲ ਰਿਹਾ ਹੈਗਾ ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੁਣ ਇਹਦੇ ਚ ਇੱਕ ਹੋਰ ਵੀ ਆ ਗੱਲ ਤੁਹਾਨੂੰ ਇੱਕ ਮੈਂ ਪੜ੍ਹ ਕੇ ਵੀ ਸੁਣਾ ਦੂੰਗਾ ਹਮ ਕਈ ਲੋਕਾਂ ਨੇ ਫੇਸਬੁੱਕ ਦੇ ਉੱਤੇ ਲਿਖ ਕੇ ਪਾਇਆ ਹੈਗਾ ਇਹਨਾਂ ਦੇ ਪੁਰਾਣੇ ਵਰਕਰਾਂ ਨੇ ਜੀ ਉਹ ਕਹਿੰਦੇ ਵੀ ਦਰਗਾ ਛਾੜਦੇ ਤਾਂ ਸੀ ਰਹਿ ਗਏ ਸਰਪੰਚੀ ਪੰਚੀ ਕੋਈ ਹੋਰ ਲੈ ਗਿਆ ਹਮ ਜ਼ਿਆਦਾਤਰ ਜਿਹੜੇ ਸਰਪੰਚ ਜਾਂ ਪੰਚ ਬਣ ਰਹੇ ਆ ਇਨਾਂ ਦੇ ਬੰਦੇ ਜਿਨ੍ਹਾਂ ਨੂੰ ਕਹਿ ਰਹੇ ਹੈ ਵੀ ਸਾਡਾ ਬੰਦਾ ਬਣ ਗਿਆ ਵੀ ਆਹ ਪਾਰਟੀ ਦਾ ਬੰਦਾ ਬਣ ਗਿਆ ਉਹ ਜ਼ਿਆਦਾ ਉਥੋਂ ਹੀ ਆਏ ਆ ਜਿੱਥੋਂ ਇਹ ਆਏ ਆ ਹੂੰ ਕਿ ਜਿੱਥੋਂ ਦਾ ਉਹਨਾਂ ਦੇ ਐਮਐਲਏ ਕੋਈ ਪਿਛਲੀ ਪਾਰਟੀ ਚੋਂ ਛਾਲ ਮਾਰੀ ਜ਼ਿਆਦਾਤਰ ਆਏ ਆ ਕਹਿਣ ਦਾ ਭਾਵ ਇਹ ਹੈ ਵੀ ਜਿਹੜਿਆਂ ਨੇ 2014 ਤੋਂ ਲੈ ਕੇ ਵਰਕ ਕੀਤਾ ਹੂੰ ਜਾਂ ਜਦੋਂ ਇਹ ਪਾਰਟੀ ਹੋਂਦ ਦੇ ਵਿੱਚ ਆਈ ਉਦੋਂ ਵਰਕ ਕੀਤਾ ਜਦੋਂ ਇਹ ਪਾਰਟੀ ਦੇ ਪੰਜਾਬ ਚ ਜਾਂ ਆਪਾਂ ਕਹਦੇ ਆ ਵੀ ਸਾਰੇ ਭਾਰਤ ਦੇ ਵਿੱਚ ਪੈਰ ਲੱਗਣੇ ਸ਼ੁਰੂ ਹੋਏ ਹੂੰ ਉਦੋਂ ਵਰਕ ਕੀਤਾ ਉਹਨਾਂ ਦੀ ਕੋਈ ਪੁੱਗਤ ਨਹੀਂ ਹੂੰ ਉਹਨਾਂ ਦਾ ਕੋਈ ਉਹ ਨਹੀਂ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਮੋਗੇ ਦੇ ਵਿੱਚੋਂ ਨੇ ਇਹਨਾਂ ਦੇ ਐਕਟਿਵ ਵਰਕਰ ਨੇ ਪੁਰਾਣੇ ਜੀ ਉਹਨਾਂ ਨੇ ਆਪਦੇ ਫੇਸਬੁੱਕ ਦੇ ਉੱਤੇ ਕੀ ਲਿਖ ਕੇ ਪਾਇਆ ਤੁਹਾਨੂੰ ਪੜ੍ਹ ਕੇ ਮੈਂ ਸੁਣਾ ਦਿੰਦਾਗਾ ਹੂੰ ਤੇ ਤ로우 ਨਾਮ ਤਾਂ ਆਪਾਂ ਕੀ ਲੈਣਾਗਾ ਉਹਨਾਂ ਨੇ ਇਹ ਲਿਖ ਕੇ ਪਾਇਆਗਾ ਬਹੁਤੀ ਕਹਿੰਦੇ ਭਰੇ ਮਨ ਨਾਲ ਅੱਜ ਲਿਖਣਾ ਪੈ ਰਿਹਾ ਹੈ ਕਿ ਪੰਚਾਇਤੀ ਇਲੈਕਸ਼ਨਾਂ ਲਈ ਫਾਰਮ ਭਰਨ ਸਮੇਂ ਅੱਜ ਮੇਰੀ ਆਪਣੀ ਹੀ ਪਾਰਟੀ ਦੇ ਕੁਝ ਲੋਕਾਂ ਵੱਲੋਂ ਮੇਰੇ ਮਾਤਾ ਜੀ ਤੇ ਫਾਈਲ ਜਮ੍ਹਾਂ ਕਰਾਉਣ ਸਮੇਂ ਹਮਲਾ ਕੀਤਾ ਗਿਆ ਹੂੰ 10 ਸਾਲ ਮਿਹਨਤ ਕਰਨ ਤੋਂ ਬਾਅਦ ਸਰਪੰਚੀ ਖਾਤਰ ਬਣੇ ਇਨਕਲਾਬੀਆਂ ਨੇ ਤੋਹਫੇ ਵਜੋਂ ਮਾਤਾ ਜੀ ਦੀ ਰੀੜ ਦੀ ਹੱਡੀ ਤੇ ਸੱਟ ਮਾਰਤੀ ਵਾਹ ਐਮਐਲਏ ਸਾਹਿਬ ਨੂੰ ਨਵੇਂ ਸਰਪੰਚ ਮੁਬਾਰਕ ਸਾਨੂੰ ਕੀ ਪਤਾ ਸੀ ਇਹ ਇਨਕਲਾਬ ਲੈ ਕੇ ਆਉਣਾ ਇਹਨਾਂ ਨੇ ਫਿਰ ਉਹ ਫਿਰ ਇੱਕ ਹੋਰ ਆਪਦਾ ਅਪਡੇਟ ਕਰਦੇ ਨੇ ਜੀਰਾ ਹਲਕੇ ਵਿੱਚ ਆਮ ਆਦਮੀ ਪਾਰਟੀ ਵਿੱਚ ਮੈਂ ਪਹਿਲੇ ਇਨਸਾਨ ਸੀ ਜਿਸ ਨੇ ਕਟਾਰੀਆ ਸਾਹਿਬ ਨੂੰ ਸਮਰਥਨ ਦਿੱਤਾ ਸੀ ਅੱਜ ਮੇਰੀ ਭਾਜੀ ਮੋੜਤੀ ਐਮਐਲਏ ਸਾਹਿਬ ਨੇ ਇਹ ਇਹਨਾਂ ਦੇ ਆਪ ਦੇ ਬੰਦੇ ਆ ਤੇ ਅੱਜ ਜਦੋਂ ਜਦੋਂ ਤੱਕ ਇਹ ਅਸੀਂ ਇਹਨਾਂ ਨੇ ਪਾਇਆਗਾ ਉਦੋਂ ਤੱਕ ਇਹਨਾਂ ਦੀ ਜਿਹੜੀ ਡੀਪੀ ਆ ਫੇਸਬੁੱਕ ਦੇ ਉੱਤੇ ਫੇਸਬੁੱਕ ਦੇ ਉੱਤੇ ਲਿਖ ਕੇ ਪਾਇਆ ਇਹਨਾਂ ਨੇ ਹੂੰ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀ ਵਾਲ ਉਹ ਲੱਗੀ ਵੀ ਆ ਹੂੰ ਮਤਲਬ ਕਿ ਆਪਣੇ ਇਹ ਇਹਨਾਂ ਦੇ ਉਹ ਵਰਕਰ ਆ ਜਿਹੜੇ ਕੋਰ ਵਰਕਰ ਆ ਜਿਹੜੀਆਂ ਕੋਰ ਟੀਮਾਂ ਆ ਇਹਨਾਂ ਦੀਆਂ ਜਿਹੜੇ ਆਪਾਂ ਵਲੰਟੀਅਰ ਕਹਿੰਦੇ ਆ ਇਹਨਾਂ ਨੂੰ ਹੂੰ ਹੁਣ ਆਪਾਂ ਗੱਲ ਕੀਤੀ ਸੀ ਟੂਰ ਤੇ ਜਾਣ ਦੀ ਕਿ ਵਿਧਾਇਕ ਇਹ ਪਰ ਟੂਰ ਉਹ ਨਹੀਂ ਹੂੰ ਇਹ ਸ਼ਾਇਦ ਜਿਹੜੀ ਸਰਕਾਰ ਆ ਇਹ ਤਾਂ ਚੋ ਬੈਠੀ ਹੈ ਕਿ ਜਾਂ ਉਤੋਂ ਸੰਦੇਸ਼ ਮਿਲ ਗਿਆ ਹੋਊਗਾ ਕਿ ਭਾਈ ਆਪਾਂ ਗਿਣਤੀ ਦੋਣੀ ਆਪਣੇ ਸਰਪੰਚਾਂ ਦੀ ਤੁਸੀਂ ਸਾਮ ਦਾਮ ਦੰਡ ਭੇਦ ਨਾਲ ਕਿਵੇਂ ਵੀ ਆਪਣੇ ਸਰਪੰਚ ਬਣਾਓ ਸਰਕਾਰ ਤੁਹਾਨੂੰ ਨਹੀਂ ਬੁਲਾਵੇਗੀ ਸਰਕਾਰ ਸੁੱਤੀ ਰਹੇਗੀ ਫਾਈਲਾਂ ਕਿਵੇਂ ਖਲਾਰੀਆਂ ਗੰਨਾ ਉਹ ਤਾਂ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਪਹਿਲਾਂ ਫੜ ਫੜ ਕੇ ਖੋਹ ਕੇ ਪਾੜ ਕੇ ਕਾਗਜ਼ ਕਿਸੇ ਦਾ ਸਿਰ ਖੁੱਲਿਆ ਕਿਸੇ ਦੀ ਬਾਹ ਤੇ ਸੱਟਾ ਉਹ ਤਸਵੀਰਾਂ ਮਤਲਬ ਵੰਡੀ ਭਾਈ ਦੀ ਤਸਵੀਰਾਂ ਕੋਈ ਫਿਰੋਜ਼ਪੁਰ ਏਰੀਏ ਦੀ ਹੋਰ ਇਲਾਕੇ ਦੀ ਤਸਵੀਰਾਂ ਕੋਈ ਧਰਮਕੋੜ ਦੀ ਇੱਕ ਤਸਵੀਰ ਆਈ ਮੋਗੇ ਤੋਂ ਇੱਕ ਤਸਵੀਰ ਆਈ ਜੈਤੋ ਤੋਂ ਅਲੱਗ ਅਲੱਗ ਤਸਵੀਰਾਂ ਦੇਖਣ ਨੂੰ ਮਿਲੀਆਂ ਬਿਲਕੁਲ ਮਤਲਬ ਕਹਿੰਦੇ ਇੱਕ ਬੰਦੇ ਨੂੰ ਤਾਂ ਵਿਧਾਇਕ ਸਾਹਿਬ ਨੇ ਕਿਡਨਾਪ ਹੀ ਕਰ ਲਿਆ ਹੂੰ ਇਹ ਵੀ ਰੌਲਾ ਪੈ ਰਿਹਾ ਹੈਗਾ ਹਾਂ ਹੁਣ ਇੱਕ ਹੋਰ ਵੀ ਇਹਦੇ ਵਿੱਚ ਜਿੱਥੇ ਜ਼ਿਆਦਾ ਪਿੰਡਾਂ ਦੇ ਵਿੱਚ ਚਲੋ ਆਪਾਂ ਦਾ ਕਹਿਣਾ ਹੈ ਵੀ ਅਮਨ ਸ਼ਾਂਤੀ ਦੇ ਨਾਲ 15 ਤਰੀਕ ਨੂੰ ਚੋਣਾ ਹੋਣਾ ਹੂੰ ਤੇ ਨਤੀਜੇ ਵੀ ਅਮਨ ਸ਼ਾਂਤੀ ਦੇ ਨਾਲ ਆਉਣ ਕੋਈ ਖੜਕਾ ਦੜਕਾ ਨਾ ਹੋਵੇ ਪਰ ਜ਼ਿਆਦਾ ਸੰਭਾਵਨਾ ਆ ਸਾਡੇ ਇਲਾਕੇ ਚ ਤਾਂ ਇਹ ਜਿਹੀ ਆ ਗੱਲ ਹੋਈ ਪਈ ਆ ਵੀ ਜਿੱਥੇ ਦੋ ਆਪ ਪਾਰਟੀ ਦੇ ਬੰਦੇ ਖੜੇ ਆ ਹੂੰ ਉੱਥੇ ਅੰਦਰਲੀ ਰਿਪੋਰਟ ਇਹ ਆ ਰਹੀ ਆ ਵੀ ਕੋਈ ਹੋਰ ਪੱਟੇ ਸਿਆਪਾਣਾ ਖੜਾ ਹੋ ਜੇ ਹੂੰ ਐ ਵੀ ਹੋਣ ਦੀ ਉਮੀਦ ਆ ਪਰ ਜੇ ਇਹਦਾ ਕੁਝ ਕੱਲ ਲੱਛਣ ਦੇਖਣ ਨੂੰ ਮਿਲੇ ਇਹ ਜੇ ਤਾਂ ਆਉਣ ਵਾਲੇ ਦਿਨ ਕੋਈ ਵਧੀਆ ਨਹੀਂ ਪਰ ਆਪਾਂ ਤਾਂ ਅਰਦਾਸ ਕਰਦੇ ਆ ਵੀ ਠੀਕ ਆ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਵੀ ਥੋੜਾ ਜਿਆ ਕਸੂ ਕੰਮ ਬਿਲਕੁਲ ਜੀ ਇਸ ਤੋਂ ਪਹਿਲੇ ਸਰਪੰਚੀ ਚੋਣਾਂ ਸੋ ਹੁੰਦੀਆਂ ਸੀ ਸਿਆਲ ਚ ਦਸੰਬਰ ਜਾਂ ਜਨਵਰੀ ਚ ਹੁੰਦੀਆਂ ਹੁੰਦੀਆਂ ਸੀ ਉਹ ਸਿਆਲ ਹੁੰਦਾ ਸੀ ਹਮ ਹੁਣ ਚੋਣਾਂ ਹੋ ਰਹੀਆਂ ਸੀ ਮਤਲਬ ਮੌਸਮ ਬਦਲਣ ਦੇ ਦੌਰ ਦੇ ਵਿੱਚ ਹਾਂ ਕੱਲ ਗਰਮੀ ਬਹੁਤ ਜ਼ਿਆਦਾ ਸੀ ਹਮ ਪਿਛਲੇ ਇੱਕ ਹਫ਼ਤੇ ਤੋਂ ਗਰਮੀ ਆਪਣੇ ਰੰਗ ਦਿਖਾ ਰਹੀ ਸੀ ਹਮ ਨਾ ਹੀ ਤਾਂ ਕਿਤੇ ਕੋਈ ਟੈਂਟ ਦਾ ਖਾਸ ਪ੍ਰਬੰਧ ਸੀ ਬਿਲਕੁਲ ਲੋਕ ਧੁੱਪੇ ਲਾਈਨਾਂ ਵਿੱਚ ਖੜੇ ਹੋਏ ਸੀ ਤੇ ਨਾ ਹੀ ਪਾਣੀ ਦਾ ਪਾਣੀ ਦਾ ਵੀ ਨਹੀਂ ਸੀ ਮਜੀਠਾ ਤੋਂ ਬਗਰਾ ਮੁਜੀਤਾਂ ਲੋਕ ਪਤਾ ਹੈ ਬਾਹਰ ਆ ਰਹੇ ਸੀ ਜਿਵੇਂ ਕਿਸੇ ਸੁਰੰਗ ਚੋਂ ਬਾਹਰ ਆ ਰਹੇ ਹੋਣ ਕਿਨੇ ਸ਼ੈਲਟਰ ਲਾਇਕ ਇਹਦੇ ਮੁੜਕੋ ਮੁੜਕੀ ਲੋਕ ਬੁਰੇ ਹਾਲ ਕਿ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ ਮਤਲਬ ਕਿ ਸਰਕਾਰ ਆਮ ਆਦਮੀ ਪਾਰਟੀ ਜਿਹੜਾ ਕੱਲ ਨਾਮਯਾਦ ਕੀਦਾ ਆਖਰੀ ਦਿਨ ਸੀ ਪ੍ਰਬੰਧ ਕਰਨ ਚ ਅਸਫਲ ਰਹੀ ਆ ਬਿਲਕੁਲ ਫੇਲ ਆ ਤੇ ਇਹਤੇ ਵੀ ਕੋਈ ਬਿਆਨਬਾਜ਼ੀ ਨਹੀਂ ਜਿਵੇਂ ਸ਼ਾਂਤੀ ਬਣਾਈ ਹੋਈ ਹੈ ਕਿ ਜਿਵੇਂ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੁੰਦੀ ਤੇ ਜਿਵੇਂ ਲੋਕਾਂ ਨੇ ਕਰਨ ਭਾਈ ਤੁਸੀਂ ਕਰੀ ਜਾਓ ਇਹ ਤਾਂ ਤੁਸੀਂ ਦੇਖੋ ਵੀ ਜਦੋਂ ਉਹ 2 ਕਰੋੜ ਵਾਲਾ ਮਾਮਲਾ ਸਾਹਮਣੇ ਆਉਂਦਾ ਸਾਰੀ ਆਮ ਪਾਰਟੀ ਦੀ ਇਹਨਾਂ ਦੀ ਮੇਨ ਲੀਡਰਸ਼ਿਪ ਜਾਂਦੀ ਆ ਚੋਣ ਕਮਿਸ਼ਨਰ ਨੂੰ ਪੱਤਰ ਦੇਣੀ ਠੀਕ ਆ ਗੱਲ ਬਹੁਤ ਵਧੀਆ ਪਰ ਆ ਹੁਣ ਜਿਹੜਾ ਕੱਲ ਕੁਝ ਹੋਇਆ ਕਿਤੇ ਕੁਝ ਵੀ ਨਹੀਂ ਉਹ ਵੀ ਕਹਿੰਦੇ ਤਾਂ ਜਾਵੜੇ ਜਿਹੜੀ ਚਰਚਾ ਹੋ ਰਹੀ ਆ ਕਿ ਉਹ ਬੰਦੇ ਦੇ ਗੱਲ ਦੇ ਵਿੱਚ ਬੀਜਪੀ ਦਾ ਪੱਟਾ ਪਾਇਆ ਹੋਇਆ ਸੀ ਜੇ ਉਹ ਕਿਤੇ ਪੱਟਾ ਨਾ ਪਾਇਆ ਹੁੰਦਾ ਜਾਂ ਉਹ ਬੰਦਾ ਆਮ ਆਦਮੀ ਪਾਰਟੀ ਦਾ ਹੁੰਦਾ ਫੇਰ ਸ਼ਿਕਾਇਤ ਲੈ ਕੇ ਜਾਂਦੇ ਨੇ ਹੋਰ ਵੀ ਇਧਰੋਂ ਵੀ ਮੋਗੇ ਕਣੀਓ ਖਬਰ ਆਈ ਹੈ ਵੀ ਉਹਦੇ ਚ ਵੀ ਸ਼ਾਇਦ ਕੋਈ ਭਾਜਪੀ ਤੇ ਹੋਰ ਸ਼ਾਇਦ ਕਾਂਗਰਸੀਆਂ ਦੀ ਲੜਾਈ ਹੋਈ ਆ ਪਤਾ ਨਹੀਂ ਕਿਸੇ ਹੋਰ ਪਾਰਟੀ ਦੀ ਚਲੋ ਕੋਈ ਵੀ ਆ ਪਰ ਇਹਨਾਂ ਨੂੰ ਬੋਲਣਾ ਚਾਹੀਦਾ ਸੀ ਬੋਲੇ ਨਹੀਂ ਸੁਣ ਪਸਰੀ ਰਹੀ ਤੇ ਸਭ ਤੋਂ ਵੱਡਾ ਸਵਾਲ ਕੱਲ ਤੱਕ ਵੀ ਇਹ ਹੁੰਦਾ ਰਿਹਾ ਵੀ ਜਿਹੜੇ ਪੰਚਾਇਤ ਸਕੱਤਰ ਨੇ ਸੈਕਟਰੀ ਨੇ ਉਹਨਾਂ ਨੂੰ ਲੈ ਕੇ ਬਹੁਤ ਸਵਾਲੀਆ ਚਿੰਨ ਹਮ ਤੇ ਮੈਨੂੰ ਲੱਗਦਾ ਹੈਗਾ ਵੀ ਬਹੁਤ ਲੋਕ ਘਟ ਨੇ ਜਿਨ੍ਹਾਂ ਤੇ ਕਾਰਵਾਈ ਹੋਊਗੀ ਹੁਣ ਤੱਕ ਤਾਂ ਕੋਈ ਨਜ਼ਰ ਆ ਨਹੀਂ ਰਹੀ ਹਮ ਕਿ ਵਿਧਾਇਕ ਜੀਰਾ ਸਾਹਿਬ ਪਹੁੰਚੇ ਹੋਏ ਨੇ ਹਾਈ ਕੋਰਟ ਹਮ ਆਪਣੀ ਸੁਰੱਖਿਆ ਨੂੰ ਲੈ ਕੇ ਹਮ ਤੇ ਉਸ ਪੂਰੇ ਮਾਮਲੇ ਚ ਹਜੇ ਤੱਕ ਕੋਈ ਪੁਲਿਸ ਦਾ ਵਰਜਨ ਨਹੀਂ ਆਇਆ ਕਿ ਪਈ ਅਸੀਂ ਕਿਹੜੇ ਬੰਦਿਆਂ ਤੇ ਐਫ ਆਈ ਆਰ ਕਰਤੀ ਕੀਤੇ ਨਹੀਂ ਕੀਤੀ ਉਹ ਇੱਕ ਸਸਪੈਂਸ ਬਣਿਆ ਹੋਇਆ ਹਮ ਮਤਲਬ ਚੁੱਪੀ ਕਿਉਂ ਹੈ ਇੱਕਾ ਤੁਸੀਂ ਠੀਕ ਹੋ ਤੁਸੀਂ ਪ੍ਰਬੰਧ ਵਧੀਆ ਕੀਤਾ ਤੁਸੀਂ ਅੱਗੇ ਆਓ ਜੀ ਤੁਸੀਂ ਫਰੰਟ ਤੇ ਆ ਕੇ ਆਖੋ ਨਹੀਂ ਸਾਡੇ ਪ੍ਰਬੰਧ ਠੀਕ ਸੀ ਜੀ ਇਹਦੇ ਕੋਈ ਸ਼ਰਾਰਤੀ ਆਂਸਰ ਸੀ ਤੁਸੀਂ ਕੁਝ ਤਾਂ ਬੋਲੋ ਨਾ ਹੁਣ ਇੱਥੇ ਤਾਂ ਇਹ ਹੋ ਗਿਆ ਨਾ ਜੀਰੇ ਵਾਲਾ ਕੰਮ ਤਾਂ ਇਹ ਹੋ ਗਿਆ ਵੀ ਪਹਿਲਾਂ ਤਾਂ ਕੁਲਬੀਰ ਜੀਰਾ ਐ ਕਰਦੇ ਰਹੇ ਹੁਣ ਇਹਨਾਂ ਨੇ ਐ ਕਰਤਾ ਇੱਕ ਤਾਂ ਐ ਸੀ ਪਰ ਹੁਣ ਇਹਨਾਂ ਦੇ ਆਪ ਦੇ ਵਰਕਰ ਹੀ ਬੋਲਣ ਲੱਗੇ ਹਮ ਆਪ ਦੇ ਵਰਕਰ ਹੀ ਬੋਲਣ ਲੱਗੇ ਵੀ ਤੱਕਾ ਸਾਡੇ ਨਾਲ ਵੀ ਹੋ ਰਿਹਾ ਹੈਗਾ ਹਮ ਤੁਸੀਂ ਦੇਖੋ ਕੱਲ ਜੀਰਾ ਜੀ ਤਾਂ ਉਹ ਮਤਲਬ ਕਿਸ ਤਰੀਕੇ ਨਾਲ ਪ੍ਰਬੰਧ ਕੀਤੇ ਹੋਏ ਸੀ ਮਤਲਬ ਪੰਚਾਇਤੀ ਚੋਣਾਂ ਜਿਸ ਤਰੀਕੇ ਦਾ ਪ੍ਰਬੰਧ ਆਪਾਂ ਪਹਿਲੀ ਵਾਰ ਦੇਖਿਆ ਇਹ ਕਿਵੇਂ ਲੋਕ ਚੋਣ ਲਾਈਨ ਚੋਂ ਠੀਕ ਆ ਪਰ ਪੁਲਿਸ ਕਿਵੇਂ ਤਣਾਸੀ ਉੱਥੇ ਕਿ ਅਜਿਹੇ ਹਾਲਾਤ ਕਿਉਂ ਬਣ ਰਹੇ ਆ ਤਾਂ ਜਿੱਥੇ ਤਾਂ ਹੁਣ ਖਬਰ ਆ ਗਈ ਬਈ ਗੋਲੀ ਚੱਲ ਗਈ ਕਿਸ ਦੀ ਫਾਈਲ ਖੋ ਕੇ ਲੈ ਕੇ ਕਿਸ ਦੀ ਪਾਰਟੀ ਕਿਸ ਨੂੰ ਅੰਦਰ ਨਹੀਂ ਵੜਨ ਦਿੱਤਾ ਇਹ ਤੋਂ ਜਿਹੜੀਆਂ ਖਬਰਾਂ ਆਈਆਂ ਉਹ ਆ ਪਰ ਇਸ ਤੋਂ ਹੋਰ ਵੀ ਹਾਲਾਤ ਕਿੰਨੇ ਮਾੜੇ ਹੋਣਗੇ ਇੱਕ ਗੱਲ ਆ ਜਿਵੇਂ ਚੁਣੇ ਜਾਣੇ ਆ ਬੰਦੇ ਹੂੰ ਸਭ ਤੋਂ ਪਹਿਲਾਂ ਜੇ ਚੁਣੇਗੇ ਬੰਦਿਆਂ ਤੋਂ ਹੀ ਜ਼ਿਆਦਾਤਰ ਦੇ ਰੰਗ ਬਦਲਨੇ ਆ ਪੱਗਾਂ ਦੇ ਰੰਗ ਵੀ ਬਦਲ ਜਾਣੇ ਆ ਤੇ ਉਹ ਵੀ ਰੰਗ ਬਦਲ ਜਾਣੇ ਆ ਬਿਲਕੁਲ ਜਿਵੇਂ ਜਿਵੇਂ 27 ਨੇੜੇ ਆ ਉਹ ਸਾਰੇ ਰੰਗ ਬਦਲਦੇ ਜਾਣੇ ਆ ਤੁਸੀਂ ਦੇਖੋ ਨਾ ਜੇਕਰ ਕੱਲ ਜਿਹੜੇ ਬੰਦਿਆ ਨੇ ਹੁਣ ਪੰਜਾਬ ਦੇ ਵਿੱਚ ਮੈਂਬਰ ਬਾਨਾ ਜਾਂ ਸਰਪੰਚ ਬਾਨਾ ਉਹਨਾਂ ਦੇ ਉੱਪਰ ਹੀ ਕਾ ਲਾਠੀ ਚਾਰਜ ਹੋ ਗਿਆ ਹਮ ਜਿਹੜੀ ਲੋਕਤੰਤਰ ਤੋਂ ਛੋਟੀ ਇੱਕਸਤੀਆ ਪੰਚਾਇਤ ਜਾਂ ਚੋਣ ਜਿਹੜਾ ਨੀਵੰਨੀ ਆਂਦੀ ਆ ਲੋਕਤੰਤਰ ਦੀ ਜਿਹੜੇ ਉਹਨਾਂ ਤੇ ਨਮਾਇੰਦਿਆਂ ਉੱਪਰ ਹੀ ਪਹਿਲੇ ਲਾਠੀ ਚਾਰਜ ਹੋਗੇ ਫਿਰ ਆਮ ਲੋਕ ਕਿੱਥੇ ਜਾਣਗੇ ਭਾਈ ਹੂੰ ਇਹ ਕਾ ਤੁਹਾਡੇ ਤੋਂ ਉਹੀ ਪ੍ਰਬੰਧ ਠੀਕ ਨਹੀਂ ਹੋ ਰਿਹਾ ਫਿਰ ਸਿੱਕੀ ਤੋਂ ਕੋਈ ਆਸ ਉਮੀਦ ਰੱਖ ਸਕਦੇ ਹਾਂ ਤੇ ਜੇ ਇਹ ਹਾਲਾਤ ਕੱਲ ਵਾਲੇ ਪੰਜਾਬ ਦੇ ਸੀ ਜੇ ਕੰਟੀਨਿਊ 15 ਤੱਕ ਵੀ ਅਜਿਹਾ ਕੁਝ ਬੰਦਦਾ ਤਾਂ ਫਿਰ ਸੋਚਣਾ ਪਵੇਗਾ ਇੱਕ ਹੋਰ ਗੱਲ ਆ ਜਿਹੜੀ ਹੈਗੀ ਆ ਵਿਰੋਧੀ ਤਰ੍ਹਾਂ ਹੂੰ ਉਹ ਵੀ ਐਕਟਿਵ ਨਜ਼ਰ ਆਈ ਜਿਹੜਾ ਕਾਲੀਦਾਲਾ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰੀ ਹੁਣ ਜੇ ਦੋ ਪੰਜਾਬ ਦੀਆਂ ਪਾਰਟੀਆਂ ਹੂੰ ਪੂਰਾ ਮਤਲਬ ਰੌਲਾ ਪਾ ਰਹਿਨਾ ਤੇ ਸੱਤਾਤਰ ਪਾਰਟੀ ਦਾ ਉਵੇਂ ਕੋਈ ਗੱਲਬਾਤ ਸਾਹਮਣੇ ਨਹੀਂ ਨਿਕਲ ਕੇ ਆ ਰਹੀ ਬਿਲਕੁਲ ਮਰਾਪਾ ਆਵਾਂ ਦੀ ਪਾਰਟੀ ਦਾ ਪੇਜ ਵੀ ਇੱਕ ਚੈੱਕ ਕਰ ਲੈਣਾ ਕਿਤੇ ਉਹਨੇ ਕੋਈ ਹੁਣ ਟਵੀਟ ਨਾ ਕਰਤਾ ਹੋਵੇ ਹੂੰ ਆਪਣਾ ਪੱਖ ਰੱਖਦਿਗੇ ਭਾਈ ਪਰ ਇਹ ਹੋਣਾ ਚਾਹੀਦਾ ਸੀਗਾ ਪਰ ਕੱਲ ਜਿਹੜਾ ਆ ਕਾਗਜ਼ ਖਿਲਾਰਨ ਵਾਲੀ ਕਾਗਜ਼ ਪਾੜਨ ਵਾਲੀ ਫਾਈਲਾਂ ਵਾਲੀ ਇਹ ਜਿਹੜੀਆਂ ਤਸਵੀਰਾਂ ਸਾਹਮਣੇ ਨੇ ਬਹੁਤ ਮਦਭਾਗੀ ਤਸਵੀਰਾਂ ਹਾਂ ਹਾਂ ਆ ਜੇ ਹੁਣ ਇਹਦੇ ਤੇ ਉਹੀ ਪੱਖ ਆ ਵੀ ਸਾਰੇ ਇਹੀ ਕਹਿ ਦਿੰਦੇ ਆ ਵੀ ਪਹਿਲਾਂ ਵਾਲੇ ਵੀ ਆਏ ਜੀ ਪਹਿਲਾਂ ਵਾਲੇ ਦਾ ਇੰது ਜ਼ਿਆਦਾ ਵੀ ਕਰਦੇ ਹੁੰਦੇ ਸੀ ਗੱਲ ਜੇ ਫਿਰ ਪਹਿਲਾਂ ਵਾਲਿਆਂ ਤੇ ਖੜੇ ਰੱਖਣੀ ਆ ਫੇਰ ਤਾਂ ਆਪਾਂ ਕੁਝ ਕਰਨ ਹੀ ਨਾ ਸਕਦੇ ਜੇ ਤੁਸੀਂ ਵਿਚਾਰਤਾ ਰਹੀ ਉਹੋ ਜੀ ਬਣ ਗਈ ਬਿਲਕੁਲ ਜੀ ਆਮ ਆਦਮੀ ਪਾਰਟੀ ਚੁੱਪ ਹੈ ਜੀ ਉਹਨਾਂ ਦਾ ਕੋਈ ਵੀ ਬਿਆਨ ਆਪਣੇ ਫੇਸਬੁਕ ਅਕਾਊਂਟ ਦੇ ਉੱਪਰ ਤਾਂ ਨਹੀਂ ਹਾਂ ਜਦੋਂ ਤੱਕ ਆਪਾਂ ਰਿਕਾਰਡ ਕਰ ਰਹੇ ਹਾਂ ਕਰ ਰਹੇ ਹਾਂ ਸਵੇਰ ਤੱਕ ਅੱਜ ਹੁਣ ਬਹੁਤੇ ਵਿਧਾਇਕਾਂ ਨੂੰ ਲੈ ਕੇ ਤਾਂ ਹੋਰ ਚਰਚਾ ਹੋ ਰਹੀ ਆ ਕਿਉਂ ਨਾ ਨੇ ਪਹਿਲਾਂ ਹੀ ਤੈਅ ਕਰਤਾ ਸਾਡਾ ਵੀ ਆਹ ਬੰਦਾ ਬੰਨਣਾ ਤੇ ਇਹੀ ਬੰਨਣਾ ਤੁਸੀਂ ਜੋਰ ਲੱਖ ਲਾ ਲਓ ਜੇ ਤੁਸੀਂ ਇੱਕ ਪੋਸਟ ਗੱਲ ਕੀਤੀ ਕਿ ਰੀੜ ਦੀ ਹੱਡੀ ਤੋੜਤੀ ਸੱਟ ਮਾਰੀ ਗਈ ਸੱਟ ਮਾਰੀ ਹਾਂ ਰਹੀ ਹੋਈ ਤੇ ਸੱਟ ਮਾਰੀ ਤੇ ਬੰਦੇ ਇਹਨੇ ਗਾਂਹ ਤੱਕ ਪਹੁੰਚ ਗਏ ਕਿ ਜਦੋਂ ਬੰਦਾ ਆਪਣੀ ਫਾਇਲ ਸਬਮਿਟ ਕਰ ਰਿਹਾ ਇੱਕ ਹੋਰ ਸਭ ਤੋਂ ਵੱਡੀ ਗੱਲ ਇਹ ਇਲੈਕਸ਼ਨਾਂ ਦੇ ਵਿੱਚ ਹਰ ਮਤਲਬ ਜਿੰਨਾ ਰੌਲਾ ਰੱਪਾ ਸਾਹਮਣੇ ਆ ਰਿਹਾ ਹੈਗਾ ਜੇ 10 ਵੀਡੀਓਜ਼ ਆ ਰਹੀਆਂ ਨੇ 2-3 ਵੀਡੀਓਜ਼ ਦੇ ਵਿੱਚ ਬੰਦੇ ਕਹਿ ਰਹੇ ਵੀ ਗੈਂਗਸਟਰ ਹਾਂ ਮਤਲਬ ਵੰਡੀ ਭਾਈ ਤੋਂ ਇੱਕ ਬੰਦਾ ਬੋਲ ਰਿਹਾ ਹੋਰ ਬੋਲ ਰਿਹਾ ਵੀ ਗੈਂਗਸਟਰਾਂ ਦੀ ਇਨਵੋਲਵਮੈਂਟ ਹੋਗੀ ਜੀ ਫੋਨ ਕਰ ਰਹੇ ਆ ਜੀ ਗੋਲੀਆਂ ਚੱਲ ਰਹੀਆਂ ਨੇ ਜੀ ਬਿਲਕੁਲ ਹੁਣ ਇਹ ਇਲਜ਼ਾਮ ਲਗਾਉਂਦੇ ਸੀ ਸੁਖਿੰਦਰ ਸਿੰਘ ਰੰਦਾਵਾਤੇ ਕਿ ਉਹਨਾਂ ਨੇ ਮੁਖ्तार ਹੰਸਾਰੀ ਨੂੰ ਵੀ ਵੀ ਆਈਪੀ ਟ੍ਰੀਟਮੈਂਟ ਦਿੱਤਾ ਜੇਲ੍ਹ ਦੇ ਵਿੱਚ ਹੂੰ ਭਾਈ ਤੁਹਾਡੀ ਸਰਕਾਰ ਨੂੰ 2.5 ਸਾਲ ਹੋ ਗਏ ਹੂੰ ਬੜਾ ਤੁਸੀਂ ਕਹਿੰਦੇ 55 ਲੱਖ ਰੁਪਏ ਦੀ ਕਿ ਉਹ ਮਾਨ ਸਾਹਿਬ ਨੇ ਲੈ ਲਿਆ ਹੂੰ ਕਾਰਵਾਈ ਤੁਸੀਂ ਕਰਨੀ ਸੀ ਨਾ ਹੁਣ ਉਹੀ ਇਲਜ਼ਾਮ ਲੱਗ ਰਿਹਾ ਤੁਹਾਡੇ ਤੇ ਜਿਹੜੇ ਇਲਜ਼ਾਮ ਲੱਗਦੇ ਸੀ ਕਾਂਗਰਸ ਤੇ ਕੈਲ ਦਲ ਦੇ ਉੱਪਰ ਕਿ ਤੁਸੀਂ ਗੈਂਗਸਟਰ ਨੂੰ ਪਾਲਦੇ ਆ ਹੁਣ ਉਹੀ ਤੁਹਾਡੀ ਪਾਰਟੀ ਦੇ ਉੱਪਰ ਲੱਗ ਰਹੇ ਇੱਕ ਹੋਰ ਵੀ ਗੱਲ ਆ ਜੇ ਬੇਹੋ ਨਾ ਸੁਖਜਿੰਦਰ ਰੰਧਾਵਾ ਦਾ ਇੰਟਰਵਿਊ ਤਾਂ ਸਾਰਿਆਂ ਨੇ ਸੁਣੀ ਲਿਆ ਹੋਣਾਗਾ ਹੂੰ ਚਲੋ ਆਪਣੀ ਕੋਈ ਉਹਨਾਂ ਨਾਲ ਉਹਵੇਂ ਹਮਦਰਦੀ ਨਹੀਂ ਆਪਾਂ ਉਹ ਨਾ ਉਹਨਾਂ ਦੇ ਆ ਮਤਲਬ ਕਾਂਗਰਸ ਦੇ ਨਾ ਹੋਰ ਆ ਪਰ ਗੱਲ ਇਹ ਹੈ ਵੀ ਜਿਹੜੇ ਬੰਦੇ ਕੇ ਵੀ ਗੱਲ ਆ ਵੀ ਮੈਂ ਕਿਸੇ ਦਾ ਮੈਨੂੰ ਪੜਿਆ ਟਵੀਟ ਟਵਿੱਟਰ ਦੇਤੇ ਵੀ ਇਹਨਾਂ ਨੇ ਪੈਦਾ ਕੀਤੇ ਆ ਹੂੰ ਫਿਰ ਜੇ ਇਹਨਾਂ ਨੇ ਪੈਦਾ ਕੀਤੇ ਤੁਸੀਂ ਫੜ ਲਓ ਉਹਨਾਂ ਦੇ ਮੂੰਹੋਂ ਕਹਾਓ ਹੂੰ ਛੋਡੇ ਉੱਤੇ ਕਿਹੜੇ ਪਹਿਲਾਂ ਵਾਲੇ ਲੀਡਰ ਦਾ ਹੱਥ ਸੀ ਇਹ ਤਾਂ ਥਾਪੜਾ ਸੀ ਫਿਰ ਆਪੇ ਉਹ ਲੀਡਰ ਦੀ ਬਦਨਾਮੀ ਹੁੰਦੀ ਫਿਰ ਉਹ ਨਾਲੇ ਉਹ ਲੀਡਰ ਤੇ ਕਾਰਵਾਈ ਹੁੰਦੀ ਜੇ ਉਹਦੇ ਚ ਕੋਈ ਭਾਗੀਦਾਰ ਹੋਇਆ ਹੂੰ ਉਹਦੇ ਕੋਈ ਕਾਲੇ ਕਾਰਨਾਮਿਆਂ ਚ ਕਾਰਵਾਈ ਤਾਂ ਤੁਸੀਂ ਕਰਾਉਣੀ ਆ ਨਾ ਬਿਲਕੁਲ ਜੀ ਜਿਹੜਾ ਹੁਣ ਮੇਨ ਕੁਰਸੀ ਦੇ ਉੱਤੇ ਬੈਠਾ ਹੈਗਾ ਉਹਨੇ ਹੀ ਫੜਨਾ ਹੈਗਾ ਪੁਲਿਸ ਪ੍ਰਸ਼ਾਸਨ ਉਹਦੇ ਅੰਡਰ ਆ ਬਿਲਕੁਲ ਗੱਲ ਹੋਰ ਪਾਸੇ ਲੈ ਕੇ ਜਾ ਰਹੇ ਆ ਹੂੰ ਬਸ ਆਹੀ ਕੋਸ਼ਾਬਾਸਾਹੀ ਹੋ ਰਿਹਾਗਾ ਉੱਤੇ ਤੈਨੂੰ ਪਤੀ ਆ ਵੀ ਸਨ ਬਸਰੀ ਵੀ ਆ ਹਾਂ ਹੁਣ ਆਪਾਂ ਉੱਤੇ ਚੱਲਦੇ ਆ ਭਾਈ ਹੂੰ ਮੁੱਖ ਮੰਤਰੀ ਭਗਵੰਤ ਮਾ ਥੋੜੀ ਨਜ਼ਰ ਆਈ ਸੀ ਤਾਂ ਆਪਣੇ ਉਹ ਪਿੰਡ ਪਹੁੰਚਦੇ ਆ ਭਾਈ ਸਤਾਜ ਜੀ ਸਰਪੰਚੀ ਨੂੰ ਲੈ ਕੇ ਸਰਬਸੰਮਤੀ ਕਰਵਾਉਣ ਨੂੰ ਲੈ ਕੇ ਭਾਈ ਜੀ ਫਿਰ ਉਹ ਕਹਿੰਦੇ ਚੰਡੀਗੜ੍ਹ ਚਲੇ ਜਾਂਦੇ ਆ ਜੀ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਅੰਜਾਜ ਨੇ ਜੀ ਜਰਨੈਲ ਸਿੰਘ ਜੀ ਉਹ ਮੁਲਾਕਾਤ ਕਰਦੇ ਨੇ ਹੂੰ ਉਹ ਮੁਲਾਕਾਤ ਤਸਵੀਰ ਸਾਹਮਣੇ ਆ ਜਾਂਦੀ ਆ ਹੂੰ ਪਰ ਜਿਹੜੀਆਂ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਮੁੱਖ ਮੰਤਰੀ ਦਫ਼ਤਰ ਨੂੰ ਲੈ ਕੇ ਜੀ ਮੁੱਖ ਮੰਤਰੀ ਦੇ ਘਰ ਨੂੰ ਲੈ ਕੇ ਹਮਮ ਮੁੱਖ ਮੰਤਰੀ ਵਰਸਸ ਦਿੱਲੀ ਨੂੰ ਲੈ ਕੇ ਹਮ ਜਾਂ ਮਾਨ ਸਾਹਿਬ ਦੇ ਕਰੀਬਨ ਹਟਾਉ ਨੂੰ ਲੈ ਕੇ ਜੀ ਉਹ ਚਿੰਤਾ ਦਾ ਵਿਸ਼ਾ ਹੋਰ ਵੀ ਹੈ ਹਮ ਸ਼ੁਰੂਆਤ ਕਰ ਲੈਣੇ ਆਪਾਂ ਇੱਕ ਜਿਹੜੇ ਅਰਵਿੰਦ ਕੇਜਰੀਵਾਲ ਦੇ ਪੀਏ ਸੀ ਹਮ ਬੈਬ ਕੁਮਾਰ ਹਮ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਇੱਕ ਜਿਹੜੀ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਸੀ ਤੇ ਐਮਪੀ ਸੀ ਹਮ ਉਹਦੀ ਕੁੱਟਮਾਰ ਕੀਤੀ ਸੀ ਉਸ ਤੋਂ ਬਾਅਦ ਉਹ ਸਲਾਹਕਾਂ ਪਿੱਛੇ ਵੀ ਗਏ ਸੀ ਜੀ ਉਹਨਾਂ ਦੀ ਹੁਣ ਜ਼ਮਾਨਤ ਹੋ ਗਈ ਤੇ ਜ਼ਮਾਨਤ ਦੇ ਉੱਪਰੋਂ ਬਾਹਰ ਆਏ ਹੋਏ ਨੇ ਕਿਹਾ ਜਾ ਰਿਹਾ ਹੈ ਚਰਚਾ ਹੈ ਜਾਂ ਫਿਰ ਦਾਵਾ ਕੀਤਾ ਜਾ ਰਿਹਾ ਹੈ ਕਿ ਭਈ ਉਹਨਾਂ ਦੀ ਹੁਣ ਡਿਊਟੀ ਲੱਗ ਗਈ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਦੇ ਹੁਣ ਸਲਾਹਕਾਰ ਹੋਣਗੇ ਉਹ ਆਫਸਰੀ ਤੌਰ ਤੇ ਹੋਣਗੇ ਜਾਂ ਨਹੀਂ ਹੋਣਗੇ ਇੱਕ ਵੱਖਰੀ ਗੱਲ ਕਹਿੰਦੇ ਪਰ ਹੁਣ ਉਹ ਪੰਜਾਬ ਸਰਕਾਰ ਦਾ ਕੰਮ ਦੇਖਣਗੇ ਨਹੀਂ ਜਿਹੜੀ ਮੇਰੇ ਕੋਲ ਜਾਣਕਾਰੀ ਉਹ ਥੋੜੀ ਜਿਹੀ ਦੇ ਉਲਟ ਆ ਹੂੰ ਉਹਨਾਂ ਦੀ ਡਿਊਟੀ ਲੱਗੀ ਆ ਪਾਰਟੀ ਵੱਲੋਂ ਪੰਜਾਬ ਦਾ ਸਾਰਾ ਸਿਸਟਮ ਦੇਖਣ ਦੁਖਣ ਦੀ ਜੀ ਇੱਕ ਉਹਨਾਂ ਦੇ ਨਾਲ ਵਿਜੇ ਨਈਅਰ ਨੇ ਆਲਰੇਡੀ ਮੀਟਿੰਗਸ ਲੈ ਰਹੇ ਆ ਵਕਾ ਐਮ ਐਲ ਐਂ ਦੀਆਂ ਐਮ ਪੀਆਂ ਦੀਆਂ ਹੂੰ ਜਾਗਵਾਨੀਆਂ ਜਿਹੜੇ ਵੈਵਪ ਕੁਮਾਰ ਆ ਜਿਹੜਾ ਆਪਣਾ ਮਤਲਬ ਸਰੋਤ ਆ ਹੂੰ ਜਾਂ ਆਪਣਾ ਜਿਹੜਾ ਸੂਤਰ ਆ ਉਹ ਇਹ ਦੱਸ ਰਿਹਾ ਹੈ ਵੀ ਉਹਨਾਂ ਦੀ ਫਾਈਲ ਪਈ ਆ ਟੇਬਲ ਦੇ ਉੱਤੇ ਹੂੰ ਹਰੇਕੋ ਗੀ ਨਹੀਂ ਵੱਜੀ ਜੀ ਪ੍ਰਤਾਪ ਬਾਜਵਾ ਸ਼ਾਇਦ ਬਹੁਤ ਕਾਲ ਕਰ ਗਏ ਹੂੰ ਪੋਸਟ ਕਰਨ ਦੇ ਵਿੱਚ ਜੋ ਮੈਨੂੰ ਲੱਗ ਰਿਹਾ ਹੈ ਨਿੱਜੀ ਤੌਰ ਦੇ ਤੇ ਪਰ ਹਾਂ ਜੇ ਐਲੋਪੀ ਵਿਰੋਧੀ ਧਿਰ ਦੇ ਲੀਡਰ ਨੇ ਕੋਈ ਚੀਜ਼ ਪਾਈ ਐਕਸ ਦੇ ਉੱਤੇ ਉਹਦਾ ਜਵਾਬ ਜੇ ਨਹੀਂ ਦੇ ਰਹੀ ਪੰਜਾਬ ਸਰਕਾਰ ਬਹੁਤ ਵੱਡਾ ਅਲੀਗੇਸ਼ਨ ਆ ਹਾਂ ਕਿ ਜੇ ਕਰਦੀ ਸੱਚੀ ਹਾਂ ਹਾਂ ਠੀਕ ਹੈ ਇਹ ਗੱਲ ਠੀਕ ਹੈ ਇੱਕ ਪੱਖ ਇਹ ਆਉਂਦਾ ਸਾਡੀ ਕਿਸੇ ਲੀਡਰ ਨਾਲ ਵੀ ਗੱਲ ਹੋਈ ਉਹ ਕਹਿੰਦੇ ਵੀ ਜਵਾਬ ਦੇਣਾ ਨਾ ਦੇਣਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਇਹ ਤਾਂ ਪਾਰਟੀ ਨੇ ਦੇਖਣਾ ਵੀ ਹਰ ਗੱਲ ਦਾ ਵੀ ਉਹਨਾਂ ਦੇ ਮਤਲਬ ਸਾਰਾ ਜਿਹੜਾ ਕਹਿਣ ਦਾ ਮਤਲਬ ਸੀ ਵੀ ਲੋਕ ਤਾਂ ਬੋਲੀ ਜਾਂਦੇ ਆ ਜਾਂ ਪਰ ਵਿਰੋਧੀ ਧਿਰ ਦਾ ਇਹੋ ਲੀਡਰ ਬੋਲ ਰਿਹਾ ਉਹ ਨਾ ਉਹਵੇਂ ਲੋਕਾਂ ਚ ਉਹਵੇਂ ਨਹੀਂ ਹੁੰਦਾ ਉਹ ਇੱਕ ਜਿਹੜਾ ਅਲੀਗੇਸ਼ਨ ਲਾ ਰਿਹਾ ਉਹ ਠੀਕ ਹੈ ਜੇ ਤੁਸੀਂ ਉਹਨੂੰ ਨਹੀਂ ਇੰਪੋਰਟੈਂਸ ਦੇਣੀ ਉਹ ਤੁਹਾਡੇ ਹੀ ਅ ਸ਼ਬੀ ਖਰਾਬ ਹੁੰਦੀ ਆ ਬਿਲਕੁਲ ਹਾਂ ਜੇ ਤੁਸੀਂ ਕੁਝ ਕਰਕੇ ਮਤਲਬ ਦਿਖਾਉਣਾਗਾ ਮਤਲਬ ਜਿਵੇਂ ਹੁਣ ਵੈਵ ਕੁਮਾਰ ਦੀ ਗੱਲ ਆ ਜੇ ਉਹ ਨਹੀਂ ਲੱਗੂਗਾ ਫਿਰ ਆਪੇ ਹੀ ਲੋਕਾਂ ਨੂੰ ਜਵਾਬ ਮਿਲ ਜੂਗਾ ਸੋਡੇ ਥਰੂ ਹੋ ਜਾਣਾਗਾ ਪਰ ਉਹਦੀ ਫਾਈਲ ਪਈ ਆ ਹਾਂ ਇਹ ਚਰਚਾ ਜ਼ਰੂਰ ਆ ਵੀ ਉਹਨੂੰ ਇੱਕ ਵੱਡਾ ਇੱਕ ਅਹੁਦਾ ਮਤਲਬ ਇੱਕ ਕਲਰਕ ਦੇ ਤੌਰ ਦੇ ਉੱਤੇ ਕਲਰਕ ਹੀ ਹੁੰਦਾ ਹੈਗਾ ਸਲਾਹਕਾਰ ਜਾਂ ਕੁਝ ਵੀ ਉਹਨੂੰ ਪੋਆਇੰਟ ਕੀਤਾ ਜਾ ਸਕਦਾ ਹੈਗਾ ਹਾਂ ਪਰ ਪੰਜਾਬ ਨੂੰ ਇਹ ਬਰਦਾਸ਼ਤ ਨਹੀਂ ਹੋਊਗਾ ਵੀ ਇੱਕ ਪੀਏ ਹਾਂ ਜਾਂ ਦਿੱਲੀ ਤੋਂ ਆਇਆ ਇੱਕ ਕਲਰਕ ਹੂੰ ਉਹ ਪੰਜਾਬ ਨੂੰ ਚਲਾਵੇ ਹਾਂ ਠੀਕ ਹੈ ਪੰਜਾਬ ਪਿਛਲੇ 2.5 ਸਾਲਾਂ ਤੋਂ ਜਾਂ ਉਵੇਂ ਚੱਲ ਰਿਹਾ ਉੱਥੋਂ ਪਰ ਫੇਰ ਵੀ ਮੁੱਖ ਮੰਤਰੀ ਦਾ ਕਿਤੇ ਨਾ ਕਿਤੇ ਦਬਦਬਾ ਸੀ ਹਾਂ ਮੁੱਖ ਮੰਤਰੀ ਦੀ ਕਾਬਦੀ ਵੱਖਰੀ ਪਛਾਣ ਸੀ ਪਰ ਹੁਣ ਜਿਹੜੀ ਗੱਲਬਾਤ ਹੋ ਰਹੀ ਆ ਕਿਉਂਕਿ ਉੱਥੇ ਜੋ ਸਾਡਾ ਇਨਫੋਰਮੇਸ਼ਨ ਆਈ ਉੱਥੇ ਕਈ ਚੀਜ਼ਾਂ ਡਿਸਕਸ ਹੋਈਆਂ ਉੱਥੇ ਇਹ ਵੀ ਡਿਸਕਸ ਹੋਇਆ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਜਾਂ ਮੁੱਖ ਮੰਤਰੀ ਦੇ ਮਤਲਬ ਧੜੇ ਵਾਲੇ ਬੰਦੇ ਉਹ ਕਹਿੰਦੇ ਸੀ ਵੀ ਸਾਡੇ ਬੰਦੇ ਵੀ ਲੱਗੇ ਰਹਿਣ ਦੋ ਤੁਸੀਂ ਆਪਦੇ ਬੰਦੇ ਪਾਇੰਟ ਕਰ ਲਓ ਆਪਾਂ ਇੱਕ ਕੋਆਰਡੀਨੇਸ਼ਨ ਦੇ ਨਾਲ ਇੱਕ ਮਤਲਬ ਤਾਲਮੇਲ ਦੇ ਨਾਲ ਚੱਲਾਂਗੇ ਪਰ ਉੱਪਰੋਂ ਕੋਰੀ ਨਾ ਹੋਗੀ ਪਰ ਉਹ ਸਖਤ ਹਦਾਇਤਾਂ ਸੀ ਵੀ ਤੁਸੀਂ ਫਲਾਣੇ ਫਲਾਣੇ ਬੰਦੇ ਪਾਸੇ ਕਰੋ। ਬਿਲਕੁਲ। ਪਰ ਸਾਡਾ ਜਿਹੜਾ ਆਪਣਾ ਸੂਤਰਾ ਉਹ ਇਹ ਦੱਸ ਰਿਹਾ ਵੀ ਦੋ ਬੰਦੇ ਪਾਸੇ ਕਰ ਦਿੱਤੇ ਗਏ ਆ। ਹੂੰ। ਤੇ ਇੱਕ ਤਾਂ ਓਮਕਾਰ OSD ਹੂੰ ਇੱਕ ਜਿਹੜਾ ਟਰੈਕਟਰ ਸੀ। ਵੱਧਵਾ ਉਹ ਪਾਸੇ ਕਰਤਾ। ਇੱਕ ਹੋਰ ਰਾਤ ਜਿਹੜੀ ਵੱਡਾ ਜਿਹੜਾ ਫੇਰ ਬਦਲ ਮੀਡੀਆ ਵਾਲੇ ਪਾਸੇ ਚ ਹੀ ਹੋਇਆਗਾ। ਉਹਨਾਂ ਨੂੰ ਪਾਸੇ ਕਰਤਾ। ਦੋਵਾਂ ਦਾ ਤਾਂ ਆਫੀਸ਼ੀਅਲੀ ਪਤਾ ਲੱਗ ਗਿਆ। ਹੂੰ। ਹੁਣ ਇੱਕ ਗੱਲ ਇਹ ਵੀ ਚੱਲ ਰਹੀ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੰਨਾ ਤੋਂ ਅਸਤੀਫੇ ਹੋਰ ਲਏ ਜਾ ਸਕਦੇ ਆ ਪਰ ਇੱਕ ਬੰਦਾ ਇਹ ਵੀ ਕਹਿ ਰਿਹਾ ਹੈ ਵੀ ਅਸਤੀਫੇ ਹੋ ਗਏ ਨੇ ਹੂੰ ਅਸਤੀਫੇ ਹੋ ਗਏ ਕੰਮ ਨਿਭੜ ਚੁੱਕਿਆ ਹੈਗਾ ਬਿਲਕੁਲ ਬਸ ਰਸਮੀ ਐਲਾਨ ਹੋਣਾ ਬਾਕੀ ਆ ਜਾਂ ਉਹਦੇ ਅੰਗੂ ਵੀ ਮਾਨ ਸਾਹਿਬ ਅੜੇ ਬੈਠੇ ਨੇ ਹੂੰ ਪਰ ਹਾਂ ਇਹ ਗੱਲ ਜ਼ਰੂਰ ਥੋੜੀ ਜੀ ਹੈਗੀ ਆ ਜਿਹੜੀ ਪਹਿਲੇ ਦਿਨਾਂ ਤੋਂ ਹੀ ਪ੍ਰਭਾਵ ਪਾਉਂਦੀ ਜਾ ਰਹੀ ਆ ਵੀ ਮੁੱਖ ਮੰਤਰੀ ਦੀ ਛਵੀ ਪੂਰੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਹੂੰ ਪਰ ਹਾਂ ਉਹਦੇ ਚ ਫਿਰ ਇਹ ਗੱਲ ਵੀ ਸਾਹਮਣੇ ਆ ਜਾਂਦੀ ਆ ਵੀ ਕੀ ਮੁੱਖ ਮੰਤਰੀ ਐਨਾ ਲਾਚਾਰ ਐਨਾ ਬੇਵਬਸੀ ਵੀ ਉਹ ਤੋਂ ਕੁਝ ਹੋਈ ਨਹੀਂ ਬਿਲਕੁਲ ਜਾਂ ਮੁੱਖ ਮੰਤਰੀ ਕਿਹੜੀ ਗੱਲ ਤੋਂ ਡਰਦਾ ਹੈਗਾ ਹਮ ਹਮ ਹੁਣ ਕਹਨ ਵਾਲੇ ਤਾਂ ਇਹ ਵੀ ਕਹਿੰਦੇ ਆ ਵੀ 2.5 ਸਾਲਾਂ ਤੋਂ ਮੁੱਖ ਮੰਤਰੀ ਤੋਂ ਆਪਦੀ ਲੋਬੀ ਨਹੀਂ ਬਣੀ ਹਮ ਜੇ ਮੁੱਖ ਮੰਤਰੀ ਕੋਲੇ 19 ਬੰਦੇ ਹੋਣ ਜਾਂ ਮੁੱਖ ਮੰਤਰੀ ਅੱਖ ਚੱਕ ਪਾ ਕੇ ਗੱਲ ਕਰ ਸਕੇ ਫੇਰ ਗੱਲ ਹੋਰ ਆ ਤੁਸੀਂ ਇੱਕ ਗੱਲ ਯਾਦ ਹੋਣੀ ਆ ਵੀ ਜਦੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਬਣ ਕੇ ਸੌਂ ਜਾ ਕੇ ਪਹਿਲੀ ਵਾਰ ਦਿੱਲੀ ਜਾਂਦੇ ਆ ਹਮ ਤੇ ਜਾ ਕੇ ਕੇਜਰੀਵਾਲ ਦੇ ਪੈਰੀ ਹੱਥ ਲਾ ਦਿੰਦੇ ਆ ਲੋਕਾਂ ਨੇ ਕਬੂਲ ਨਹੀਂ ਕੀਤੀ ਸੀ ਗੱਲ ਹਾਂ ਹਾਲਾਂਕਿ ਆਪਣੇ ਸੱਭਿਆਚਾਰ ਸੱਭਿਆਚਾਰ ਦੇ ਵਿੱਚ ਬਜ਼ੁਰਗਾਂ ਦੇ ਪੈਰੀ ਹੱਥ ਲਾਉਣਾ ਜਾਂ ਉਵੇਂ ਹੈਗਾਗਾ ਪਰ ਉਹ ਚੀਜ਼ ਨੂੰ ਲੋਕਾਂ ਨੇ ਇਹੀ ਦੇਖਿਆ ਵੀ ਦਿੱਲੀ ਦੇ ਪੈਰੀ ਹੱਥ ਲਾਉਣਾ ਇਹ ਪੰਜਾਬ برداشت ਨਹੀਂ ਕਰੂਗਾ ਤੇ ਕਰੂਗਾ ਵੀ ਨਹੀਂ ਉਹ ਠੀਕ ਹੈ ਦਿੱਲੀ ਹਮੇਸ਼ਾ ਧੱਕਾ ਕਰਦੀ ਆਈ ਆ ਉਹ ਠੀਕ ਹੈ ਚੱਲਦਾ ਆਇਆਗਾ ਕਾਂਗਰਸ ਵੀ ਉੱਥੋਂ ਚੱਲਦੀ ਆਈ ਆ ਅਕਾਲੀ ਦਲ ਭਾਜੀਪੀ ਦਾ ਵੀ ਉੱਥੋਂ ਵੀ ਸਿਸਟਮ ਚੱਲਦਾ ਆਇਆਗਾ ਪਰ ਇਹ برداشت ਨਹੀਂ ਹੋਊਗਾ ਹੁਣ ਜੇ ਤਾਂ ਮਾਨ ਸਾਹਿਬ ਕੋਲੇ ਆਪਦੇ ਉਹਨੇ ਬੰਦੇ ਹੋਏ ਹੂੰ 40 45 ਫਿਰ ਤਾਂ ਖਿੱਚ ਕੇ ਲੈ ਜਾਣਾ ਕੰਮ ਨਹੀਂ ਕੰਮ ਵਿਗੜਨ ਆ ਲਾਗਾ ਹਾਂ ਜੇ ਕੁਝ ਵੀ ਨਹੀਂ ਹੁੰਦਾ ਇਦਾਂ ਦਾ ਤੇ ਵੈਬ ਕੁਮਾਰ ਜਾਂ ਉਹ ਨਈਰ ਅਰਗੇ ਬੰਦੇ ਜਾਂ ਕੋਈ ਵੀ ਏ ਬੀ ਸੀ ਡੀ ਉਹ ਚੱਲਦਾਗਾ ਫਿਰ ਉਹਦੇ ਚ ਮੁੱਖ ਮੰਤਰੀ ਦੀ ਛਵੀ ਦੀ ਮਤਲਬ ਥੱਲੇ ਹੀ ਜਾਣੀ ਆ ਉੱਪਰ ਤਾਂ ਹੋਣੀ ਨਹੀਂ ਇਹੀ ਤਾਂ ਹੋਣਾ ਚਰਚਾ ਹੈਗੀ ਆ ਫਿਰ ਵੱਧ ਤੋਂ ਵੱਧ ਤੁਸੀਂ ਇਹ ਲਾ ਲਓ ਵੀ ਆ ਸਾਲ ਜਾਂ ਦਿੱਲੀ ਦਾ ਇਲੈਕਸ਼ਨ ਮਸ਼ੀਨ ਟੱਪੂਗਾ। ਹੂੰ ਫਿਰ ਕੁਝ ਬਦਲ ਜਾਣਾਗਾ। ਹਾਂ ਇਹ ਇੰਨੀ ਕਿ ਜ਼ਰੂਰ ਆ ਵੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਪਟਾਕੇ ਹਾਂ ਉਪ ਮੁੱਖ ਮੰਤਰੀ ਵਾਲਾ ਤਾਂ ਕੁਝ ਹੋਊਗਾ ਜੀ। ਹੂੰ ਹੂੰ ਕੁਝ ਪਟਾਕੇ ਤਾਂ ਪੱਤਰਕਾਰਾਂ ਦਾ ਵੀ ਜਿਆਦਾ ਜ਼ੋਰ ਲੱਗਿਆ ਵਾ ਜੀ ਇੰਨਾ ਕਿ ਤਾਂ ਹੁਣ ਹੋਣਾ ਬਣਦੀ ਆ ਜੋ ਇੰਨੀਆਂ ਖਬਰਾਂ ਆ ਗਈਆਂ ਹਾਲਾਂਕਿ ਜਿਹੜਾ ਕਰੰਟ ਆਪਾਂ ਉਹ ਮੇਂ ਜਿਆਦਾ ਇੱਕ ਵੀਡੀਓ ਦਾ ਵੱਡਾ ਹਿੱਸਾ ਹੋ ਜਿਆਦਾ ਇਸ ਗੱਲ ਨੂੰ ਲੈ ਕੇ ਚੁੱਪ ਆ ਉਹ ਤਾਂ ਫਿਰ ਉਦੋਂ ਹੀ ਬੋਲਦਾ ਨਾ ਉਹ ਤਾਂ ਜਦੋਂ ਕਹਿ ਦਿੰਦੇ ਆ ਉਹਨਾਂ ਨੂੰ ਵੀ ਹੁਣ ਜੀ ਮੁੱਖ ਮੰਤਰੀ ਨੂੰ ਛੁੱਟੀ ਮਿਲਣ ਵਾਲੀ ਹੁਣ ਤੁਸੀਂ ਭੱਗ ਜਾਓ ਉੱਥੇ ਪੋਪਿਸ ਦੇ ਬਾਹਰ ਉਦੋਂ ਜਾ ਵੜਦੇ ਆ ਬਿਲਕੁਲ ਹੁਣ ਖਬਰਾਂ ਇਹ ਹੈ ਕਿ ਉੱਤੋਂ ਸੰਦੇਸ਼ ਆ ਗਿਆ ਮੁੱਖ ਮੰਤਰੀ ਸਾਹਿਬ ਨੂੰ ਕਿ ਇੱਕ ਤਾਂ OSD ਜੀ ਤੇ ਇੱਕ ਤੁਹਾਡਾ ਮੀਡੀਆ ਸਲਾਕਰ ਜੀ ਇਹ ਘਰ ਨੂੰ ਤੁਰੋ ਹਮ ਪਰ ਮਾਨ ਸਾਹਿਬ ਕਹਿੰਦੇ ਨਾ ਜੀ ਤੁਸੀਂ ਜੇ ਕੁਵਲਾ ਕਰਤਾ ਮਾਨ ਸਾਹਿਬ ਕਹਿੰਦੇ ਆਪਾਂ ਨਹੀਂ ਇਹਨਾਂ ਨੂੰ ਬਦਲਦੇ ਜੀ ਹੁਣ ਇਸ ਵਜ੍ਹਾ ਕਰਕੇ ਜਿਹੜੀ ਦਿੱਲੀ ਆ ਹਾਈ ਕਮਾਂਡ ਆਵਾ ਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਆਮੋ ਸਾਹਮਣੇ ਹੋ ਗਏ ਨੇ ਪੂਰੀ ਖੜਕੀ ਹੋਈ ਆ ਰੌਲਾ ਪਿਆ ਹੋਇਆ ਗੱਲ ਮੰਨੀ ਨਹੀਂ ਜਾ ਰਹੀ ਇੱਕ ਦਿੱਲੀ ਦਾ ਵੱਡਾ ਲੀਡਰ ਆ ਆਮ ਆਦਮੀ ਪਾਰਟੀ ਦਾ ਉਹਨੂੰ ਚੰਡੀਗੜ੍ਹ ਕੋਠੀ ਮਿਲੀ ਵੀ ਆ ਜੀ ਪੰਜਾਬ ਜੋ ਵੀ ਉਹ ਚੁਣ ਕੇ ਗਿਆ ਵਾਗਾ ਬੰਦਾ ਤਾਂ ਹੂੰ ਉਹਦੀ ਕੋਠੀ 'ਚ ਕਈ ਮੀਟਿੰਗਾਂ ਮੂਟੀਆਂ ਹੁੰਨਾਂ ਹੀ ਆ। ਉਹ ਕਹਿੰਦੇ ਵਿਜੇ ਨૈયਰ ਨੇ ਲੈਣਾ ਮੀਟਿੰਗਾਂ। ਤੇ ਉਹ ਮੀਟਿੰਗਾਂ ਐਮਐਲਏ ਨਾਲ ਹੀ ਹੁੰਨਾਂ। ਹੂੰ ਫੀਡਬੈਕ ਲਿਆ ਗਿਆਗਾ। ਇਹ ਫੀਡਬੈਕ ਥੋੜਾ ਜਿੰਨਾ ਕਾ ਅਸੀਂ ਪਤਾ ਕਰਿਆ ਉਹਦੇ 'ਚ ਲੀਡਰ ਇਹ ਕਹਿੰਦੇ ਵੀ ਇਹ ਰੂਟੀਨ ਮੀਟਿੰਗਾਂ ਐ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਹੀ ਰਹਿੰਦਾ ਹੁੰਦਾਗਾ। ਤਾਂ ਠੀਕ ਐ ਹੋਣਾ ਵੀ ਚਾਹੀਦਾਗਾ। ਕੋਈ ਵੱਡੀ ਗੱਲ ਨਹੀਂ। ਪਰ ਹੁਣ ਆਸ ਜੋ ਚੱਲ ਰਿਹਾਗਾ ਹਣਾ ਜੋ ਹੁਣ ਦੇ ਮਤਲਬ ਸਮਾ ਬਣਿਆ ਹੋਇਆ ਜਾਂ ਹੁਣ ਦਾ ਸਿਸਟਮ ਬਣਿਆ ਹੋਇਆ ਆਮ ਆਦਮੀ ਪਾਰਟੀ ਦਾ ਇਹਦੇ ਵਿੱਚ ਆਪਣੇ ਆਪ ਇੱਕ ਵੱਡੀ ਗੱਲ ਬਣ ਜਾਂਦੀ ਆ ਬਿਲਕੁਲ ਹੁਣ ਖਾਸ ਗੱਲ ਇਹ ਆ ਕਿ ਜਿਹੜੇ ਮਾਨ ਸਾਹਿਬ ਦੇ ਮੰਤਰੀ ਬਦਲੇ ਗਏ ਸੀ ਜੀ ਛੁੱਟੀ ਹੋਈ ਸੀ ਭਾਈ ਜੀ ਕਹਿੰਦੇ ਉਹਨਾਂ ਨੂੰ ਲੈ ਕੇ ਤੇ ਜਿਹੜੇ OSG ਸਾਹਿਬ ਬਦਲੇ ਗਏ ਨੇ ਜੀ ਤੇ ਇੱਕ ਹੋਰ ਬੰਦਾ ਜਿਹੜਾ ਬਦਲਿਆ ਗਿਆ ਜਿਹੜੀਆਂ ਬਦਲੀਆਂ ਸਾਹਮਣੇ ਆ ਗਈਆਂ ਹਮ ਇਹਨਾਂ ਨੂੰ ਲੈ ਕੇ ਜਿਹੜੀ ਹਾਈ ਕਮਾਂਡ ਹੁਣ ਇੱਕ ਸਰਵੇ ਕਰਵਾਇਆ ਜਾਂ ਰਿਪੋਰਟਾਂ ਇਕੱਠੀਆਂ ਕਰ ਰਏ ਉਹ ਕੱਲੇ-ਕੱਲੇ ਹਲਕੇ ਦੇ ਵਿੱਚ ਹੂੰ ਤੇ ਇਹਨਾਂ ਦੀ ਰਿਪੋਰਟ ਮਾੜੀ ਗਈ ਸੀ ਹੂੰ ਜਿਹੜੀ ਦਿੱਲੀ ਆ ਜਾਂ ਆਮ ਆਦਮੀ ਪਾਰਟੀ ਆ ਹੂੰ ਉਹ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਹੂੰ ਤੇ ਕੇਬਲ ਮਾਫੀਆ ਜੀ ਕਿ ਜਿਹੜਾ ਪਟਿਆਲਾ ਏਰੀਆ ਨਾ ਇੱਥੇ ਬਹੁਤ ਰੌਲਾ ਪੈਂਦਾ ਰਿਹਾ ਕੇਬਲ ਮਾਫੀਆ ਨੂੰ ਲੈ ਕੇ ਬਿਲਕੁਲ ਬਿਲਕੁਲ ਤੇ ਮਾਈਨਿੰਗ ਜੀ ਇਹਨਾਂ ਦੋਨਾਂ ਦਾ ਡਾਟਾ ਹਾਈ ਕਮਾਂਡ ਨੇ ਇਕੱਠਾ ਕਰ ਲਿਆ ਹੂੰ ਅੱਜ ਅਖਬਾਰ ਦੇ ਵਿੱਚ ਖਬਰ ਵੀ ਲੱਗੀ ਆ ਪ੍ਰਮੁੱਖ ਤੌਰ ਦੇ ਉੱਤੇ ਉਹ ਵੀ ਆਪਾਂ ਜ਼ਿਕਰ ਕਰ ਦਿੱ ਗਏ ਬਿਲਕੁਲ ਬਿਲਕੁਲ ਉਹਦੀ ਜਿਹੜੀ ਹੈਡਲਾਈਨ ਆ ਹੂੰ ਉਹ ਹੈਡਲਾਈਨ ਇਹੀ ਆ ਵੀ ਹਾਈ ਕਮਾਂਡ ਵੱਲੋਂ ਪਰ ਕੁਤਰੇ ਜਾਣ ਤੋਂ ਬਾਅਦ ਭਗਵੰਤ ਮਾਨ ਪਾਏ ਅਲੱਗ-ਥਲੱਗ ਹੂੰ ਕੇਜਰੀਵਾਲ ਪੰਜਾਬ ਸਰਕਾਰ ਦੇ ਲਗਾਤਾਰ ਡਿੱਗ ਰਹੇ ਅਕਸ ਤੋਂ ਚਿੰਤਤ ਇਹ ਅਜੀਤ ਅਖਬਾਰ ਦੀ ਖਬਰ ਜੀ ਹੂੰ ਤੇ ਹੁਣ ਇਸੇ ਵਿਚਕਾਰ ਇਹ ਖਬਰ ਆ ਰਹੀਆਂ ਕਿ ਹੋਰ ਸਾਰੇ ਬੰਦਿਆਂ ਦਾ ਵੀ ਜੀ ਕੱਲੇ ਕੱਲੇ ਵਿਧਾਇਕ ਦਾ ਜਿਹੜੀ ਰਿਪੋਰਟ ਜਾਂ ਸਰਵੇ ਇਕੱਠੇ ਕੀਤੇ ਜਾ ਰਹੇ ਆ ਜੀ ਤੇ ਇਸ ਤੋਂ ਬਾਅਦ ਜਿਹੜੀ ਹਾਈ ਕਮਾਂਡੋਂ ਫੈਸਲੇ ਲੈ ਰਹੀ ਆ ਜੀ ਕਿ ਕਿਹਨੂੰ ਪਾਵਰਲੈਸ ਕਰਨਾ ਜਾਂ ਕਿਹਨੂੰ ਪਾਵਰ ਮਾੜੀ ਮੁੱਠੀ ਦੇਣੀ ਆ ਆਪਾਂ ਹਮ ਪਰ ਜਿਵੇਂ ਹੁਣ ਬੀਤੇ ਕੋਈ ਦਿਨਾਂ ਤੋਂ ਅਰਵਿੰਦ ਕੇਜਰੀਵਾਲ ਜਾਂ ਮੁੱਖ ਮੰਤਰੀ ਭਗਵੰਤ ਮਾਜਾ ਫਰਾਮ ਆਦਮੀ ਪਾਰਟੀ ਦੇ ਵਿੱਚ ਕਾਰਜ ਦੂਰੀਆਂ ਬਣੀਆਂ ਹੋਈਆਂ ਇਹਨੂੰ ਲੈ ਕੇ ਬਹੁਤ ਖਬਰਾਂ ਆ ਰਹੀਆਂ ਨੇ ਇੱਕ ਮੈਂ ਆਪੇ ਵੀ ਪੜ੍ਹ ਕੇ ਸੁਣਾ ਦਈਏ ਜਿਹੜਾ ਪ੍ਰਤਾਪ ਬਾਜਵਾ ਨੇ ਜੀ

इंडिपेंडेंटली मैनेज पंजाब अफेयर्स ਇਹ ਸਾਰਾ ਜਿਹੜਾ ਉਹ ਹਾਂ ਕਿਉਂ ਨੇ ਬੈਵਕ ਮਾਲਕੇ ਚਰਚਾ ਜਿਹੜੀ ਹੈਗੀ ਇਹ ਵੀ ਕਿ ਮੁੱਖ ਮੰਤਰੀ ਦੇ ਘਰ ਦੇ ਵਿੱਚ ਵੀ ਕਿਹਾ ਜਾ ਰਿਹਾ ਹੂੰ ਕੀ ਕੁਝ ਕਮਰੇ ਮਿਲ ਚੁੱਕੇ ਆ ਬਿਲਕੁਲ ਹੁਣ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵਾਲੇ ਹਾਈ ਕਮਾਂਡ ਜੀ ਮਾਨ ਸਾਹਿਬ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮਤਲਬ ਮੇਨ ਰੀਜ਼ਨ ਇਹੀ ਕਿਹਾ ਜਾ ਰਿਹਾ ਕਿ ਦੇਖੋ ਜੀ 22 ਸਾਲ ਹੋ ਚੁੱਕੇ ਆ ਆਪਣੀ ਸਰਕਾਰ ਬਣ ਨੂੰ ਪੰਜਾਬ ਦੇ ਵਿੱਚ ਜੀ ਐਮਪੀ ਇਲੈਕਸ਼ਨ ਦੇ ਵਿੱਚ ਆਪਣੀਆਂ ਸੀਟਾਂ ਪਈ ਤਿੰਨ ਆਈਆਂ 13 ਦੇ ਵਿੱਚੋਂ ਜੀ ਕਿ ਲੋਕ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹੁੰਦੇ ਜਾ ਰਹੇ ਆ ਆਪਾਂ ਇਸ ਪੂਰੀ ਚੀਜ਼ ਨੂੰ ਕਵਰ ਕਰਨਾ ਤੇ ਲੋਕਾਂ ਦੇ ਇੱਕ ਵਾਰ ਫਿਰ ਉਤਸ਼ਾਹ ਲੈ ਕੇ ਆਉਣਾ ਹਮ ਹੁਣ ਇਹ ਪੂਰੀ ਜਿਹੜੀ ਗੱਲ ਆ ਉਹ ਕਹਿ ਰਿਹਾ ਕਿ ਗਲਤੀਆਂ ਕਿਧੀਆਂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਦੀਆਂ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਜੀ ਪਰ ਦਿੱਲੀ ਵਾਲੇ ਆਲੇ ਹੀ ਭੁੱਲ ਜਾਂਦੇ ਆ ਕਿ 2.5 ਸਾਲ ਤੋਂ ਚਲਾਦਾ ਤੁਸੀਂ ਰਹੇ ਹੋ ਹੂੰ ਦੋ ਵੱਡੇ ਫੈਸਲੇ ਨਿਯੁਕਤੀਆਂ ਰੱਦੋ ਬਦਲ ਫੇਰ ਬਦਲ ਕਿਹੜੇ ਵਿਧਾਇਕ ਨੂੰ ਪਾਵਰ ਦੇਣੀ ਹੈ ਕਿਹਨੂੰ ਨਹੀਂ ਦੇਣੀ ਉਹ ਸਾਰਾ ਕੁਝ ਤੁਸੀਂ ਕੰਟਰੋਲ ਕਰ ਰਹੇ ਹੋ ਤਾਂ ਫਿਰ ਇਹਦੇ ਲਈ 2.5 ਸਾਲਾਂ ਦੇ ਲਈ ਜ਼ਿੰਮੇਵਾਰ ਇਕੱਲੇ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਨੇ ਇਹ ਉਹੀ ਗੱਲ ਆ ਪ੍ਰਵੀਤ ਜਿਵੇਂ ਹੁਣ ਵੱਡੇ ਮਤਲਬ ਨਜ਼ਰੀਏ ਦੇ ਨਾਲ ਜਾਂ ਵੱਡੇ ਪਰਦੇ ਦੇ ਉੱਤੇ ਇਹ ਲੱਗ ਰਿਹਾ ਵੀ ਭਗਵੰਤ ਮਾਨ ਤੋਂ ਕੁਝ ਸਹੀ ਨਹੀਂ ਚੱਲਿਆ ਅਸੀਂ ਇਹਨੂੰ ਪਾਸੇ ਕਰ ਦੇਣਾ ਜਾਂ ਭਗਵੰਤ ਮਾਨ ਦੇ ਨਾਲ ਕੁਝ ਬੰਦੇ ਜਿਹੇ ਸੀ ਜਿਹੜਾ ਨੇ ਕੰਮ ਖਰਾਬ ਕਰਤਾ ਹੂੰ ਪਰ ਜੇ ਆਪਾਂ ਉਹ 177 ਦਿਨ ਪਾਸੇ ਕੱਢ ਗਏ ਜਦੋਂ ਅਰਬਿੰਦ ਕੇਜਰੀਵਾਲ ਜੇਲ੍ਹ 'ਚ ਸੀ ਉਦੋਂ ਪਹਿਲਾਂ ਵੀ ਦਿੱਲੀ ਦੇ ਕੰਟਰੋਲ ਸੀਗਾ ਹੂੰ ਉਦੋਂ ਪਹਿਲਾਂ ਵੀ ਦਿੱਲੀ ਦੇ ਹਿਸਾਬ ਕਿਤਾਬ ਨਾਲ ਮੰਤਰੀ ਜਾਂ ਜੋ ਸਿਸਟਮ ਸਾਰਾ ਹੁੰਦਾ ਰਿਹਾ ਬਿਲਕੁਲ ਉਦੋਂ ਕੋਈ ਚਿਹਰਾ ਹੋਰ ਸੀਗਾ ਹੈਗਾ ਸੀ ਉਵੇਂ ਹੀ ਸੀਗਾ ਗੱਲਬਾਤ ਠੀਕ ਹੈ ਹੁਣ ਇਹ ਸਾਰਾ ਜਿਹੜਾ ਠਿੱਕਰਾ ਹੈਗਾ ਇਹ ਭੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਨ ਸਾਹਿਬ ਦੇ ਸਿਰ ਦੇ ਉੱਤੇ ਬਿਲਕੁਲ ਪਰ ਅਸਲ ਦੇ ਵਿੱਚ ਕਹਾਣੀ ਜਿਵੇਂ ਤੁਸੀਂ ਦੱਸੀ ਆ ਉਵੇਂ ਹੀ ਆ ਦਿੱਲੀ ਪੂਰੀ ਇਨਵੋਲ ਆ ਪਹਿਲੇ ਦਿਨ ਤੋਂ ਹੀ ਇਨਵੋਲ ਆ ਬਿਲਕੁਲ ਦਿੱਲੀ ਦਾ ਉਦੋਂ ਦੀ ਹੀ ਇਨਵੋਲ ਬਾ ਜਦੋਂ ਦਾ ਪਾਰਟੀ ਇੱਥੇ ਆਈ ਆ ਹਾਈ ਕਮੰਡ ਤਾਂ ਉਹਨਾਂ ਦੀ ਹੈਗੀ ਆ ਹਾਂ ਇਹ ਤਾਂ ਨਹੀਂ ਉਹ ਆਪਾਂ ਪਾਸੇ ਮੂੰਹ ਫੇਰ ਸਕਦੇ ਹਾਂ ਉਹ 177 ਦਿਨਾਂ ਚ ਕੁਝ ਅਜਿਹਾ ਹੋ ਗਿਆ ਵੀ ਉਹਦੇ ਚ ਸੱਚੀ ਲੱਗਿਆ ਸਾਹਿਬ ਜੀ ਨੂੰ ਹੂੰ ਵੀ ਇਹਦਾ ਕੰਮ ਖਰਾਬ ਹੋ ਜੂ ਹੂੰ ਮਾਨਾ ਦੇ ਪੁੱਤ ਨੇ ਬਾਜੀ ਮਾਰ ਜਾਣੀ ਹੈ ਮਾਨਾ ਦੇ ਪੁੱਤ ਨੇ ਪੂਰਾ ਕੰਟਰੋਲ ਕਰ ਲਿਆ ਹੂੰ ਹੂੰ ਕਿ ਸਾਨੂੰ ਫਿਰ ਕੌਣ ਪੁੱਛੂਗਾ ਉਹ ਹਾਲਾਂਕਿ ਉਵੇਂ ਕੰਟਰੋਲ ਉਹਨਾਂ ਤੋਂ ਵੀ ਉਵੇਂ ਨਹੀਂ ਹੋਇਆ ਜਿਹੜੇ ਹਿਸਾਬ ਨਾਲ ਕਰਨਾ ਚਾਹੀਦਾ ਸੀ ਜਾਂ ਜਿਹੜੇ ਹਿਸਾਬ ਨਾਲ ਆਪਦਾ ਧੜਾ ਬਣਾਉਣਾ ਚਾਹੀਦਾ ਸੀ ਬਹੁਤ ਬੰਦੇ ਇਹ ਕਹਿੰਦੇ ਆ ਵੀ ਭਗਵੰਤ ਮਾਨ ਜੀ ਦੇ ਨਾਲ ਬੰਦੇ ਨੇ ਜਾਂ ਉਵੇਂ ਨੇ ਠੀਕ ਆ ਜੇ ਸ਼ਕਤੀ ਪ੍ਰਦਰਸ਼ਨ ਹੋਊਗਾ ਫਿਰ ਪਤਾ ਲੱਗ ਜੂ ਆਉਣ ਵਾਲੇ ਸਮੇਂ ਚ ਹਾਂ ਠੀਕ ਆ ਇੱਕ ਵਾਰ ਉਹਨਾਂ ਨੇ ਆਹ ਜਦੋਂ ਹੁਣ ਉਹ ਸਾਰਾ ਹਸਪੀਟਲਾਈਜ਼ ਹੋਏ ਨੇ ਜਾਂ ਆ ਦਿਨਾਂ ਦੇ ਵਿੱਚ ਇੱਕ ਈ ਅੱਖਾਂ ਜ਼ਰੂਰ ਦਿਖਾਨਾਈਆਂ ਅੜੇ ਨੇ ਉਹ ਹੂੰ ਵੀ ਕਈ ਚੀਜ਼ਾਂ ਨਹੀਂ ਚੇਂਜ ਹੋਣੀਆਂ ਜਾਂ ਕਈ ਵੀ ਮੈਂ ਨਹੀਂ ਪਾਸੇ ਹੂੰਗਾ ਜਾਂ ਇਹੋ ਜਿਹਾ ਕੁਛ ਜਿਹੜੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਮੇਰੀ ਟੀਮ ਨਹੀਂ ਹਟੇਗੀ ਹੂੰ ਪਰ ਹੁਣ ਦਿੱਲੀ ਵਾਲੇ ਭੁੱਲ ਜਾਂਦੇ ਆ ਕਿ ਚਲੋ ਭਈ ਪੰਜਾਬ ਚ ਤਾਂ 13 ਚ 3 ਆ ਗਈਆਂ ਹੂੰ ਤੁਹਾਨੂੰ ਸੱਤਾਂ ਚ ਇੱਕ ਵੀ ਨਹੀਂ ਆਈ ਇੱਕ ਹੋਰ ਗੱਲ ਇਹ ਤਿੰਨਾਂ ਦੇ ਉੱਪਰ ਲੜ ਰਹੇ ਸੀ ਚਾਰਤ ਇੱਕ ਹੋਰ ਗੱਲ ਆ ਹੂੰ ਇਹ ਹੁਣ ਪੰਜਾਬ ਦੇ ਐਮਐਲਏ ਨੂੰ ਵੀ ਸੋਚਣਾ ਚਾਹੀਦਾ ਵੀ ਉਹਨਾਂ ਨੇ ਤਾਂ ਆੜਿਆਂ ਨਾਲ ਖੜਨਾ ਕਿ ਥੱਲੇ ਦੇ ਨਾਲ ਖੜਨਾ ਹੁਣ ਜੇ ਤਾਂ ਐਮਐਲਏ ਦੀ ਇੱਥੋਂ ਤੱਕ ਹੀ ਆ ਵੀ ਸਾਨੂੰ ਮੰਤਰੀ ਬਣਾ ਦੇਣਾ ਹੂੰ ਸਾਨੂੰ ਟਿਕਟ ਦੇ ਦੇਣੀ ਆ ਗਾਂਧੀ ਜਾਂ ਅਸੀਂ ਉਹਨਾਂ ਨੂੰ ਖੁਸ਼ ਕਰ ਦਈਏ ਉਹ ਦੇਖਣਾਗਾ ਹੂੰ ਜਾਂ ਐਮਐਲਏ ਨੇ ਪੰਜਾਬ ਦੇ ਐਮਐਲਏ ਨੇ ਇਹ ਦੇਖਣਾਗਾ ਵੀ ਉਹਨਾਂ ਨੇ ਖੁਸ਼ ਕਿਹਨੂੰ ਕਰਨਾ ਕੀ ਉਹਨਾਂ ਨੇ ਕੇਜਰੀਵਾਲ ਨੂੰ ਖੁਸ਼ ਕਰਨਾ ਕੀ ਉਹਨਾਂ ਨੇ ਭਗਵੰਤ ਮਾਨ ਨੂੰ ਖੁਸ਼ ਕਰਨਾ ਬਿਲਕੁਲ ਅੱਜ ਦੀ ਘੜੀ ਚ ਤਾਂ ਦੋਨੇ ਅਲੱਗ-ਥਲੱਗ ਲੱਗ ਰਹੇ ਨੇ ਜਿਹੇ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਕਹਿ ਰਹੀਆਂ ਨੇ ਹਮ ਰਤਨ ਜੀ ਤੁਸੀਂ ਇੱਕ ਚੀਜ਼ ਦੇਖੋ ਜਦੋਂ ਸੁਖਪਾਲ ਸਿੰਘ ਖੈਰਾ ਆਮ ਆਦਮੀ ਪਾਰਟੀ ਸੀ ਜੀ ਉਹਨੂੰ ਬਣਾਇਆ ਗਿਆ ਸੀ ਐਲਓਪੀ ਜੀ ਵਿਰੋਧੀ ਧਿਰ ਦੇ ਨੇਤਾ ਹਮ ਤੇ ਇੱਕ ਵਟਸਐਪ ਦਾ ਮੈਸੇਜ ਆਉਂਦਾ ਜੀ ਕਿ ਸੁਖਪਾਲ ਸਿੰਘ ਖੈਰਾ ਐਲਓਪੀ ਹੁਣ ਤੁਸੀਂ ਨਹੀਂ ਰਹਿਣਾ ਜੀ ਤੇ ਉਹ ਇਸੀ ਤੋਂ ਗੁੱਸੇ ਹੋ ਜਾਂਦੇ ਆ ਹਮ ਕਿ ਭਾਈ ਇੱਕ ਤਰੀਕਾ ਹੁੰਦਾ ਪਾਰਟੀ 'ਚ ਕੰਮ ਕਰਨ ਦਾ ਮੈਂ ਤੁਸੀਂ ਤੇ ਇੱਕ ਵਟਸਐਪ ਦਾ ਮੈਸੇਜ ਭੇਜ ਕੇ ਬੰਦੇ ਨੂੰ ਹਟਾ ਦੇਣੇ ਤੇ ਲਾ ਦੇਣੇ ਹੋ ਹਮ ਉਹ ਅਲੱਗ ਹੋ ਜਾਂਦੇ ਨੇ ਹੂੰ ਤਾਂ ਕਾਫੀ ਵਦਾਇਕ ਉਹਨਾਂ ਦੇ ਨਾਲ ਉਹਦੋਂ ਆਗੇ ਸੀ ਉਹਨੇ ਬਠਿੰਡੇ ਵੀ ਇਕੱਠ ਕੀਤਾ ਸੀ ਤੇ ਪੂਰਾ ਉਹ ਪੰਜਾਬ ਚ ਉਹਨੇ ਪੂਰਾ ਮਾਹੌਲ ਆਪਣਾ ਬਣਾਤਾ ਸੀ ਇੱਕ ਵਾਰ ਤਾਂ ਜੀ ਕੀ ਮਾਨ ਸਾਹਿਬ ਅਜੇ ਕਰ ਪਾਉਣਗੇ ਕਿ ਜਿਹੜੀ ਗੱਲ ਦੇ ਇਲਜ਼ਾਮ ਗੁਰਪ੍ਰੀਤ ਘੁੱਗੀ ਹੋਣ ਹੂੰ ਛੋਟੇ ਪਰ ਹੋਣ ਹੂੰ ਤਾਂ ਫਿਰ ਜਾਂ ਫਿਰ ਐਕਸ ਫੁਲਕਾ ਹੋਣ ਹਾਂ ਧਰਮਵੀਰ ਗਾਂਧੀ ਹੋਣ ਬਹੁਤ ਨਾਮ ਨੇ ਨਾ ਉਹ ਕਹਿ ਦੱਸਤਾ ਉਹਨਾਂ ਨੇ ਹੂੰ ਉਹਨੇ ਕਿਹਾ ਆਪਣੇ ਇੰਟਰਵਿਊ 'ਚ ਉਹਨਾਂ ਨੇ ਕਿਹਾਗਾ ਉਹ ਕਹਿੰਦੇ ਵੀ ਪਉਤਨਾ ਤਾਂ ਵੀ ਇਹਨਾਂ ਨੂੰ ਵੀ ਪਹਿਣਾ ਹੋਣ ਵਾਲਾ ਇਹਨੂੰ ਉਹ ਕਹਿੰਦੇ ਵੀ ਇਹ ਸਾਰਿਆਂ ਨੂੰ ਜਿਹੜੇ ਤੁਸੀਂ ਨਾਮ ਲੈਏ ਇਹਨਾਂ ਨੂੰ ਪਾਸੇ ਕਰਨ ਵਾਲੀ ਜਿਹੜੀ ਕਹਾੜੀ ਸੀ ਉਹ ਕਹਾੜੀ ਦਾ ਜਿਹੜਾ ਦੱਸਤਾ ਸੀ ਉਹ ਭਗਵੰਤ ਮਾਨੀ ਸੀ ਹੂੰ ਉਹਨਾਂ ਨੇ ਨਾਮ ਲੈ ਕੇ ਕਿਹਾਗਾ ਸ਼ਬਦ ਵਰਤੇ ਨੇ ਡਾਕਟਰ ਧਰਮਬੀਰ ਗਾਂਧੀ ਨੇ ਜੀ ਉਹ ਫਿਰ ਪਰ ਉਹਨਾਂ ਨੇ ਇਹ ਵੀ ਕਿਹਾਗਾ ਆਫ ਰਿਕਾਰਡ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਬੜੀ ਇੰਟਰਸਟਿੰਗ ਕਹੀ ਹੂੰ ਡਾਕਟਰ ਗਾਂਧੀ ਨੇ ਉਹ ਕਹਿੰਦੇ ਵੀ ਜੇ ਮਾਨ ਵੀ ਪਾਸੇ ਹੋਊਗਾ ਤੇ ਜੇ ਕੋਈ ਹੋਰ ਸੰਭੂਗਾ ਇਹਦੀ ਕਮਾਂਡ ਹੋਰ ਤੋਂ ਭਾਬੀ ਦਿੱਲੀ ਵਾਲੇ ਸੰਭਣਗੇ ਹੁਣ ਇਹ ਇੱਕ ਮੈਂ ਇੱਥੇ ਇੱਕ ਗੱਲ ਕਲੀਅਰ ਕਰਦਾ ਪਾਸੇ ਹੋਣ ਦਾ ਮਤਲਬ ਇਹ ਨਹੀਂ ਵੀ ਮੁੱਖ ਮੰਤਰੀ ਤੋਂ ਪਾਸੇ ਹੋਣਾ ਹਮਮ ਮੁੱਖ ਮੰਤਰੀ ਤੋਂ ਪਾਸੇ ਹੋਣ ਦੀ ਗੱਲ ਨਹੀਂ ਪਾਸੇ ਸੀਨ ਮੇਕਿੰਗ ਚ ਹਾਂ ਡਿਸੀਜਨ ਮੇਕਿੰਗ ਚੋਂ ਚੱਲੂਗੀ ਕੀ ਦੀ ਹਮ ਜੇ ਉੱਥੋਂ ਪਾਸੇ ਹੋਣਗੇ ਤਾਂ ਗਾਂਧੀ ਸਾਹਿਬ ਨੇ ਇਹ ਵੀ ਕਿਹਾ ਵੀ ਉਹ ਕਹਿੰਦੇ ਵੀ ਦੁੱਖ ਲੱਗੂਗਾ ਇਹ ਸਾਰੇ ਪੰਜਾਬ ਨੂੰ ਹੀ ਦੁੱਖ ਲੱਗੂਗਾ ਠੀਕ ਹੈ ਉਹ ਆਪਣਾ ਤਾਂ ਹੈ ਨਾ ਹਾਂ ਉਹ ਚੰਗਾਗਾ ਮਾੜਾਗਾ ਜਿੰਮੇ ਮਰਜੀ ਹੈ ਠੀਕ ਹੈ ਹਾਲਾਂਕਿ ਆਪਣੇ ਤੋਂ ਜ਼ਿਆਦਾ ਉਮੀਦ ਹੁੰਦੀ ਹੈ ਤਾਂ ਹੀ ਆਪਣੇ ਨੂੰ ਜ਼ਿਆਦਾ ਫਿਰ ਕਹਿੰਦੇ ਗੁੱਸਾ ਵੀ ਉਤੇ ਆਉਂਦਾ ਜ਼ਿਆਦਾ ਪਿਆਰ ਹੁੰਦਾ ਹਾਂ ਹੁਣ ਬਹੁਤ ਲੋਕ ਆ ਜਾਂਦੇ ਵੀ ਤੁਸੀਂ ਐ ਮਾਨ ਪਿੱਛੇ ਪੈ ਕੇ ਜਾਏ ਆ ਉਹਦੇ ਪਿੱਛੇ ਵੀ ਤਾਂ ਪਏ ਹੋਏ ਆ ਜੇ ਮਤਲਬ ਲੋਕਾਂ ਨੂੰ ਲੱਗਦਾ ਸੀ ਵੀ ਇਹ ਬੰਦੇ ਚੋਂ ਕੁਝ ਜਾਂ ਇਹ ਕਲਾਕਾਰ ਬੰਦੇ ਚੋਂ ਕੁਝ ਪੰਜਾਬ ਨੂੰ ਵਧੀਆ ਦਿਖੂਗਾ ਹਮ ਜਾਂ ਜਿਹੜਾ ਉਹ ਖੁਦ ਕਹਿੰਦੇ ਨੇ ਉਹਨਾਂ ਦੀ ਜੂਨੀਅਰ ਇੰਟਰਵਿਊ ਉਹਦਾ ਮਤਲਬ ਜੇ ਭਗਵਾਨ ਜੀ ਤਾਂ ਮਾਂ ਦੀਆਂ 10 ਇੰਟਰਵਿਊ ਦਾ ਦਸਾਂ ਦੇ ਵਿੱਚੋਂ 8 ਇੰਟਰਵਿਊਆਂ ਦੇ ਵਿੱਚ ਉਹ ਇਹ ਜ਼ਿਕਰ ਕਰਦੇ ਆ ਵੀ ਮੈਂ ਤਾਂ ਕੁਲਫੀ ਗਰਮਾ-ਗਰਮ ਤੋਂ ਹੀ ਸਿਸਟਮ ਦੇ ਉੱਤੇ ਵਿਅੰਗ ਕਸਦਾ ਆਇਆਂਗਾ। ਹੂੰ ਅੱਜ ਮੈਨੂੰ ਮੌਕਾ ਮਿਲਿਆਗਾ ਅੱਜ ਮੇਰੇ ਕੋਲੇ ਹਰਾ ਪੈਨ ਆਇਆ ਤੇ ਮੈਂ ਉਹ ਜਿਹੜੀਆਂ ਕ੍ਰੀਤੀਆਂ ਆਂ ਸੁਧਾਰ ਰਹਿਗਾ। ਬਿਲਕੁਲ ਹੁਣ ਜੇ ਉਹ ਨਾ ਕੁਛ ਕਰੂਗਾ ਹੂੰ ਜਾਂ ਲੋਕ ਉਹ ਤੋਂ ਚਾਹੇ 1% ਵੀ ਲੋਕ ਨਰਾਜ਼ ਰਹਿਣ ਉਹ ਕਹਿਣਗੇ ਤਾਂ ਸਹੀ। ਆਪਦੇ ਨੂੰ ਤਾਂ ਜ਼ਿਆਦਾ ਕਹਿਣਗੇ। ਹੂੰ ਅਕਾਲੀ ਦਲ ਨੂੰ ਵੀ ਤਾਂ ਹੀ ਕਿਹਾ ਜਾਂਦਾ ਲੋਕਾਂ ਨੂੰ ਲੱਗਦਾ ਵੀ ਇਹ ਸਾਡੀ ਪਾਰਟੀ ਆ। ਹੂੰ ਇਹੀ ਗੱਲ ਆਪਦੇ ਬੰਦੇ ਨਾਲ ਹੁੰਦਾ ਹੀ ਆ ਗੁੱਸਾ ਗੜਾ ਪਰ ਜੇ ਆਪਦਾ ਹੀ ਬੰਦੇ ਨੂੰ ਪਾਸੇ ਵੀ ਕੀਤਾ ਉਹ ਵੀ ਗੁੱਸਾ ਗੜਾ ਲੋਕਾਂ ਨੂੰ ਹਮ ਹਾਲਾਂਕਿ ਮਾਨ ਸਾਹਿਬ ਨੂੰ ਮੈਨੂੰ ਲੱਗਦਾ ਹੈਗਾ ਵੀ ਇਹ 177 ਦਿਨਾਂ ਦੇ ਵਿੱਚ ਚਲੋ ਉਹਨਾਂ ਨੂੰ ਤਾਂ ਹੁਣ ਪਤਾ ਨਹੀਂ ਸੀ ਵੀ ਕੇਜਰੀਵਾਲ ਸਾਹਿਬ ਨੇ 177 ਦਿਨਾਂ ਬਾਅਦ ਬਾਹਰ ਆਉਣਾ ਜਾਂ 2 ਮਹੀਨਿਆਂ ਬਾਅਦ 3ਾਂ ਬਾਅਦ 6ਾਂ ਬਾਅਦ ਨਹੀਂ ਪਤਾਈ ਪਰ ਉਹ ਜਿੰਨਾ ਟਾਈਮ ਵੀ ਸੀ ਉਹਨਾਂ ਨੂੰ ਇੱਕ ਪਲਾਨ ਦੇ ਤਹਿਤ ਚੱਲਣਾ ਚਾਹੀਦਾ ਸੀ ਤੇ ਆਪਦੇ ਬੰਦੇ ਵੀ ਜੋੜਨੇ ਚਾਹੀਦੇ ਸੀ ਪੰਜਾਬ ਦੇ ਵਿੱਚ ਕੁਝ ਬਿਹਤਰ ਵੀ ਕਰਨਾ ਚਾਹੀਦਾ ਸੀ ਮੈਨੂੰ ਲੱਗਦਾ ਵੀ ਭਗਵੰਤ ਮਾਨ ਦਾ ਜਿਹੜਾ ਇਹ 2.5 ਸਾਲ ਦਾ ਕਾਰਜਕਾਲ ਆ ਇਹਦੇ ਵਿੱਚ ਜਿਹੜਾ ਸਭ ਤੋਂ ਮਤਲਬ ਮਾੜਾ ਡਿਸੀਜਨ ਸੀ ਜਾਂ ਆਪਾਂ ਕਹਦੇ ਆ ਵੀ ਮਾੜੀ ਕਾਰਜਕਾਰੀ ਦੀਆਂ ਦੋ ਤਿੰਨ ਤੁਹਾਨੂੰ ਐਗਜ਼ਾਮਪਲ ਆ ਦੇ ਦੇਣਾ ਹੂੰ ਸਭ ਤੋਂ ਜਿਹੜੀ ਵੱਡੀ ਨਿਰਾਸ਼ਾ ਫੈਲੀ ਜਦੋਂ ਸਿੱਧੂ ਮੂਸੇਵਾਲੇ ਦੇ ਸਾਰੇ ਐਕਸੀਡੈਂਟ ਹੋਇਆ ਤਾਂ ਉਹ ਸਾਰੇ ਕੰਮ ਤੋਂ ਬਾਅਦ ਕੋਈ ਵੀ ਐਕਸ਼ਨ ਉਹੋ ਜਿਹਾ ਨਾ ਹੋਇਆ ਜਿਹੇ ਜਾਂ ਲੋਕ ਚਾਹੁੰਦੇ ਸੀ ਜਾਂ ਜਿਹੇ ਜਾਂ ਉਹਦੇ ਮਾਪੇ ਚਾਹੁੰਦੇ ਸੀ ਜਿਹੜਾ ਸਿਕਿਉਰਿਟੀ ਲੀਕ ਮਾਮਲੇ ਦੇ ਵਿੱਚ ਹੂੰ ਫੜਨੇ ਦੋਸ਼ੀ ਨਾ ਫੜਨੇ ਦੋਸ਼ੀ ਜਾਂ ਉਹ ਉਹ ਬਾਅਦ ਦੀ ਗੱਲ ਸੀ ਜਿਹੜੀ ਉਹ ਜਨਤਕ ਗੱਲ ਨਹੀਂ ਕੀਤੀ ਗਈ ਵੀ ਕਿਹਨੇ ਇਹਦੀ ਲੀਕ ਕਰੀ ਸਿਕਿਉਰਿਟੀ ਤੇ ਉਹ ਕੱਲੀ ਉਹਦੀ ਨਹੀਂ ਸੀ ਹੋਰ ਵੀ ਬੜੇ ਬੰਦੇ ਸੀ ਉੱਚ ਉੱਚ ਜਥੇਦਾਰ ਸਾਹਿਬ ਜਿਹੜੇ ਉਹ ਹਾਂ ਕੈਨੀ ਹਰਪ੍ਰੀਤ ਸਿੰਘ ਕਾਰਜਕਾਰੀ ਉਹਦੇ ਜਥੇਦਾਰ ਸੀਗੇ ਹੂੰ ਉਹਨਾਂ ਦੀ ਵੀ ਸੀ ਸਾਰਿਆਂ ਦੀ ਸੀ ਹੂੰ ਬਹੁਤ ਲੀਡਰਾਂ ਦੀ ਸੀ ਜਿਹੜੀ ਚੀਜ਼ ਛਿੜਕਣੀ ਚਾਹੀਦੀ ਠੰਡਾ ਉਹ ਆਮ ਆਦਮੀ ਪਾਰਟੀ ਜਾਂ ਮਾਨਸਾਪ ਨੇ ਹੀ ਹਟਕੇ ਲੋਕਾਂ ਦੀ ਮਾਨਸਾਪ ਉਹਨਾਂ ਦੇ ਘਰੇ ਜਾ ਕੇ ਕਹਿ ਕੇ ਜਾਂਦੇ ਵੀ ਮੈਨੂੰ ਸਭ ਪਤਾ ਮੈਂ ਕਰੂੰਗਾ ਹਾਂ ਦੂਜੀ ਗੱਲ ਜਿਹੜਾ ਸਭ ਤੋਂ ਉਦੋਂ ਵੀ ਜ਼ਿਆਦਾ ਮਤਲਬ ਫੈਕਟਰ ਭਗਵੰਤ ਮਾਨ ਨੂੰ ਮਤਲਬ ਟਲਾਂਣ ਵਾਲੇ ਪਾਸੇ ਲੈ ਗਿਆ ਉਹ ਸੀ ਐਨਐਸਏ ਵਾਲਾ ਜਾਂ ਅੰਮ੍ਰਿਤਪਾਲ ਦੇ ਐਕਸ਼ਨ ਵਾਲਾ ਬਿਲਕੁਲ ਤੇ ਉਹਨੂੰ ਡਿਬਰੂਗੜ ਭੇਜਣ ਵਾਲਾ ਉਹਦੇ ਨਾਲ ਉਹ 30 ਮੁੰਡੇ ਜਾਂ ਜਿਹੜੇ 9 ਮੁੰਡੇ ਡਿਬਰੂਗੜ ਜਾਂ ਜਿਹੜੇ 30 35 ਹੋਰ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਇਹ ਦੋ ਐਕਸ਼ਨ ਆ ਜਿਹੜੇ ਇਹ ਭਗਵੰਤ ਮਾਨ ਦੇ ਮਤਲਬ ਆਪਾਂ ਕਹਦੇ ਵੀ ਆ 2.5 ਸਾਲਾਂ ਦੇ ਕਾਰਜਕਾਲ ਦੇ ਵਿੱਚ ਬਹੁਤ ਗੱਲਾਂ ਹੋਰ ਵੀ ਬਹੁਤ ਨੇ ਫਲਾਂ ਕਿ ਉਹ ਬਿਆਨ ਵੀ ਵਿੱਚ ਆਉਂਦਾ ਜਿੱਥੇ ਇਹ ਲਿਖ ਦਿੰਦੇ ਨੇ ਵੀ ਸਾਨੂੰ ਹਰਿਆਣੇ ਦੇ ਆਧਾਰ ਤੇ ਦੇ ਦਿਓ ਜੀ ਜਗ੍ਹਾ ਹਾਂ ਚੰਡੀਗੜ੍ਹ ਦੇ ਵਿੱਚ ਕਿੱਥੇ ਚੰਡੀਗੜ੍ਹ ਤੋਂ ਉਹ ਤਾਂ ਮਤਲਬ ਤੁਹਾਡੇ ਬੌਧਿਕਤਾ ਨੂੰ ਦਰਸਾਉਂਦਾ ਵਾਲਾ ਬਿਆਨ ਸੀ ਹੂੰ ਕਿ ਤੁਸੀਂ ਪੰਜਾਬ ਨੂੰ ਕਿੰਨਾ ਕ ਜਾਣਦੇ ਆ ਹੂੰ ਕਿ ਦੂਜਿਆਂ ਨੂੰ ਵੇਖ ਕੇ ਚੀਜ਼ਾਂ ਮੰਗਣ ਜੋਗੇ ਹੋ ਆਪ ਦੀ ਚੀਜ਼ ਦਾ ਕਲੇਮ ਤਾਂ ਤੁਸੀਂ ਕਰਨੀ ਰਹੇ ਬਹੁਤ ਗੱਲਾਂ ਪਰ ਆ ਦੋ ਗੱਲਾਂ ਐਨਐਸਐ ਵਾਲੀ ਤੇ ਸਿੱਧੂ ਵਾਲੀ ਗੱਲ ਇਹ ਦੋਨਾਂ ਨੇ ਬਹੁਤ ਭਗਵੰਤ ਮਾਨ ਦਾ ਗਰਾਫ ਸਿੱਟਿਆ ਹੁਣ ਜਦੋਂ ਇਹ ਚਰਚਾ ਸ਼ੁਰੂ ਹੋ ਗਈ ਸੀ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਜਾਰੀ ਹੈ ਹਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਕਿ ਮੁੱਖ ਮੰਤਰੀ ਬਦਲਣਾ ਨਾ ਬਦਲਣਾ ਪਾਵਰਲੈਸ ਦੀ ਚਰਚਾ ਹੋ ਰਹੀ ਆ ਪਰ ਆਮ ਆਦਮੀ ਪਾਰਟੀ ਦੇ ਕੁਝ ਇੱਕ ਵਿਧਾਇਕ ਇਹ ਗੱਲ ਜਾਣਦੇ ਆ ਪੂਰੀ ਤਰ੍ਹਾਂ ਜਾਂਦੇ ਦਾ ਸਾਰੇ ਹੀ ਆ ਕਿ ਜੇਕਰ 2022 ਦੇ ਵਿੱਚ ਜੀ ਆਮ ਆਦਮੀ ਪਾਰਟੀ ਸੱਤਾ ਚਾਹੀਦਾ ਉਹਦਾ ਮੁੱਖ ਕਾਰਨ ਸੀ ਭਗਵੰਤ ਮਾ ਜੀ ਕਿਉਂਕਿ ਲੋਕਾਂ ਨੇ ਸਿਰਫ ਭਗਵੰਤ ਮਾਨ ਦੇ ਚਿਹਰੇ ਨੂੰ ਵੋਟ ਪਾਈ ਸੀ ਹੂੰ ਸਾਡਾ ਐਮਐਲਏ ਕੌਣ ਆ ਲੋਕਾਂ ਨੂੰ ਪਤਾ ਨਹੀਂ ਸੀ ਸਾਡਾ ਉਮੀਦਵਾਰ ਕੌਣ ਆ ਲੋਕਾਂ ਨੂੰ ਨਹੀਂ ਪਤਾ ਸੀ ਲੋਕਾਂ ਨੇ ਸਿਰਫ ਉਹ ਬੋਕਰ ਦਾ ਨਿਸ਼ਾਨ ਦੇਖਿਆ ਤੇ ਉੱਤੇ ਬਟਨ ਨੱਪੇ ਆ ਹੂੰ ਜੇ ਹੁਣ ਕੋਈ ਵੱਡਾ ਐਕਸ਼ਨ ਹੋ ਗਿਆ ਦੋ ਫਾੜਾ ਕੰਮ ਹੋ ਗਿਆ ਤਾਂ ਫਿਰ ਆਮ ਆਦਮੀ ਪਾਰਟੀ ਸਮਝ ਲਵੇ ਕਿ ਜੇ مان ਗਏ ਤਾਂ ਅਸੀਂ ਵੀ ਗਏ ਸ਼ਾਇਦ ਪਾਰਟੀ ਇਹ ਭਲੇਖੇ ਚ ਵੀ ਆ ਵੀ ਸਾਰਾ ਪੰਜਾਬ ਕੇਜਰੀਵਾਲ ਨਾਲ ਸਾਰਾ ਪੰਜਾਬ ਕੇਜਰੀਵਾਲ ਨਾਲ ਨਹੀਂ ਹੂੰ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਓਡੇ ਹੈਗੇ ਆ ਜਿਨ੍ਹਾਂ ਨੂੰ ਟਿਕਟਾਂ ਦੀ ਮੰਤਰੀਆਂ ਦੀ ਘੁੱਗੂਆਂ ਵਾਲੀਆਂ ਗੱਡੀਆਂ ਦੀ ਉਮੀਦ ਹੈ ਚਲੋ ਆਪਾਂ ਮੰਨ ਲੈਂਦੇ ਆ ਕਿ 91 ਦਿੱਲੀ ਨਾਲ ਹੋਣਗੇ ਹੂੰ ਪਰ ਜਿਹੜੇ ਪੰਜਾਬ ਦੇ 3 ਕਰੋੜ ਲੋਕ ਨੇ ਹੂੰ ਉਹ ਕਿੱਧਰ ਨੇ ਹਾਂ ਇਹੀ ਗੱਲ ਹਾਂ ਰੌਲਾ ਤਾਂ ਹੋਣਾ ਇਹ ਇਹੀ ਤਾਂ ਤਰਾਸਦੀ ਆ ਹੁਣ ਦਿੱਲੀ ਤੋਂ ਆਇਆ ਬਈ ਇੱਕ ਕਲਰਕ ਉਹਦੀ ਚਰਚਾ ਹੋ ਰਹੀ ਹੈ ਵੀ ਉਹ ਪੰਜਾਬ ਚ ਲਾਊਗਾ ਹੂੰ ਤੇ ਜਿਹੜੇ 3.5 ਕਰੋੜ ਲੋਕਾਂ ਨੇ ਜਿਹੜੇ ਇਹ ਚੁਣੇ ਨੇ 999 ਉਹ ਉਹ ਕਿੱਥੇ ਬਿਲਕੁਲ ਜਾਂ ਉਹ ਕਾਦੇ ਲਈ ਚੁਣੇ ਉਹ ਸਿਰਫ ਦਿਖਾਉਣ ਲਈ ਚੁਣੇ ਵੀ ਇਹ ਇਹ ਚੁਣਤੇ ਜੀ ਇਹ ਨੇ ਵਿਧਾਇਕਤਾ ਰੌਲਾ ਪਾਉਂਦੇ ਨੇ ਪਿੰਡਾਂ ਦੇ ਵਿੱਚ ਜਾ ਜਾ ਕੇ ਹੂੰ ਕਿ ਭਾਈ ਅਸੀਂ ਐਮਐਲਏ ਤਾਂ ਬਣ ਗਏ ਹੂੰ ਤੇ ਦੋਨ ਸਾਨੂੰ ਪਾਹ ਰਹੀ ਨਹੀਂ ਮਿਲਦੀ ਹੂੰ ਤਾਂ ਫਿਰ ਅਸਲੀ ਕੀ ਕਰਗੇ ਹੂੰ ਇੱਕ ਚਿਹਰਾ ਨੇ ਸਿਰਫ ਹੋ ਤੇ ਚ ਵਿਧਾਇਕ ਵੀ ਸੱਚੇ ਨਹੀਂ ਦੇਖੋ ਇਹ ਇਹ ਤਾਂ ਬਹੁਤ ਵੱਡੀ ਸਚਾਈ ਆ ਕੋਈ ਮੰਨੇ ਚਾਹੇ ਨਾ ਮੰਨੇ ਹੂੰ ਜਦੋਂ ਇੱਕ ਕੋਈ ਵਿਧਾਇਕ ਬਣ ਗਿਆ ਨਾ ਉਹਦੀ ਬਸ ਥੋੜੇ ਜੇ ਹੋਣਗੇ ਥੋੜੀ ਜੀ ਪਰਸੈਂਟੇਜ ਕੋਈ ਵੀ ਪਾਰਟੀ ਦੀ ਸਾਰੀਆਂ ਪਾਰਟੀਆਂ ਤਰਾਸਦੀਆਂ ਉਹਦਾ ਨਿਸ਼ਾਨਾ ਇਹ ਹੁੰਦਾ ਵੀ ਹੁਣ ਮੈਂ ਕਿਵੇਂ ਨਾ ਕਿਵੇਂ ਬਸ ਮੰਤਰੀ ਵਾਲੀ ਗੱਡੀ ਨੂੰ ਹੱਥ ਪਾ ਲਾ ਮੇਰਾ ਉਹ ਬਾਰੀ ਨੂੰ ਹੱਥ ਪਾਇ ਰੇ بس ਇੰਨੀ ਆ ਇਹ ਗੱਲ ਬਸ ਹੂੰ ਚਲੋ ਦੇਖਦੇ ਆਂ ਹੱਦ ਤੱਕ ਕੰਗਿਆਨੇ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹ ਹੱਥ ਪਏ ਆ ਕਿ ਨਹੀਂ ਉਹ ਜੇ ਖਬਰ ਆ ਗਈਆਂ ਤੇ ਲੱਗ ਜਾ ਪਤਾ ਭਾਈ ਇੱਕ ਹੋਰ ਚੀਜ਼ ਆ ਸਰਕਾਰ ਬੰਤ ਤੋਂ ਬਾਅਦ ਆਮ ਆਦਮੀ ਪਾਰਟੀ ਸੱਤ ਰਾਜ ਸਭਾ ਮੈਂਬਰ ਬਣਾਉਂਦੀ ਆ ਜੀ ਜਿੱਤੇ ਉਹਨਾਂ ਦੀ ਬਹੁਤ 헤ਠੀ ਹੋਈ ਸੀ ਕਿ ਭਾਈ ਤੁਸੀਂ ਕਿਹੜੇ ਕਿਹੜੇ ਇਨਸਾਨਾਂ ਨੂੰ ਰਾਜ ਸਭਾ ਮੈਂਬਰ ਬਣਾਤਾ ਜੀ ਉਹ ਚੋ ਦੋ ਚਿਹਰੇ ਸੀ ਇੱਕ ਤਾਂ ਯੂਨੀਵਰਸਿਟੀ ਵਾਲੇ ਹੂੰ ਮਿੱਤਲ ਸਾਹਿਬ ਜੀ ਜੀ ਤੇ ਇੱਕ ਹਰਪ੍ਰੀਤ ਸਿੰਘ ਜੀ ਜਿਹੜੇ ਖਿਡਾਰੀ ਨੇ ਜੀ ਉਹਨਾਂ ਨੂੰ ਮਿਲੀਆਂ ਸੀ ਸਰਕਾਰੀ ਬੰਗਲੋ ਹਮ ਆਪਾਂ ਕਹਿੰਦੇ ਨੇ ਸਰਕਾਰੀ ਕੋਠੀ ਪੜੇ ਐਮਪੀ ਹੁੰਦੇ ਉਹਨਾਂ ਨੂੰ ਸਰਕਾਰੀ ਬੰਗਲੇ ਮਿਲਦੇ ਆ ਹਮ ਉਹ ਸਰਕਾਰੀ ਬੰਗਲੋ ਹੁੰਦੇ ਨੇ ਇਨ੍ਹਾਂ ਐਮਪੀਜ਼ ਦੇ ਰਹਿਣ ਵਾਸਤੇ ਜੀ ਹੁਣ ਜਿਹੜੇ ਉਹ ਦੋ ਸਰਕਾਰੀ ਬੰਗਲੇ ਮਿਲੇ ਸੀ ਪੰਜਾਬ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਤੇ ਹਰਪ੍ਰੀਤ ਸਿੰਘ ਨੂੰ ਜੀ ਉਹਨਾਂ ਨੇ ਦਿੱਤੇ ਦਿੱਲੀ ਦੇ ਦੋ ਵਿਧਾਇਕਾਂ ਨੂੰ ਹਮ ਕਿ ਭਾਈ ਇੱਥੇ ਤੁਸੀਂ ਰਹਿਣਾ ਹਮ ਅਸੀਂ ਨਹੀਂ ਰਹਿਣਾ ਇੱਥੇ ਭਲਾ ਉਹ ਬੰਗਲੋ ਸਾਨੂੰ ਮਿਲੇ ਆ ਅਸੀਂ ਐਮਪੀ ਆ ਪਰ ਅਸੀਂ ਨਹੀਂ ਤੁਸੀਂ ਇੱਥੇ ਰਹੋਗੇ ਉਹ ਦੋ ਵਿਧਾਇਕਾ ਉਹਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਦੀਆ ਮਤਲਬ ਇਹ ਵੀ ਪਹਿਲੀ ਵਾਰ ਹੋਇਆ ਜਿਹੜੀ ਆਮ ਆਦਮੀ ਪਾਰਟੀ ਲਗਾਤਾਰ ਆਪਣੇ ਰਿਕਾਰਡ ਬਣਾ ਰਹੀ ਆ ਇਸ ਮਹੀਨੇ ਦੇ ਵਿੱਚ ਸ਼ੁਰੂਆਤ ਦੇ ਵਿੱਚ ਹਜੇ ਜੀ ਹਜੇ ਦਿਨ 5 ਹੀ ਹੋਇਆ ਤੇ ਇਹ ਦੂਜਾ ਰਿਕਾਰਡ ਬਣ ਗਿਆ ਜੀ ਇਹ ਵੀ ਪਹਿਲੀ ਵਾਰ ਹੋਇਆ ਕਿ ਐਮਪੀ ਪੰਜਾਬ ਦੇ ਆ ਉਹਨਾਂ ਦੇ ਬੰਗਲੋ ਆ ਤੇ ਉੱਚ ਰਹਿ ਰਹੇ ਆ ਦਿੱਲੀ ਦੇ ਵਿਧਾਇਕ ਭਾਈ ਹਮ ਹੁਣ ਇਹ ਕਾਨੂੰਨੀ ਤੌਰ ਤੇ ਹੋ ਸਕਦਾ ਇੱਥੇ ਤਾਂ ਸ਼ਾਇਦ ਹੁਣ ਪਾਰਲੀਮੈਂਟ ਜਿਹੜੀ ਕਮੇਟੀ ਆ ਉਹ ਸਾਫ਼ ਕਰ ਸਕਦੀ ਆ ਪਰ ਪੰਜਾਬ ਦੇ ਲੋਕ ਕਿ ਤੋਂ ਕੁਝ ਹੋਰ ਹੀ ਕਹਿ ਰਹੇ ਨੇ ਭਾਈ ਹਮ ਕਿ ਜਿਹੜੇ ਲੋਕ ਇਹ ਕਹਿ ਕੇ ਆਏ ਸੀ ਕਿ ਸਾਨੂੰ ਸਰਕਾਰੀ ਬੰਗਲਿਆਂ ਦੀ ਜ਼ਰੂਰਤ ਨਹੀਂ ਪੈਣੀ ਜੀ ਸਾਨੂੰ ਵੱਡੀਆਂ ਗੱਡੀਆਂ ਦੀ ਜ਼ਰੂਰਤ ਨਹੀਂ ਪੈਣੀ ਹਮ ਸਾਨੂੰ ਸਿਕਿਉਰਿਟੀ ਜ਼ਰੂਰਤ ਨਹੀਂ ਪੈਣੀ ਜੀ ਅਸੀਂ ਤਾਂ ਇੱਕ ਵੈਗਨਰ ਦੇ ਵਿੱਚ ਵੀ ਦਿੱਲੀ ਚ ਜਾ ਕੇ ਤੁਰ ਫਿਰ ਸਕਦੇ ਆ ਕੱਲ ਸ਼ਾਇਦ ਬੁਲੀਨੋ ਚ ਬੈਠੇ ਸੀ ਉਹ ਮੈਂ ਹੈਰਾਨ ਸੀ ਕੱਲ ਹੂੰ ਉਹ ਵੀ ਇੱਕ ਡੈਂਟਲ ਗੱਡੀ ਚ ਤੁਸੀਂ ਇਹ ਦੇਖੋ ਇੱਕ ਹੋਰ ਹੈ ਇਹਨਾਂ ਦਾ ਆਈਟੀ ਬਿੰਗ ਪ੍ਰਚਾਰਕ ਉਹ ਕਹਿੰਦੇ ਇਹ ਆ ਕੱਟੜਾ ਇਮਾਨਦਾਰੀ ਕੱਲ ਉਹਨੇ ਲਿਖ ਕੇ ਪਾਇਆ ਮਾਂ ਬਾ ਉਹ ਛੋੜੇ ਕੱਟੜਾ ਇਮਾਨਦਾਰੀ ਦੇ ਹੂੰ ਕੱਲ ਉਹ ਫੇਰ ਉਹ ਉਹ ਰੂਪ ਚ ਵਾਪਸ ਆ ਗਈ ਹਾਂ ਕੱਲ ਜਦੋਂ ਘਰੋਂ ਨਿਕਲਦੇ ਸਭ ਨੂੰ ਮਿਲ ਕੇ ਨਿਕਲਦੇ ਤੇ ਬਹਿੰਦੇ ਆ ਪਲੈਨੋ ਚ ਇਹ ਇਹ ਜ਼ਰੂਰ ਆ ਵੀ ਜੇ ਕਿਸੇ ਨੇ ਮਸ਼ਹੂਰੀ ਬਣਵਾਉਣੀ ਹੋਵੇ ਨਾ ਇਹਨਾਂ ਤੋਂ ਹੀ ਬਣਵਾਵੇ ਹੂੰ ਕੰਟਰੈਕਟ ਕਰ ਲੋ ਹਾਂ ਇਹ ਮਸ਼ਹੂਰੀ ਬਹੁਤ ਵਧੀਆ ਬਣਾਉਂਦੇ ਆ ਬਿਲਕੁਲ ਹੂੰ ਪਰ ਜਿਵੇਂ ਉਹ ਕੱਲ ਤਸਵੀਰਾਂ ਪ੍ਰਚਾਰੀਆਂ ਆ ਜਾਂ ਚਲ ਇਹਨਾਂ ਕ ਤਾਂ ਸਾਫ਼ ਹੋ ਗਿਆ ਨਾ ਵੀ ਹੁਣ ਇਹ ਬੰਗਲਿਆਂ 'ਚ ਹੀ ਰਹਿਣਗੇ ਹਾਂ ਇਹਨਾਂ ਕ ਤਾਂ ਚਲੋ ਕਾਲਜੇ ਠੰਡ ਪੈ ਗਈ ਸਾਰਿਆਂ ਦੇ ਵੀ ਦੂਜੇ ਲੀਡਰਾਂ ਵਾਂਗੂ ਨਹੀਂ ਬਿਲਕੁਲ ਹੂੰ ਜਿਵੇਂ ਦੂਜੇ ਲੀਡਰ ਸੀ ਉਹੋ ਜੀ ਨੇ ਜਮੇ ਹੂੰ ਉਹ ਵੀ ਬੰਗਲਿਆਂ 'ਚ ਰਹਿੰਦੇ ਆ ਇਹ ਵੀ ਬੰਗਲਿਆਂ 'ਚ ਰਹਿਣਗੇ ਉਵੇਂ ਹੀ ਆ ਖਾਰਾ ਕੰਮ ਉਹਨਾਂ ਨਾਲੋਂ ਕੋਈ ਵੱਖ ਨਹੀਂ ਬਿਲਕੁਲ ਹੁਣ ਕੀ ਜਿਹੜੇ ਪੰਜਾਬ ਦੇ ਐਮਪੀਜ਼ ਨੇ ਜੀ ਇਸ ਲਈ ਬਣਾਏ ਗਏ ਸੀ ਹਮ ਕਿ ਇਹਨਾਂ ਨੇ ਪੰਜਾਬ ਦੀ ਗੱਲ ਕਿੰਨੀ ਕੀਤੀ ਆ ਇਹਨਾਂ 2.5 ਸਾਲਾਂ 'ਚ ਤਾਂ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਕਿਦੀ ਕਿੰਨੀ ਖਾਧੀ ਰਹੀ ਆ ਇੱਕ ਪਾਸੇ ਤਾਂ ਪਾਰਲੀਮੈਂਟ ਦਾ ਸੈਸ਼ਨ ਹੁੰਦਾ ਸੀ ਦੂਸਰੇ ਪਾਸੇ ਖਿਡਾਰੀ ਸਾਹਿਬ ਤਾਂ ਕਮੈਂਟਰੀਆਂ 'ਚ ਹੁੰਦੇ ਸੀ ਜਾਂ ਪ੍ਰੋਗਰਾਮਾਂ 'ਚ ਹੁੰਦੇ ਸੀ ਪਰ ਤੁਸੀਂ ਬੰਦੇ ਉਹ ਜੇ ਬਣਾਤੇ ਜਿਨ੍ਹਾਂ ਦਾ ਕੋਈ ਪੰਜਾਬ ਦੇ ਨਾਲ ਮਸਲਿਆਂ ਨੂੰ ਲੈ ਕੇ ਵਾ ਵਾਸਤਾ ਹੀ ਨਹੀਂ ਹੂੰ ਰਗਵ ਚੱਡਾ ਹੋਣ ਹੂੰ ਅਸ਼ੋਕ ਮਿੱੱਤਲ ਜੀ ਹੋਣ ਜਾਂ ਹਰਭਜਨ ਜੀ ਵੀ ਹੋਣ ਹੂੰ ਤੇ ਉਹ ਦੋ ਚਾਰ ਮਸਲੇ ਨੇ ਉਠਾਇਆ ਵਧੀਆ ਠੀਕ ਆ ਪਰ ਉਹਵੇਂ ਤਾਂ ਜੁੜੇ ਹੋਏ ਨਹੀਂ ਨਾ ਉਹ ਵੀ ਇੱਕ ਸਿੱਖਿਆ ਦੇ ਬਹੁਤ ਵੱਡੇ ਵਪਾਰੀ ਨੇ ਭਾਈ ਹੂੰ ਇਹ ਖੇਡਾਂ ਵਾਲੇ ਨੇ ਤੇ ਉਹ ਦਿੱਲੀੋਂ ਲਿਆਂਦੇ ਇੱਕ ਮੁੱਖ ਮਹਿਮਾਨ ਸੀ ਜੀ ਤਾਂ ਪੰਜਾਬ ਨੂੰ ਤਾਂ ਕੁਝ ਨਹੀਂ ਮਿਲਿਆ ਤੇ ਹੁਣ ਵੀ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਕਿ ਤੁਹਾਨੂੰ ਹੁਣ ਹੱਥ ਪੈ ਗਏ ਬੰਗਲਾਂ 'ਚ ਰਹਿਣ ਦੀ ਤੁਸੀਂ ਉਹਨਾਂ ਨਾਲ ਚਿਰਣਾ ਪਈ ਲੋਕ ਆਖਣਗੇ ਜੀ ਇਹ ਕਿੱਡੀ ਗੱਲ ਆ ਜੇ ਇਹਨਾਂ ਉਹ ਘੱਟ ਰਹਿ ਗਿਉਣਾ ਦੇ ਪਰ ਇਹ ਇਸ਼ੂ ਇਹ ਆ ਕਿ ਪੰਜਾਬ ਦੇ ਜਿਹੜੇ ਰਾਜ ਸਭਾ ਮੈਂਬਰ ਬਣੇ ਹੋਏ ਨੇ ਕਿਉਂ ਇਸੇ ਕੰਮ ਦੇ ਲਈ ਆ ਜਿਹੜਾ ਪੰਜਾਬ ਦੇ ਲੋਕਾਂ ਨੇ ਵੋਟਾਂ ਬਣਾ ਕੇ ਜਿਹੜੇ ਪਹਿਲਾਂ ਵਿਧਾਇਕ ਚੁਣੇ ਫਿਰ ਵਿਧਾਇਕਾਂ ਨੇ ਉਹ ਰਾਜ ਸਭਾ ਮੈਂਬਰ ਚੁਣੇ ਹੂੰ ਤੇ ਉਹ ਸਿਰਫ ਉਹਨਾਂ ਹੀ ਕੰਮ ਆਉਣਗੇ ਉਹਨਾਂ ਨੇ ਇੱਕ ਦੇ ਪੰਜਾਬ ਦੀ ਗੱਲ ਨਹੀਂ ਕਰਨੀ ਹੂੰ ਵਿਧਾਇਕਾਂ ਨੂੰ ਦਾ ਸ਼ਾਇਦ ਪਤਾ ਹੀ ਨਹੀਂ ਹੋਣਾ ਵੀ ਕਿਹੜਿਆਂ ਨੂੰ ਚੁਣਨ ਲੱਗੇ ਆ ਉਨਨ ਤਾਂ ਪਤਾ ਨਹੀਂ ਸੀ ਲਿਸਟ ਆਈ ਸਾਹਮਣੇ ਹੂੰ ਕਿ ਅਸ਼ਾ ਜੀ ਇਹ ਵੀ ਇਹ ਕੌਣ ਆ ਜੀ ਇਹ ਤਾਂ ਕਹਿੰਦੇ ਬਹੁਤ ਵੱਡੇ ਬੰਦੇ ਨੇ ਜੀ ਇਹ ਉੱਥੋਂ ਆ ਜੀ ਇਹ ਇੱਥੇ ਆ ਜਾਂ ਠੀਕ ਆ ਜੀ ਹੂੰ ਲੋਕ ਜਾਨਾ ਨਹੀਂ ਫੇਰ ਲੱਗੇ ਆ ਭਾਈ ਚਲੋ ਕਿਸੇ ਦੇ ਤਾਂ ਕੰਮ ਆਏ ਹਾਂ ਮੈਂ ਵੀ ਇਹ ਖੁਸ਼ ਸੀ ਹਾਂ ਮੈਂ ਤਾਂ ਇਹ ਗੱਲ ਤੇ ਖੁਸ਼ ਹਾਂ ਵੀ ਚਲੋ ਦੋ ਕੱਟੜ ਆਮਾਨਦਾਰ ਬੰਦਿਆਂ ਦੇ ਜਿਹੜੇ ਬਹੁਤ ਆ ਹਾਈ ਪ੍ਰੋਫਾਈਲ ਨੇ ਜਿਹੜੇ ਕਦੇ ਜਹ ਜੰਜਨੀ ਚੜੇ ਵਿਚਾਰੇ ਜਿਹੜੇ ਬੈਗਨਾਰ ਗੱਡੀਆਂ ਚ ਘੁੰਮਦੇ ਨੇ ਹਾਂ ਤੇ ਉਹਨਾਂ ਦੇ ਚਲੋ ਕੰਮ ਦੋ ਪੰਜਾਬ ਦੇ ਰਾਜ ਸਭਾ MP ਆਏ ਇਹ ਮੈਂ ਹੋਰ ਖੁਸ਼ ਹਾਂ ਕਿੰਨਾ MP's ਨੇ ਜੀ ਪੰਜਾਬ ਦੇ ਲਈ ਭਾਵੇਂ ਕੁਛ ਨਾ ਕੀਤਾ ਹੋਵੇ ਹੂੰ ਚਲੋ ਆਪਣੀ ਪਾਰਟੀ ਦੇ ਸੁਪਰੀਮੋ ਦੇ ਲਈ ਆ ਆਪਣੀ ਪਾਰਟੀ ਦੇ ਕੰਮ ਤਾਂ ਆ ਰਹੇ ਆ ਹੂੰ ਉਹ ਤਾਂ ਚਲੋ ਵਧੀਆ ਹੋ ਰਿਹਾ ਆ ਭਾਈ ਹੂੰ ਕਿਉਂਕਿ ਰਾਕੂ ਚੱਡ ਰਹੇ ਰੌਲਾ ਪਾ ਕੇ ਕਿਸੇ ਇੱਕ ਬੰਗਲੇ ਨੂੰ ਲੈ ਕੇ ਉਹਨਾਂ ਦੇ ਵੀ ਕਿ ਤੁਸੀਂ ਇਹ ਬੰਗਲੇ 'ਚ ਨਹੀਂ ਰਹਿ ਸਕਦੇ ਕਿਉਂਕਿ ਇਹ ਥੋੜਾ ਵੱਡਿਆ ਭਾਈ ਤੁਸੀਂ ਉਸ ਕਾਦੇ ਹੈ ਨਹੀਂ ਤੁਸੀਂ ਕੱਲੇ ਐਮਪੀ ਹੋ ਮਤਲਬ ਕਿ ਜਿਹੜੀਆਂ ਗੱਲਾਂ ਲੈ ਕੇ ਪਿੱਛੇ ਰੌਲੇ ਪਾਉਂਦੇ ਸੀ ਕਿ ਸਾਨੂੰ ਕੋਠੀਆਂ ਨਹੀਂ ਮਿਲਦੀਆਂ ਸਾਨੂੰ ਘਰ ਨਹੀਂ ਮਿਲਦੇ ਜੀ ਉਹਨੂੰ ਲੈ ਕੇ ਇਹ ਵੀ ਉਵੇਂ ਚੱਲ ਰਹੇ ਆ ਹੂੰ ਕੀ ਦਿੱਲੀ ਚ ਹੀ ਹੈ ਨਾ ਚਲੋ ਪੰਜਾਬ ਤਾਂ ਭਾਵੇਂ ਵਿਧਾਇਕ ਕੋਲੇ ਹਲੇ ਐਮਐਲਏ ਹੋਸਟਲ ਹੁੰਦਾ ਦਿੱਲੀ ਚ ਵੀ ਹੈਣੀ ਸਿਰਫ ਮੁੱਖ ਮੰਤਰੀ ਹੋ ਗਿਆ ਜਾਂ ਵੀਪ ਚਿਪ ਹੋ ਗਿਆ ਜਾਂ ਸਪੀਕਰ ਹੋ ਗਿਆ ਡੈਪਟੀ ਸਪੀਕਰ ਹੋ ਗਿਆ ਉਹਨਾਂ ਨੂੰ ਸਰਕਾਰੀ ਰਿਹੈਸ਼ ਮਿਲਦੀ ਹੈ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਕੋਈ ਐਮਐਲਏ ਹੋਸਟਲ ਵੀ ਨਹੀਂ ਮਿਲਦਾ ਕਹਿੰਦੇ ਸਰਕਾਰ ਥੋੜੀ ਜਿਹੀ ਲਿਆਉਣ ਦੀ ਕੋਸ਼ਿਸ਼ ਤਾਂ ਕਰ ਰਹੀ ਸੀ ਪਹਿਲਾਂ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜੇ ਪਿਛਲੇ ਮੁੱਖ ਮੰਤਰੀ ਸੀ ਪਰ ਉਹ ਕੁਝ ਕਾਰਨਾ ਕਰਕੇ ਅੜ ਗਏ ਹੋਸਟਲ ਉਹ ਬਣੇ ਨਹੀਂ ਕਿਤੇ ਤਾਂ ਉਹ ਮੈਟਰੋ ਪ੍ਰੋਜੈਕਟ ਆ ਗਿਆ ਕਿਤੇ ਕੁਝ ਹੋ ਗਿਆ ਉਹ ਰੁਕ ਗਏ ਤੇ ਉਵੇਂ ਹੁਣ ਕੰਟੀਨਿਊ ਤੇ ਹੁਣ ਇਹਨਾਂ ਨੇ ਬੰਗ ਵੀ ਕੀਤੀ ਸੱਚ ਇੱਕ ਭਾਰ ਸਰਕਾਰ ਤੋਂ ਕਿ ਭਾਈ ਇਹ ਨੈਸ਼ਨਲ ਪਾਰਟੀ ਦੇ ਕਨਵਿੰਨਰ ਅਤੇ ਬੰਗਲਾ ਮਿਲ ਜਾ ਉਹ ਉਹ ਚ ਹੱਕ ਤੇ ਆਪਾਂ ਵੀ ਹੈਗੇ ਆ ਕਿ ਭਾਈ ਜੇ ਉਹ ਅਧਿਕਾਰ ਹੈਗੇ ਆ ਇੱਕ ਨੈਸ਼ਨਲ ਪਾਰਟੀ ਦੇ ਪ੍ਰਧਾਨ ਦੇ ਹੋਣ ਦੇ ਨਾਤੇ ਤਾਂ ਉਹ ਮਿਲਨੇ ਚਾਹੀਦੇ ਆ ਹਮ ਪਰ ਉਹ ਹੁਣ ਕਿਵੇਂ ਕਰਨਗੇ ਇਹ ਦੇਖਣ ਵਾਲਾ ਤੇ ਜੀ ਹੁਣ ਹਰਿਆਣੇ ਚ ਅੱਜ ਵੋਟਿੰਗ ਆ ਜੀ ਜੀ ਸਵੇਰ ਤੋਂ ਸ਼ੁਰੂ ਹੋਊਗੀ 7 ਵਜੇ ਤੋਂ ਹਾਂਜੀ ਤੇ 8 ਤਰੀਕ ਨੂੰ ਨਤੀਜਾ ਆ ਜਾਣਾ ਹਮ ਅੱਜ ਸ਼ਾਮ ਤੱਕ ਜਿਹੜੀਆਂ ਵੋਟਾਂ ਪੈ ਗਈਆਂ ਮਸ਼ੀਨਾਂ ਚ ਹੋ ਜਾਣੀਆਂ ਬੰਦ ਭਾਈ ਤੇ 8 ਤੋਂ ਬਾਅਦ ਜਿਹੜੇ ਅਰਵਿੰਦ ਕੇਜਰੀਵਾਲ ਜੀ ਆ ਉਹ ਵਿਲੇ ਹੋ ਜਾਣਗੇ ਇੱਕ ਤਰੀਕੇ ਨਾਲ ਚਲੋ ਵਿਲੇ ਤਾਂ ਹੁਣੇ ਹੀ ਹੋ ਗਏ ਹਮ ਉਮੇ ਕੰਮ ਕਰਨ ਲੈ ਕੇ ਜੀ ਪੰਜਾਬ ਚ ਕੀ ਕਰਨਾ ਅਸੀਂ ਹਮ ਹੁਣ ਦਿੱਲੀ ਚ ਕੀ ਕਰਨਾ ਅਸੀਂ ਬਿਲਕੁਲ ਉਹ ਹੁਣ ਫੁੱਲ ਤਿਆਰੀਆਂ ਕਰ ਲੈਣਗੇ ਹਮ ਤੇ ਜਿਹੜੀਆਂ ਚਰਚਾਵਾਂ ਪਬਲਿਕ ਕਰਕੇ ਹਟੇ ਆਂ ਸਰਕਾਰ 'ਚ ਕੁਝ ਬਦਲੀਆਂ ਨੂੰ ਲੈ ਕੇ ਹੂੰ ਉਹ ਹੋਣੀਆਂ ਸ਼ੁਰੂ ਹੋ ਜਾਣਗੀਆਂ ਹੂੰ ਤੇ ਹੋਰ ਕੀ ਕੁਝ ਹੋਵੇਗਾ ਇਹ ਦੇਖਣ ਵਾਲਾ ਹੋਵੇਗਾ ਪਰ ਜਿੰਨੀ ਕਹਿੰ ਰਿਪੋਰਟ ਆ ਰਹੀ ਆ ਹਰਿਆਣੇ ਤੋਂ ਜੀ ਚਲੋ ਆਪਣਾ ਪ੍ਰੋਗਰਾਮ 7 ਵਜੇ ਹੋਣਾ ਉਹ ਤੱਕ ਤਾਂ ਐਗਜ਼ਿਟ ਪੋਲ ਵੀ ਸਾਹਮਣੇ ਆ ਜਾਣਗੇ ਹੂੰ ਤਾਂ ਚਰਚਾ ਹੋ ਰਹੀ ਆ ਕਾਂਗਰਸ ਸਰਕਾਰ ਦੀ ਬਿਲਕੁਲ ਕੀ ਕਾਂਗਰਸ ਪਾਰਟੀ ਸਰਕਾਰ ਬਣਾ ਲੂਗੀ ਹੂੰ ਹੁੱਡਾ ਸਾਹਿਬ ਕਹਿੰਦੇ ਮੁੱਖ ਮੰਤਰੀ ਬਣ ਜਾਣਗੇ ਹੂੰ ਪਰ ਜਿਹੜੀ ਸ਼ੈਲਜਾ ਜੀ ਆ ਉਹ ਅੜੇ ਹੋਏ ਉਹ ਵੀ ਮੁੱਖ ਮੰਤਰੀ ਦੀ ਕੁਰਸੀ ਭਾਰ ਰਹੇ ਆ ਤੇ ਦੂਸਰੇ ਪਾਸੇ ਕੀ ਬਹਮਤ ਮਿਲ ਜੂਗਾ ਹਜੇ ਵੀ ਨਹੀਂ ਪਤਾ ਪਰ ਮੇਰਾ ਤਾਂ ਇਹ ਆ ਮੇਰਾ ਇੰਟਰਸਟ ਤਾਂ ਇਹ ਆ ਵੀ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਆਉਂਦੀਆਂ ਆਪਣਾ ਤਾਂ ਇਹ ਆ ਜਾਂ ਕਿੰਨੇ ਬੰਦੇ ਦੂਜੇ ਨੰਬਰ ਤੇ ਆਉਂਦੇ ਆ ਜਾਂ ਕਿੰਨੇ ਤੀਜੇ ਤੇ ਜਾਂ ਚੌਥੇ ਤੇ ਉਹ ਦੇਖਣ ਦਾ ਜ਼ਿਆਦਾ ਕਿ ਜਮਾਨ ਤਾਂ ਬਚਾ ਸਕਣਗੇ ਹੂੰ ਇਹ ਵੀ ਹੈ ਨਾ ਇੱਕ ਅੱਧੀ ਸੀਟ ਤਾਂ ਸ਼ਾਇਦ ਉਹ ਵੀ ਸ਼ਾਇਦ ਚ ਚਲੋ ਆਪਾਂ ਤਾਂ ਕਹਿਣਾ ਜਿਆਦਾ ਆ ਜਾਣ ਕੋਈ ਗੱਲ ਨਹੀਂ ਇਹ ਆਪਾਂ ਜੀ ਸ਼ਰਤ ਲਾ ਲੈਨੇ ਕਿ ਇਦਾਂ ਸ਼ਰਤਾਂ ਨਹੀਂ ਆ ਪ੍ਰਾਣੀਆਂ ਜਿੱਤਿਆਂ ਸੀ ਉਹ ਪੂਰੀਆਂ ਕਰ ਲਗੇ ਹੂੰ ਲੈ ਜਾਉਂਗੀ ਹੈ ਥੱਲੇ ਵੀ ਲੈ ਜਾਣਾ ਹਾਂ ਚਲੋ ਦੇਖਦੇ ਆ ਕੋਈ ਨਹੀਂ 7 ਵਜੇ ਤੋਂ ਬਾਅਦ 6:00 ਤੋਂ ਬਾਅਦ ਆਉਣ ਲੱਗ ਜਾਂਦੇ ਹੁੰਦੇ ਐਗਜ਼ੀਪੋਲ ਜੇ ਜੇ ਕੋਈ ਆਇਆ ਤਾਂ ਅੰਦਾਜ਼ਾ ਹੋ ਜਾਊਗਾ ਠੀਕ ਆ ਲਾਲਾ ਜੀ ਤੂੰ ਸ਼ਰਤ ਲਾਉਣੀ ਆ ਕੋਈ ਗੱਲ ਨਹੀਂ ਲਾਲਾ ਨਹੀਂ ਨਹੀਂ ਪਹਿਲਾਂ ਤੂੰ ਜੀਆਂ ਤਿੰਨ ਸ਼ਰਤਾਂ ਪੂਰੀਆਂ ਕਰੋ ਅਸੀਂ ਫੇਰ ਲਾਵਾਂਗੇ ਹਣਾ ਸੁਖਵੰਤਾ ਦਿੱਤੀ ਦਾ ਹੀ ਪਾਰਟੀ ਦੇਖਿਆ ਪਾਰਟੀ ਦਿੱਤੀ ਐ ਪਾਰਟੀਆਂ ਨੂੰ ਦੋ ਦਿਨ ਦੇਦੀਆਂ ਕੱਲ ਪਰਸ ਨਹੀਂ ਦਿਨ ਦਿੱਤੀ ਪਾਰਟੀ ਨਹੀਂ ਜੀ ਜਾ ਕੇ ਨਹੀਂ ਸਗਵੰਤ ਤਾਂ ਨਹੀਂ ਪਾਰਟੀ ਤੇ ਨਹੀਂ ਸੀ ਉਹ ਪ੍ਰੋਗਰਾਮ ਤਾਂ ਕੇ ਸੀ ਆਪਾਂ ਬੱਸੇ ਉਹ ਪਾਰਟੀ ਹੋ ਗਈ ਫਿਰ ਐ ਨਹੀਂ ਆਏ ਥੋੜੀ ਹੁੰਦਾ ਭਾਈ ਗਿਆ ਸੀ ਨਾ ਫਿਰ ਲੈ ਚਾਹ ਦੇਖ ਬਸ ਲੈ ਕੇ ਤਾਂ ਭਾਈ ਗਿਆ ਸੀ ਨਾ ਹਾਂ ਐ ਤੂੰ ਮਨਾਲੋ ਭਾਈ ਐ ਤਾਂ ਮੰਨ ਨਹੀਂ ਜਾਵਾਂਗੇ ਹਾਂ ਦੇਖ ਲੈ ਲੈ ਹੁਣ ਭਾਈ ਇੰਨੀ ਦਾ ਹੋ ਗਿਆ ਖੜ ਗਿਆ ਹਾਂ ਸਗਵੰਤ ਤੇਰੀ ਮਾੜੀ ਗੱਲ ਤੂੰ ਸਟੈਂਡ ਇੱਕ ਰੱਖ ਐ ਮੈਂ ਤਾਂ ਦੇਖ ਗੜੀ ਜਾਣਾ ਕਿ ਸਗਵੰਤ ਨੂੰ ਪਾਰਟੀ ਚਾਹੀਦੀ ਆ ਹੂੰ ਕਹਿੰਦਾ ਇਹ ਸੁਗਵੰਤ ਗਲਤੀ ਤੇਰੀ ਨਹੀਂ ਸਟੈਂਡ ਤੇ ਕਹਿੰਦੇ ਕਿ ਜਲੰਧਰ ਤੋਂ ਵੀ ਹਿਲਣ ਵਾਲਾ ਹੂੰ ਜਿਹੜਾ ਤਿੰਨ ਚਾਰ ਪਾਰਟੀਆਂ ਜਾਇਆ ਬੰਦਾ ਬਿਲਕੁਲ ਜੀ ਕਹਿੰਦੇ ਜਲੰਧਰ ਤੋਂ ਇੱਕ ਵੱਡੀ ਖਬਰ ਆ ਸਕਦੀ ਹੈ ਹੂੰ ਫਿਰ ਉਹੀ ਗੱਲ ਫੇਰ ਆ ਗਈ ਸਟੈਂਡ ਵਾਲੀ ਹੂੰ ਕਿ ਹੁਣ ਕਿਸੇ ਬੰਦਿਆਂ ਦੇ ਸਿਆਸੀ ਲੀਡਰ ਨੇ ਕਿ ਵਾਕਈ ਇਹ ਸਿਆਸਤ ਦੀਨੇ ਜੀ ਭੁੱਖ ਐਨੀ ਹੋਗੀ ਹੂੰ ਕਿ ਜਿੱਧਰ ਕੁਰਸੀ ਦਿੰਦੀ ਆ ਉਧਰ ਹੀ ਛਾਲ ਮਾਰ ਦਿੰਦੇ ਨੇ ਜੇ ਉਹ ਬੰਦਾ ਘਰ ਵਾਪਸੀ ਕਰ ਗਿਆ ਜਿਹਦੀ ਖਬਰ ਆ ਰਹੀ ਆ ਹੂੰ ਫੇਰ ਤਾਂ ਬੱਸ ਰਿਕਾਰ ਟੁੱਟ ਜਾਣਗੇ ਹੂੰ ਉਹ ਵਧੀਆ ਇੱਕ ਹੋਰ ਚੀਜ਼ ਆ ਕਿ ਉਹ ਬੰਦਾ ਆ 2 ਸਾਲਾਂ ਚ ਹੀ ਹੂੰ ਸਾਰੀਆਂ ਪਾਰਟੀਆਂ ਦੇਖ ਆਇਆ ਹੂੰ ਕਾਲੀਦਾਰ ਰਹੇਗਾ ਉਧਰ ਵੀ ਜਾਇਆ ਹਾਂ ਉਹ ਤਾਂ ਹੋਰ ਪਾਰਟੀਆਂ ਉਸ ਦਾ ਫਿਰ ਸੰਕਟ ਜਾਣਾ ਉਹ ਤਾਂ ਨਹੀਂ ਜਾਊਗਾ ਅਗਲਾ ਹੂੰ ਨਾ ਚਿਹਰਾ ਉਸ ਟਾਈਪ ਦਾ ਹੈ ਨਹੀਂ ਉਹ ਹੂੰ ਪਰ ਚਲੋ ਮੁੱਖ ਪਾਰਟੀਆਂ ਦੇਖ ਆਇਆ ਹੂੰ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਹੁਣ ਦੇਖੋ ਭਾਈ ਹੂੰ ਫੇ ਜਲੰਦਾ ਲੋਕ ਕੀ ਕਰਨਗੇ ਹੂੰ ਤੇ ਜਿਹੜੇ ਕਾਂਗਰਸੀ ਉਹਨਾਂ ਨੂੰ ਚੰਗਾ ਮੰਦਾ ਬੋਲਦੇ ਸੀ ਹੂੰ ਤੇ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਬੋਲਦੇ ਸੀ ਹੂੰ ਫਿਰ ਭਾਜਪਾ ਵਾਲੇ ਬੋਲਣ ਲੱਗੇ ਫਿਰ ਬਾਕੀ ਉਹ ਬੋਲਣ ਲੱਗੇ ਹੂੰ ਬੋਲ ਜਾਣਗੇ ਤੇ ਉਹਨਾਂ ਦੇ ਵਰਕਰ ਕੀ ਕਰਨਗੇ ਵੇਖੋ ਪਹਿਲਾਂ ਤਾਂ ਹੈਗੇ ਸੀ ਉਹ ਕਾਂਗਰਸੋਂ ਵਿੱਚ ਜੀ ਉਮੇ ਸਟicker ਲੱਗਿਆ ਹੋਇਆ ਸੀ ਕਾਂਗਰਸ ਦਾ ਹੂੰ ਫਿਰ ਲੱਗ ਗਿਆ ਆਵਾਮੀ ਪਾਰਟੀ ਦਾ ਸਟickerਕਾਰ ਤੇ ਹੂੰ ਫਿਰ ਲੱਗ ਗਿਆ ਭਾਜਪਾ ਦਾ ਸਟicker ਲੱਗ ਗਿਆ ਹੂੰ ਤਾਂ ਲੋਕ ਤਾਂ ਕਾਰਾਂ ਸ਼ੀਸ਼ੇ ਖਰਾਬ ਕਰ ਲੈਣ ਗਿਆ ਆਪਦੇ ਹੂੰ ਸਟicker ਲਾ ਲਾ ਕੇ ਹੂੰ ਚਲੋ ਕੋਈ ਗੱਲ ਹਾਂ ਚਲੋ ਦੇਖਦੇ ਆਂ ਭਾਈ ਖਬਰ ਉੜਦੀ ਉੜਦੀ ਹਾਂ ਕਿ ਉਹ ਸੱਚ ਹੁੰਦੀ ਆ ਅੱਜ ਸ਼ਾਮ ਤੱਕ ਮੈਨੂੰ ਤਾਂ ਪਿਆਰ ਚ ਵੀ ਪਤਾ ਲੱਗ ਜੂ ਵੀ ਕਿੰਨੇ ਕਦੇ ਕਾਗਜ਼ ਸਹੀ ਪਾਏ ਗਏ ਕਿੰਨੇ ਕਦੇ ਰੱਦ ਹੋ ਗਏ ਤੇ 7 ਤਰੀਕ ਤੱਕ ਮੈਨੂੰ ਤਾਂ ਵਾਪਸ ਲਾਹਦਾ ਜੇ ਕਿਸ ਦਾ ਰਾਦਾ ਬਦਲ ਗਿਆ ਬਿਲਕੁਲ 8 ਨੂੰ ਜਮਾਂ ਪਤਾ ਲੱਗ ਜੂ 8 ਤਰੀਕ ਨੂੰ ਵੀ ਕਿਹੜੇ ਕਿਹੜੇ ਬੰਦੇ ਚੋਣ ਲੜ ਰਹੇ ਆ ਬਿਲਕੁਲ ਬਿਲਕੁਲ ਜੀ ਇੱਕ ਨਾ ਕੈਨੇਡਾ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਬ੍ਰੈਮਟਨ ਤੋਂ ਜੀ ਜਿੱਥੇ ਤਕਰੀਬਨ 60 ਰੱਖਣੀ ਸੀ ਵੇਟਰ ਹਾਂ ਉਹ ਘਟਾਬੇ ਦੇ ਦਿੱਤੇ ਜਾਂ ਟੋਟਲ ਦਾ ਰੈਸਟੋਰੈਂਟ ਲੜਾ ਹਾਂ ਇੱਕ ਢਾਬਾ ਖੋਲੇ ਗਿਆ ਸੀ ਉਹਨਾਂ ਦਾ ਇੱਕ ਤੇ ਉਹ ਚ ਉਹਨੇ ਰੱਖਣੀ ਸੀ ਭਾਈ ਵੇਟਰ 60 ਪਰ ਕਹਿੰਦੇ ਉੱਥੇ ਆਪਣੇ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਨਾਲ ਕੁਝ ਕੁ ਹਰਿਆਣੇ ਦੇ ਜੀ ਉਹ ਚੋਂ ਬਹੁਤ ਤੇ ਗਿਣਤੀ ਪੰਜਾਬ ਦੇ ਸੀ ਉਹ 3000 ਬੱਚਾ ਉੱਥੇ ਪਹੁੰਚ ਗਏ ਹਾਂ ਲੈਣਾ ਲੱਗੀਆਂ ਸੀ ਲੰਬੀਆਂ ਹਾਂ ਮਤਲਬ ਕਿ ਹਾਲਾਤੇ ਨੇ ਪਈ ਬ੍ਰੈਮਟਨ ਦੇ ਵਿੱਚ ਕੈਨੇਡਾ ਦੇ ਵਿੱਚ ਜੀ ਕਿ ਜਿਹੜੇ ਪੰਜਾਬੀ ਬੱਚੇ ਆ ਉਹ ਇੱਕ ਵੇਟਰ ਦੀ ਨੌਕਰੀ ਦੇ ਲਈ ਵੀ 3000 ਬੱਚਾ ਜਾ ਰਿਹਾ ਜਿੱਥੇ ਸਿਰਫ ਲੋਡ ਹੈਗੀ ਆ 60 ਬੰਦਿਆਂ ਦੀ ਉਹ ਜਿਹੜੀ ਰਿਪੋਰਟ ਹੋਈ ਆ ਉਹਦੇ ਵਿੱਚ ਕਈ ਬੱਚਾ ਨੇ ਬੋਲਿਆ ਵੀ ਸਾਡੇ ਫਰੈਂਡ ਜਾਂ ਸਾਡੇ ਮਤਲਬ ਜਿਹੜਾ ਰੂਮ ਜੋ ਸ਼ੇਅਰ ਕਰ ਰਹੇ ਆ ਲੜਕਾ ਜੋ ਸਾਡੇ ਨਾਲ ਆ ਜਾਂ ਲੜਕੀ ਨੇ ਇੱਕ ਨੇ ਬਿਆਨ ਦਿੱਤਾ ਵੀ ਜਿਹੜੀ ਲੜਕੀ ਸਾਡੇ ਨਾਲ ਵੀ ਉਹਨੂੰ ਪਿਛਲੇ 2 ਸਾਲਾਂ ਤੋਂ ਜੌਬਲੈਸ ਆ ਜਾਂ ਪਿਛਲੇ ਸਾਲ ਤੋਂ ਜੌਬਲੈਸ ਆ ਜਾਂ 6 ਮਹੀਨਿਆਂ ਤੋਂ ਐਂ ਕਰਕੇ ਅੱਡਾੜ ਬਿਆਨ ਆ ਰਹੇ ਆ ਸੋ ਹਾਲਾਤ ਆ ਜਿਹੜੇ ਕੰਮਕਾਰ ਨੂੰ ਲੈ ਕੇ ਉਹ ਖਰਾਬ ਹੁੰਦੇ ਜਾ ਰਹੇ ਆ ਪਰ ਜਿਹਨੂੰ ਮਿਲ ਗਿਆ ਉਹ ਕਹਿ ਰਿਹਾ ਵੀ ਠੀਕ ਹਾਂ ਉਹ ਬੱਲੇ ਬੱਲੇ ਆਪਣਾ ਇੱਕ ਬੱਚਾ ਕਹਿ ਰਿਹਾ ਸਿੱਕੀ ਜੀ ਮੇਰਾ ਦੋਸਤ ਆ ਉਹ ਆਪਦੇ ਘਰੇ ਦੱਸ ਨਹੀਂ ਰਿਹਾ ਕਿਉਂਕਿ ਨੇ ਮਾਪਿਆਂ ਨੇ ਜ਼ਮੀਨ ਵੇਚ ਕੇ ਉਹਨੂੰ ਵਿਦੇਸ਼ ਭੱਲਿਆ ਸੀ ਬਿਲਕੁਲ ਹੁਣ ਕੰਮ ਮਿਲ ਨਹੀਂ ਰਿਹਾ ਇਹ ਪੈਸਿਆਂ ਦਾ ਔਖਾ ਹੋ ਰਿਹਾ ਪਰ ਉਹ ਜੇ ਮੈਂ ਦਸਤੀ ਗੱਲ ਕਰੇ ਤੇ ਮੇਰੇ ਮਾਪੇ ਪਰੇਸ਼ਾਨ ਹੋਣਗੇ ਪਰ ਇਹ ਜਿਹੜੇ ਕੰਮ ਕਰ ਚੁੱਕੇ ਲੋਕਾਂ ਨੂੰ ਖਬਰ ਸਾਹਮਣੇ ਆ ਗਈ ਬੜੀ ਸ਼ਰਮਸਾਰ ਖਬਰ ਹੈ ਵੀ ਕਿ ਕਿਤੇ ਤਾਂ ਇੰਨਾ ਬੱਚੇ ਨੇ ਜੇ ਪੰਜਾਬ ਚ ਹੁੰਦੇ ਕਿਸੇ ਅਫਸਰ ਵਾਲੀ ਨੌਕਰੀ ਦੇ ਚ ਲੈਂਚ ਲੱਗਣਾ ਸੀ ਤਾਂ ਖੁਸ਼ੀ ਹੁੰਦੀ ਉਥੇ ਪਰ ਤੁਸੀਂ ਇੱਥੇ ਪਲੱਸ 2 ਪਾਸ ਕਰਨ ਤੋਂ ਬਾਅਦ ਜਾਂ ਵੀ ਇਹ ਕਰਨ ਤੋਂ ਬਾਅਦ ਆਪਾਂ ਵੇਟਰ ਦੇ ਕੰਮ ਨੂੰ ਮਾੜਾ ਨਹੀਂ ਕਹਿ ਰਹੇ ਮਤਲਬ ਕਿ ਜੇਕਰ ਤੁਸੀਂ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਇੱਕ ਜਾ ਕੇ ਵੇਟਰ ਵਾਈ ਲਾਈਨ ਦੇ ਵਿੱਚ ਖੜ ਰਹੇ ਹੋ ਹਾਂ ਹਾਲਾਂਕਿ ਪੰਜਾਬ ਦੇ ਵਿੱਚ ਆਈ ਨਹੀਂ ਸੀ ਵੀ ਉਹ ਜੌਬ ਲਈ ਉਹਨਾਂ ਨੂੰ ਉਮੀਦ ਦੇਖਣਾ ਪੈਂਦਾ ਉਹ ਪਹਿਲਾਂ ਪੜਦੇ ਹਾਂ ਪੇਪਰ ਦੀ ਤਿਆਰੀ ਕਰਦੇ ਇੱਕ ਦੋ ਚਾਰ ਟ੍ਰੈਨਿੰਗਾਂ ਕਰਦੇ ਉਮਰ ਉਮਰ ਦਾ ਵੀ ਹੁੰਦਾ ਵੀ ਇੰਨੀ ਉਮਰ ਤੱਕ ਪੇਪਰ ਦੇ ਸਕਦੇ ਉਹ ਤਾਂ ਹੁੰਦੇ ਹੀ ਹਨਾ ਹਾਂ ਕਿ ਜੇਕਰ ਤੁਸੀਂ ਪੰਜਾਬ ਚ 25-30 ਲੱਖ ਰੁਪਇਆ ਲਗਾ ਕੇ ਵਿਦੇਸ਼ ਜਾ ਰਹੇ ਹੋ ਤੇ ਉੱਥੇ ਵੀ ਇੱਕ ਵੇਟਰ ਦੇ ਕੰਮ ਦੇ ਲਈ ਅਪਲਾਈ ਕਰ ਰਹੇ ਹੋ ਤਾਂ ਫਿਰ ਉਹ ਜਿਹੜਾ ਇੱਕ ਫਰਕ ਆ ਜਾਂ ਤੁਹਾਡੀ ਪੜ੍ਹਾਈ ਆ ਜਾਂ ਤੁਹਾਡਾ ਜਿਹੜਾ ਪਿਛਲਾ ਪੈਸਾ ਉਹ ਸਾਰਾ ਵੇਸਟ ਜਾਣ ਵਾਲੀ ਗੱਲ ਹੋਣੀ ਉਹਦੇ ਇੱਕ ਹੋਰ ਚੀਜ਼ ਵੀ ਆ ਜੋ ਮੈਂ ਦੇਖਦਾ ਹੋ ਸਕਦਾ ਕੋਈ ਕਈ ਬੰਦੇ ਨਾਲ ਸਹਿਮਤ ਹੋਣ ਜੇ ਤੁਸੀਂ ਪੰਜਾਬ 'ਚ 10 ਸਾਲ ਲਾਉਣੇ ਹੋ ਜੇ 12ਵੀਂ ਤੋਂ ਬਾਅਦ 10 ਸਾਲ ਤੁਸੀਂ ਇੱਥੇ ਲਾਉਣੇ ਬਾਰਮੀ ਕਰਕੇ ਉਦੋਂ ਬਾਅਦ ਗ੍ਰੈਜੂਏਸ਼ਨ ਉਦੋਂ ਬਾਅਦ ਕਿੰਨੇ ਸਾਰੇ ਟੈਸਟਾਂ ਨੂੰ ਵੀ ਤੁਸੀਂ 4-5 ਸਾਲ ਦਿੰਨੇ ਹੋ ਜੇ ਉਦੋਂ ਬਾਅਦ ਨਹੀਂ ਗੱਲ ਬਣਦੀ ਤੇ ਉਹੀ 35 ਲੱਖ ਦੇ ਵਿੱਚੋਂ ਅੱਧੇ ਪੈਸੇ ਨਾਲ ਕੋਈ ਛੋਟਾ ਮੋਟਾ ਰੋਜ਼ਗਾਰ ਚਲਾ ਸਕਦੇ ਹੋ ਤੇ ਉਦੋਂ ਉਹ ਜਿਹੜਾ ਤੁਸੀਂ ਕੋਈ ਜ਼ਮੀਨ ਵੇਚੀ ਜਾਂ ਜਿੱਥੋਂ ਆਇਆ ਉਹ ਪੈਸੇ ਉਹ ਵਧਣਗੇ ਹੀ ਇੱਕ ਹੋਰ ਚੀਜ਼ ਵੀ ਹੈ ਰਤਨ ਜੀ ਹੁਣ ਬੱਚਾ ਇੱਥੋਂ ਪਲੱਸ 2 ਕਰ ਲੈਂਦਾ ਹੂੰ ਕਹਿੰਦੇ ਕੀ ਕਰਨੇ ਬਾਹਰ ਜਾਣਾ ਕਹਿੰਦੇ ਕਿਉਂ ਇੱਥੇ ਕੰਮ ਹੈ ਨਹੀਂ ਜੀ ਹੂੰ ਭਰਾਵਾ ਤੂੰ ਪਲੱਸ 2 ਪਾਸ ਕਰ ਕਿਹੜਾ ਵੰਦ ਘੜਤਾ ਹੂੰ ਤੇ ਜੀ ਸਕਿੱਲ ਕੀ ਆ ਹੂੰ ਇਹ ਸੁੱਤ ਹੋਇਆ ਨਾ ਕਿ ਤੂੰ ਪੜ੍ਹਾਈ ਕਿੰਨੀ ਕਰ ਲਈ ਹੋ ਜਾਂਦਾਂ ਉਸ ਕੰਮ ਕੀ ਸਿੱਖਿਆ ਤੂੰ ਹਜੇ ਪਲੱਸ 2 ਪਾਸ ਕੀ ਤੀਂ ਤੂੰ ਪਹਿਲਾਂ ਕਹਿ ਰਿਹਾ ਪੰਜਾਬ ਚ ਕੰਮ ਨਹੀਂ ਜਾਂਦਾ ਤੂੰ ਇੱਕ ਸਕਿੱਲ ਵੀ ਹੈਣੀ ਨਾ ਤੇਰੇ ਕੋਲ ਇਹ ਕਿੰਨੇ ਬੱਚੇ ਜਿਹੜੇ ਕੰਮ ਕਰ ਰਹੇ ਆ ਹੁਣ ਭਾਵੇਂ ਕੰਮ ਕੋ ਛੋਟਾ ਵੱਡਾ ਨਹੀਂ ਹੁੰਦਾ ਪਰ ਤੁਸੀਂ ਉਦਮਤਾ ਕਰੋ ਨਾ ਜੇ ਤੁਸੀਂ ਇਹ 25 30 ਲੱਖ ਰੁਪਏ ਪੰਜਾਬ ਚ ਇਨਵੈਸਟ ਕਰੋ ਕੋਈ ਨਿੱਕਾ ਕਾਰੋਬਾਰ ਸ਼ੁਰੂ ਕਰ ਲਓ ਆਪਦਾ ਕੋਈ ਹੂੰ ਤੁਸੀਂ ਰੈਸਟੋਰੈਂਟ ਸ਼ੁਰੂ ਕਰੋ ਚਲੋ ਪੰਜਾਬ ਦੇ ਵਿੱਚ ਹੂੰ ਤੁਸੀਂ ਵਧੀਆ ਕਮਾ ਸਕਦੇ ਹੋ ਆਪਣੇ ਮਾਪਿਆਂ ਕੋ ਰੋਹਗੇ ਆਪਣੇ ਪ੍ਰਵਾਹ ਕੋ ਰਹੋਗੇ ਆਪਣੇ ਪਿੰਡ ਦੇ ਵਿੱਚ ਰਹੋਗੇ ਪਰ ਤੁਸੀਂ ਵਿਦੇਸ਼ ਜਾ ਕੇ ਇਹਨੇ ਪੈਸੇ ਖਰਚਣ ਤੋਂ ਬਾਅਦ ਵੀ ਇੱਕ ਵੇਟਰ ਦੀ ਨੌਕਰੀ ਲਈ ਅਪਲਾਈ ਕਰ ਰਹੇ ਹੋ ਜਾਲੀ ਰੋੜਾ ਨਾ ਦੇਖਾ ਦੇਖੀ ਜੀ ਹੋਗਾ ਕੰਮ ਮੈਨੂੰ ਕਈ ਮਜਬੂਰੀ ਵਾਲੇ ਆ ਠੀਕ ਆ ਪਰ ਜਿਹੜੇ ਹੁਣ ਤਕੜੇ ਘਰਾਂ ਦੇ ਜਿਨ੍ਹਾਂ ਦਾ ਇੱਥੇ ਬਹੁਤ ਸਰਦਾਗਾ ਉਹਨਾਂ ਦਾ ਪਤਾ ਨਹੀਂ ਦੇਖਾ ਦੇਖੀ ਜੀ ਹੈ ਕਈ ਕੰਮ ਦਾ ਤੁਸੀਂ ਜੀ ਦੇਖੋ ਨਾ ਆਪਣੇ ਬੱਚੇ ਵਿਦੇਸ਼ ਜਾਣ ਕੋਈ ਦਿੱਕਤ ਨਹੀਂ ਤੁਸੀਂ ਪੜੋ ਲਿਖੋ ਪਰ ਤੁਸੀਂ ਉੱਥੇ ਜਾ ਕੇ ਕੁਰਸੀਆਂ ਤੇ ਬੈਠਣ ਲਈ ਨੌਕਰੀ ਕਰੋ ਜੀ ਉਹਨਾਂ ਦੀ ਆਫਰ ਸ਼ਾਈ ਦੇ ਵਿੱਚ ਜਾ ਕੇ ਤੁਸੀਂ ਇਨਵੋਲਵ ਹੋ ਤਾਂ ਖੁਸ਼ੀ ਹੋਵੇਗੀ ਜੀ ਹੁਣ ਇੱਥੇ ਕਿਤੇ ਕੋਈ ਖਬਰ ਆਉਂਦੀ ਹੈ ਕਿ ਜਿਹੜਾ ਸੀਓ ਬਣ ਗਿਆ ਭਾਈ ਸਿੱਖ ਕੋਈ ਮਾਸਟਰ ਕਾਰਡ ਦਾ ਕਿਸੇ ਕੋਈ ਹੋਰ ਕੰਪਨੀ ਦਾ ਬਣ ਗਿਆ ਤਾਂ ਉੱਥੇ ਖੁਸ਼ੀ ਹੁੰਦੀ ਆ ਜਾਂ ਮੁੰਡਾ ਕੋਈ ਪੁਲਿਸ ਵਿੱਚ ਭਰਤੀ ਹੋ ਗਿਆ ਭਾਈ ਫੌਜ ਵਿੱਚ ਭਰਤੀ ਹੋ ਗਿਆ ਜੀ ਤਾਂ ਉਹ ਥੋੜੀ ਖੁਸ਼ੀ ਵਾਲੀ ਗੱਲ ਵੀ ਹੁੰਦੀ ਆ ਪਰ ਜਦੋਂ ਇਹ ਹਾਲਾਤ ਹੁਣ ਬਣ ਰਹੇ ਆ ਤਾਂ ਇਹ ਚਿੰਤਾ ਦਾ ਵਿਸ਼ਾ ਇਹ ਤਾਂ ਚਲੋ ਹੁਣ ਜਿਹੜੀ ਖਬਰ ਆ ਗਈ ਪਰ ਇਸ ਦੇ ਬਾਵਜੂਦ ਹੋਰ ਕਿੰਨੇ ਹਾਲਾਤ ਉੱਥੇ ਮਾੜੇ ਨੇ ਤੇ ਇਤੋਂ ਬੱਚੇ ਫੇਰ ਆਪਾਂ ਭੇਜ ਰਹੇ ਆ ਵਿਦੇਸ਼ਾਂ ਨੂੰ ਉਹ ਵੀ ਬਿਨਾਂ ਕਿਸੇ ਪੁੱਛ ਪੜਤਾਲ ਤੋਂ ਹੁਣ ਇੱਕ ਮਾਪੇ ਆ ਉਹ ਜਾਂਦੇ ਆ ਏਜੰਟ ਦੇ ਕੋਲੇ ਜਾਂ ਬੱਚਾ ਜਾਂਦਾ ਜੀ ਆ ਮੇਰੇ ਇਨੇ ਕ ਬੈਂਡ ਆਏ ਆ ਤੇ ਮੈਂ ਕੈਨੇਡਾ ਜਾਣਾ ਅੱਗੋ ਏਜੰਟ ਭਾਈ ਕਿਉਂ ਦੱਸੂ ਸਚਾਈ ਕਿ ਉੱਥੇ ਭਾਈ ਕੰਮ ਨਹੀਂ ਮਿਲਦਾ ਮਹਿੰਗਾਈ ਜ਼ਿਆਦਾ ਹੋਈ ਪਈ ਆ ਰਹਿਣਾ ਔਖਾ ਹੋਇਆ ਪਿਆ ਕਿਰਾਏ ਮਹਿੰਗੇ ਹੋਏ ਪਏ ਆ ਉਹ ਹਾਂਜੀ ਕੋਈ ਤੁਹਾਡਾ ਅਪਲਾਈ ਕਰ ਦਿੰਨੇ ਆ ਹੂੰ ਤੇ ਨਾ ਹੀ ਜਿਹੜੇ ਇੱਥੇ ਪਿੰਡਾਂ ਦੇ ਚਾਰੇ ਬੱਚੇ ਆ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਆ ਉਹਨੇ ਹੁਸ਼ਿਆਰ ਹੈ ਕਿ ਅਜਾ ਇਨਕ ਉਹਨਾਂ ਦੇ ਸਬੰਧ ਵਿਦੇਸ਼ ਨਾਲ ਹੈਗੀ ਉਹ ਪਤਾ ਕਰ ਲੈਣ ਪਹਿਲਾਂ ਅਸਲ ਦੇ ਵਿੱਚ ਇਹ ਤਾਂ ਹੈਗਾਗਾ ਮੋਟਾ-ਮੋਟਾ ਜਿਹੜਾ ਬੱਚਾ 12ਵੀਂ ਤੋਂ ਬਾਅਦ ਜਾ ਰਿਹਾ ਹੈਗਾ ਬਾਅਦ ਉਹਨੂੰ ਤਿਆਰਬਾ ਜਾਂ ਉਹਨੂੰ ਆਪਾਂ ਕਹਿ ਦਈਏ ਵੀ ਉਸ ਹਸਾਬ ਦੇ ਨਾਲ ਗਾਈਡੈਂਸ ਕਰਤ ਹੀ ਹੁੰਦੀ ਆ ਹਾਂ ਜੇ ਉਹਨੂੰ ਮਿਲਦੀ ਵੀ ਘੱਟ ਹੀ ਆ ਹੂੰ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਬਹੁਤ ਪੇਚ ਨੇ ਕਿ ਉਹ ਇਹ ਗੱਲ ਨਹੀਂ ਕਹਿ ਸਕਦਾ ਕਿ ਪੰਜਾਬ 'ਚ ਕੰਮ ਨਹੀਂ ਜੇ ਕੋਈ ਬੱਚਾ ਬੀਏ ਐਮਏ ਜਾਂ ਕੋਈ ਹੋਰ ਕੰਮ ਕਰਨ ਤੋਂ ਬਾਅਦ ਜਾਵੇ ਤਾਂ ਠੀਕ ਮੰਨ ਸਕਦੇ ਆਂ ਆਪਾਂ ਜੀ ਕਈ ਬੱਚਿਆਂ ਨੇ ਜੇ ਆਪਾਂ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਕਰਗੇ ਉਹਨਾਂ ਨੇ ਆਪਦੇ ਘਰਾਂ ਦੇ ਹਾਲਾਤ ਵੀ ਸੁਧਾਰੇ ਆ ਵਧੀਆ ਵੀ ਕਰਿਆਗਾ ਪਰ ਹੁਣ ਹਾਲਾਤ ਬਦਲ ਗਏ ਹਾਂ ਉਹੀ ਗੱਲ ਆ ਵੀ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਹੁਣ ਫਰਕ ਪੈ ਗਿਆ ਹੁਣ ਔਖਾਗਾ ਉੱਥੇ ਵੀ ਬਿਲਕੁਲ ਜੀ ਬਿਲਕੁਲ ਆਪਦਾ ਖਰਚਾ ਪਾਣੀ ਕੱਢਣਾ ਰੈਂਟ ਕੱਢਣਾ ਸਾਰਾ ਔਖਾਗਾ ਇਹ ਚੀਜ਼ਾਂ ਮਤਲਬ ਬੰਦੇ ਨੂੰ ਉਹ ਨਾ ਕੀ ਹੋਇਆ ਜਦੋਂ ਕੋਈ ਬੰਦਾ ਬਾਹਰ ਗਿਆ ਐਨਆਰਆਈ ਬਣ ਗਿਆ ਜੀ ਉਹ ਜਦੋਂ ਪਿੰਡ ਕੋਠੀ ਪਾਉਂਦਾ ਬਾਹਰਲੇ ਪਾਸੇ ਜੀ ਫਿਰ ਨਹੀਂ ਦੇ ਉੱਪਰ ਤਾਂ ਕੀ ਵੀ ਆਤੋਂ ਦੇ ਨਾ ਨਾਰਾਇਆਂ ਨੂੰ ਜੇ ਉਹ ਕੋਠੀਪਾਲੀ ਪਿੰਡ ਦੇ ਵਿਚਾਲੇ ਉਹਦੇ ਸਣੀ ਨੇ ਜਨਤਾ ਫਿਰ ਨੇ ਥਾਂ ਲੈਣਾ ਪਊਗਾ ਜਾਂ ਰੋਡ ਤੇ ਲੈਣਾ ਪਊ ਥਾਂ ਪੁੱਥੇ ਪਾਉਂਦੇ ਆ ਕੋਠੀ ਜਿਹੜੇ ਆਂਢੀ ਗਵਾਂਢੀ ਪਿੰਡ ਵਾਸੀ ਜਾਂ ਕੋਈ ਇਲਾਕੇ ਦੇ ਬੰਦੇ ਵੇਂਦੇ ਕੀ ਇਹ ਘਰ ਕੀ ਦਾ ਨਹੀਂ ਉਹਦੇ ਉਹਦੇ ਜ ਪਰਮੀ ਤੇ ਆ ਦੇਖੋ ਕੋਠੀ ਪੌਣੀ ਫਿਰਨੀ ਤੇ ਜਾਂ ਕੋਈ ਉਹ ਗੱਲ ਮਾੜੀ ਨਹੀਂ ਪਰ ਉਹ ਲੋਕਾਂ ਦੇ ਜਿਹੜੇ ਪਿੰਡ ਚ ਉਹ ਸੋਚ ਤੇ ਵੀ ਡਿਪੈਂਡ ਕਰਦੇ ਉਹ ਲੋਕ ਉਹਦੀ ਮਿਹਨਤ ਨਹੀਂ ਦੇਖਦੇ ਹਾਂ ਜਿਉਂਨੇ ਕਿੰਨੇ ਉੱਥੇ ਦਿਨ ਰਾਤ ਕੰਮ ਕਰਿਆ ਉਹ ਵੀ ਆਪਰੇ ਜਿਹੜੇ ਬੰਦੇ ਬਾਹਰੋਂ ਆਏ ਨੇ ਪੰਜਾਬ ਚ ਹਾਂ ਕਈ ਦਿਖਾਵੇ ਦੀ ਗੱਲ ਆ ਵੀ ਉਹ ਜਿਵੇਂ ਕੜੇ ਕੁੜੇ ਪਾ ਕੇ ਜਾਂ ਹੁਣ ਖਾਸ ਤਾਂ ਹੁਣ ਤਾਂ ਯਾਰ ਉਹ ਲੋੜ ਹੀ ਨਹੀਂ ਇਹ ਪਹਿਲਾਂ ਸੀ ਚੱਲਦਾ ਹੁਣ ਤਾਂ ਫੋਟੋ ਹੁਣ ਤਾਂ ਸਿਸਟਮ ਬਦਲ ਗਿਆ ਹੁਣ ਤਾਂ ਫੋਟੋ ਦੀ ਹੈ ਕਿਸੇ ਕਾਰਨ ਨਾਲ ਖੇਤੀ ਕਿਸੇ ਨੇ ਇਹ ਤਾਂ ਪੁੱਛਣਾ ਨਹੀਂ ਵੀ ਭਾਈ ਤੂੰ ਕਿਸਤਾਂ ਤੇ ਲਈ ਹੈ ਕਿ ਕਿ ਕਿਸੇ ਦੀ ਕਾਰਨ ਵਾਲੀ ਖਚਾਈ ਆ ਥੱਲੇ ਮੁਬਾਰਕਾਂ ਦੀ ਮੈਸੇਜ ਉਹ ਜਾ ਜਾ ਵੜਦੇ ਆ ਹਾਂ ਉਹ ਫਿਰ ਥੋੜਾ ਜਿਹਾ ਚੀਜ਼ਾਂ ਫੈਕਟ ਪਾਉਂਦੀਆਂ ਹਾਂ ਕਿ ਜਿਹੜਾ ਬੰਦਾ ਉੱਥੇ 11 ਮਹੀਨੇ ਫੁੱਲ ਮਿਹਨਤ ਕਰਦਾ ਸੀ ਹੂੰ ਮਿੱਟੀ ਨਾਲ ਮਿੱਟੀ ਹੋ ਕੇ ਪੰਜਾਬੋਂ ਸੀ ਚੰਗੀ ਗੱਡੀ ਲੈ ਕੇ ਚੰਗੇ ਕਿੜੇ ਪਾ ਕੇ ਘੁੰਮਦਾ ਥਰੋਕ ਨੇ ਵਾਕਈ ਪੈਸਾ ਬਹੁਤ ਆ ਤੇ ਉਹਨਾਂ ਬੰਦਿਆਂ ਨੇ ਵੀ ਸਚਾਈ ਲੁਕਾਈ ਉਹਦੇ ਕੋਲੇ ਬਹਿ ਕੇ ਕਿਸੇ ਨੇ ਪੁੱਛਿਆ ਨਹੀਂ ਹਾਂ ਕੰਨਾਂ ਨੇ ਸਚਾਈ ਲੁਕਾਈ ਜਾਂ ਕੋਲੇ ਬਹਿ ਕੇ ਕਿਸੇ ਨੇ ਪੁੱਛੇ ਨਹੀਂ ਵੀ ਭਾਈ ਕਿਵੇਂ ਆ ਨਹੀਂ ਦੱਸਿਆ ਵੀ ਨਹੀਂ ਕਹਿੰਿਆ ਨਹੀਂ ਤਾਂ ਉਨ ਜਿਹੜਾ ਬੰਦਾ ਇਥੇ ਸਰਦਾਰ ਵਜਦਾ ਸ਼ੋਅ ਆਫ ਤਾਂ ਹੈਗਾ ਹੀ ਆ ਪਰ ਕਈ ਮਤਲਬ ਉਹਨੇ ਪੰਜਾਬ ਪੱਟਤਾ ਇਹ ਦੋਨੇ ਪੱਖ ਹੀ ਆ ਕੁਝ ਲੋਕਾਂ ਨੇ ਦੱਸਿਆ ਨਹੀਂ ਕੁਝ ਨੇ ਪੁੱਛਿਆ ਨਹੀਂ ਕੁਝ ਨੇ ਸ਼ੋਅ ਆਫ ਕੀਤੀ ਹੈ ਹਾਂ ਸ਼ੋਅ ਆਫ ਕੀਤਾ ਤਾਂ ਕੋਈ ਇੱਕ ਧੜਾ ਵਜਦਾ ਨਹੀਂ ਦੋਨੇ ਧੜੇ ਇਹਦੇ ਵਿੱਚ ਇੱਕੋ ਜਿਹੇ ਭਾਗੀਦਾਰ ਹੈਗੇ ਨੇ ਤੇ ਦੂਸਰੇ ਪਾਸੇ ਭਾਈ ਹੁਣ ਸੀਜ਼ਨ ਸ਼ੁਰੂ ਹੋ ਚੁੱਕਿਆ ਝੋਨੇ ਵਾਲਾ ਬਿਲਕੁਲ ਜੀ ਤੇ ਲਗਾਤਾਰ ਆਪਾਂ ਵੀ ਗੱਲ ਕਰ ਰਹੇ ਸੀ ਕਿ ਸਰਕਾਰ ਵਿੱਚ ਫਸਦੀ ਜਾ ਰਹੀ ਆ ਹਾਂ ਜਿਹੜੀ ਸਟੋਰੇਜ ਲਈ ਜਗ੍ਹਾ ਹੈ ਨਹੀਂ ਪਈ ਤੇ ਹੁਣ ਜਿਹੜੇ ਪੰਜਾਬ ਦੇ ਮੰਤਰੀ ਸੀ ਭਈ ਲਾਲ ਚੰਦ ਘਟਾਰੂ ਚੱਕ ਜੀ ਹਾਂਜੀ ਉਹ ਕੱਲ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਜੀ ਉਹ ਕਹਿੰਦੇ 31 ਦਸੰਬਰ ਤੱਕ ਅਸੀਂ ਜਿਹੜਾ 40 ਲੱਖ ਮੈਟ੍ਰਿਕ ਟਨ ਝੋਨਾ ਰੱਖਣ ਦੀ ਅਸੀਂ ਜਗ੍ਹਾ ਬਣਾ ਲਵਾਂਗੇ ਹੂੰ ਪਰ ਮਾਫ ਕਰਨਾ ਜੀ ਜਿਹੜਾ ਝੋਨਾ ਇਸ ਵਾਰ ਅੰਦਾਜ਼ਾ ਆਉਣਾ ਉਹ 185 ਲੱਖ ਟਨ ਦਾ ਆਉਣਾ ਹੂੰ ਤੇ ਜਗ੍ਹਾ ਬਣਾਈ ਜਾ ਰਹੀ ਆ 40 ਲੱਖ ਮੈਟ੍ਰਿਕ ਟਨ ਦੀ ਕਹਿੰਦੇ ਕੁੱਲ ਕਿਹੜਾ ਪ੍ਰਬੰਧ ਕਰ ਲੈਣਾ ਉਹ ਅਗਲੇ ਸਾਲ ਮਾਰਚ ਤੱਕ ਹੂੰ ਉਹ 90 ਲੱਖ ਮੈਟ੍ਰਿਕ ਟਨ ਦਾ ਹੋ ਜਾਣਾ ਚਲੋ ਠੀਕ ਐ ਹੁਣ ਇਹ ਜਿਹੜੀ ਇਹ ਕੋਈ ਅਖਬਾਰਤ ਤੂੰ ਦੇਖ ਕੇ ਦੱਸ ਰਿਹਾ ਹਾਂ ਹਾਂਜੀ 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 ਇਹ ਠੀਕ ਐ ਚਲੋ ਦੇਖੋ ਉਹ ਉਹਨਾਂ ਦੀ ਆਪਦੀ ਕੈਲਕੂਲੇਸ਼ਨ ਆ ਹਾਂ ਤੇਰੀ ਆਪਦੀ ਆ ਖਬਰ ਵਾਲਿਆਂ ਦੀ ਆਪਦੀ ਆ ਠੀਕ ਐ ਪਰ ਸਰਕਾਰ ਸਹੀ ਆ ਸਰਕਾਰ ਇਜ਼ ਆਲਵੇਜ਼ ਰਾਈਟ ਠੀਕ ਆ ਤਾਣਾ ਖੜਾ ਮੜਾ ਆ ਅਕਤੂਬਰ ਹੀ ਚੱਲਦਾ ਨਾ 31 ਅਕਤੂਬਰ ਤੱਕ ਖੜਾ ਮੜਾ ਆ ਠੀਕ ਹੈ ਜੀ ਹੂੰ ਕਿਉਂ ਉਹਨਾਂ ਦਾ ਸਾਡਾ ਬਟਨ ਵਾਲਾ ਹੈ ਮੈਂ ਕਿ ਦਰਦੀ ਨਹੀਂ ਵੜਦੀ ਤੂੰ 31 ਅਕਤੂਬਰ ਤੱਕ ਹਜੇ ਖੜ ਤੂੰ ਬਣਦਾ ਦੇਖੀ ਕੀ ਆ ਠੀਕ ਹੈ ਜੀ ਅੱਬਲ ਦਾ 31 ਅਕਤੂਬਰ ਵੀ ਮੈਂ ਬਹੁਤ ਲੇਟ ਕਹਿਤਾ ਸਰਕਾਰ ਦੀ ਆਪ ਦੀ ਸਥਿਤੀ ਦਾ ਪਤਾ ਨਹੀਂ ਲੱਗਦਾ ਵੀ ਸਰਕਾਰ ਰੱਖਣ ਦੀ ਕਿੰਨੀ ਕੈਪੈਸਿਟੀ ਹੈਗੀ ਆ ਕਿੰਨੀ ਹੈ ਨਹੀਂ ਹਾਂ ਬਿਲਕੁਲ ਬਿਲਕੁਲ ਹਾਂ ਪਰ ਇਹ ਬਹੁਤ ਮਾੜੀ ਗੱਲ ਹੈ ਹਾਂ ਹੁਣ ਐਫਸੀਏ ਵੀ ਕੈਰੀਜ ਨਾਲ ਅਸੀਂ 15 ਲੱਖ ਟਨ ਚੱਕੜਾਂਗੇ ਜਿਹੜੀ ਜਿਹੜੀ ਉਹੀ ਗੱਲ ਜਿਹੜੀ ਚੀਜ਼ ਕਰਕੇ ਆਪਣਾ ਸੂਬਾ ਜਾਣਾ ਜਾਂਦਾ ਹੈ ਉਹਦੇ ਰੱਖਣ ਦੀ ਜਾਂ ਉਹਨੂੰ ਮਤਲਬ ਉਹਦੇ ਲਈ ਤਾਂ ਕੋਈ ਹੋਈ ਹੀ ਨਹੀਂ ਨਾ ਹੂੰ ਪਹਿਲਾਂ ਵਾਲਿਆਂ ਦਾ ਵੀ ਹੂੰ ਹੁਣ ਐਮਐਸਪੀਆਂ ਦਾ ਜਾਂ ਹੋਰ ਇਹ ਰੌਲਾ ਤਾਂ ਹੀ ਚੱਲਦਾ ਆ ਰਿਹਾ ਜੇ ਕਿਸੇ ਨੇ ਉਹਦੀ ਸਾਰੀ ਨਹੀਂ ਲਈ ਜਾਉਮੇ ਆ ਤਾਂ ਹੀ ਇੰਨੀਆਂ ਜਥੇਬੰਦੀਆਂ ਕ੍ਰੀਏਟ ਹੋ ਗਈਆਂ ਜਥੇਬੰਦੀਆਂ ਕ੍ਰੀਏਟ ਹੋਣ ਦਾ ਕਾਰਨ ਵੀ ਇਹ ਹੈ ਜੇ ਸਰਕਾਰਾਂ ਸਾਰਾ ਕੁਝ ਠੀਕ ਚੱਲਦੀਆਂ ਹੂੰ ਚਲੋ ਕੋਈ ਨਹੀਂ ਇੱਕ ਉਹ ਗੱਲ ਜਰੂਰ ਕਰੋ ਸੁੱਚਾ ਸਿੰਘ ਲੰਗਾਹ ਦੀ ਐਂਟਰੀ ਹੋ ਗਈ ਕਾਲੀ ਦਲ ਚ ਦੁਬਾਰਾ ਹਾਂ ਜੀ ਵਿਚਾਰੇ ਕਿ ਦਿਨ ਦੇ ਅੱਡੀਆਂ ਲਗੜਦੇ ਫਿਰਦੇ ਸੀ ਉਹ ਤਾਂ ਜੀ ਉਹ ਤਾਂ ਕਹਿੰਦੇ ਪੂਰਾ ਕੰਮ ਤਿਆਰ ਹੋ ਗਿਆ ਸੀ ਹੂੰ ਪਹਿਲਾਂ ਵੀ ਪਰ ਉਹਨਾਂ ਦੇ ਬੇਟੇ ਜੀ ਦੀ ਖਬਰ ਆ ਗਈ ਹੂੰ ਉਹਨਾਂ ਨੇ ਬੜਕ ਵੀ ਮਾਰਤੀ ਹਾਂ ਹੂੰ ਕਹਿੰਦੇ ਆ ਕੇ ਹੂੰ ਕਿ ਰਵੀਕਰਨ ਸਿੰਘ ਕਾਲੂ ਜਿਹੜੇ ਅ ਕਾਲੀ ਦਲ ਦੇ ਉੱਥੇ ਮੁਖ ਆਗੂ ਸੀ ਭਾਈ ਜੀ ਉਹ ਜਾੜੇ ਸੀ ਭਾਰਤੀ ਜਨਤਾ ਪਾਰਟੀ ਦੇ ਤੇ ਉਸ ਤੋਂ ਬਾਅਦ ਉੱਥੇ ਸਪੇਸ ਸੀ ਖਲਾਸੀ ਹਮ ਕਿ ਇਹ ਖਲਾਕ ਕਿਵੇਂ ਪਰਗੇ ਤੇ ਲੰਗਾ ਸਾਹਿਬ ਲਗਾਤਾਰ ਜੋ ਲਗਾ ਰਹੀ ਸੀ ਜੀ ਜੋਰਜ ਮੈਸ਼ ਕੀਤੀ ਜਾ ਰਹੀ ਸੀ ਹਮ ਤੇ ਕਹਿੰਦੇ ਹੁਣ ਭਾਈ ਐਜ਼ ਆ ਵਰਕਰ ਜੀ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਮੋੜ ਸ਼ਾਮਲ ਕਰ ਲਿਆ ਗਿਆ ਬਿਲਕੁਲ ਕਰ ਵਾਪਸੀ ਹੋ ਚੁੱਕੀ ਹੈ ਪਰ ਇੱਕ ਇਸ਼ੂ ਹੋਰ ਜੀ ਜ ਜ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜੀ ਉਹ ਚ ਉਹ ਅਦਾਲਤਾਂ ਬਰੀ ਹੋ ਗਏ ਸੀ ਪਰ ਉਹਨਾਂ ਨੇ ਅਕਾਲ ਤੱਕ ਸਾਹਬ ਦੇ ਉੱਪਰ ਜਾ ਕੇ ਇਹ ਮੰਨ ਲਿਆ ਸੀ ਜੀ ਕਿ ਉਹ ਇਨਸਾਨ ਮਾਈ ਸੀ ਜੀ ਉਸ ਵੀਡੀਓ ਚ ਗੁੱਗੜ ਕਿਸੇ ਹੋਰ ਦਾ ਨਹੀਂ ਸੀ ਚਿਹਰਾ ਕਿਸੇ ਹੋਰ ਦਾ ਨਹੀਂ ਸੀ ਗੁੱਗੜ ਵੀ ਮੇਰਾ ਸੀ ਤੇ ਚਿਹਰਾ ਵੀ ਮੇਰਾ ਸੀ ਭਾਈ ਕੀ ਹੁਣ ਅਕਾਲੀ ਦਲ ਦੇ ਆਗੂ ਅਜੇ ਹੋਣਗੇ ਹੂੰ ਪਤਾ ਜੇ ਉਹ ਮੰਨੇ ਆਪਾਂ ਤਾਂ ਹੀ ਉਹ ਗੱਲ ਕਰ ਰਹੇ ਆ ਨਾ ਕਿਉਂਕਿ ਉਹ ਅਕਾਲ ਤੱਕ ਜੀ ਫਸੀਲ ਤੋਂ ਜਦੋਂ ਸਿੰਘ ਸਾਹਿਬਾਂ ਦੇ ਸਾਹਮਣੇ ਖੜੇ ਸੀ ਬਜ਼ਰਕੁਆਇਦ ਦੀ ਗੱਲ ਹੁੰਦੀ ਆ ਤਾਂ ਹਮ ਹੀ ਭਰਦੇ ਨੇ ਕਿ ਹਾਂਜੀ ਇਹ ਮੈਥੋਂ ਹੋਇਆ ਹੂੰ ਕੀ ਹੁਣ ਜਿਹੜੀ 100 ਸਾਲ ਪੁਰਾਣੀ ਪਾਰਟੀ ਹੈ ਜਿਹੜੀ ਸਿੱਖਾਂ ਦੀ ਪਾਰਟੀ ਸੀ ਗਲੋਬਲ ਪਾਰਟੀ ਸੀ ਹੂੰ ਕਿ ਉਹਦੇ ਹੁਣ ਆਗੂ ਅਜੇ ਲੋਕ ਹੋਣਗੇ ਕਈ ਚੀਜ਼ਾਂ ਗੀਆਂ ਸ਼ਾਇਦ ਅਕਾਲੀ ਦਲ ਮੰਨ ਲਾਦਾ ਇਹ ਕਈ ਵੀ ਆ ਵੀ ਬਹੁਤ ਕਾਲ ਦੇ ਵਿੱਚ ਵੀ ਹੈ ਹਾਂ ਕਾਲ ਸ਼ਾਇਦ ਇਲੈਕਸ਼ਨ ਦੀ ਹੈ ਜੀ ਇਲੈਕਸ਼ਨ ਦੀ ਆ ਉਹਨਾਂ ਦੀ ਸ਼ਾਇਦ ਕਾਲ ਉਨਾ ਦੇ ਹਿਸਾਬ ਨਾਲ ਐਸਾ ਪਾਰਟੀ ਜਾਂ ਪੋਲੀਟਿਕਲ ਜਾਂ ਜਿਹੜੀ ਚੀਜ਼ ਨੂੰ ਕਹਿੰਦੇ ਆ ਵੀ ਰਾਜ ਲਈ ਹੂੰ ਰਾਜ ਦੀ ਗੱਲ ਤੇ ਜਿਆਦਾ ਪ੍ਰੈਸ਼ਰ ਪਾਉਂਦੇ ਆ ਉਹ ਚੀਜ਼ ਲਈ ਹੋਣੀ ਤਾਂ ਦੇਖੋ ਲਾਜ਼ਮੀ ਆ ਹੂੰ ਹੋਣੀ ਵੀ ਚਾਹੀਦੀ ਆ ਕਿਸੇ ਨੂੰ ਜਿਆਦਾ ਕਾਲ ਹੂੰ ਪਰ ਪੰਜਾਬ ਦੇ ਆਪਾਂ ਕਹიდੀਏ ਵੀ ਉਸ ਇੱਕ ਧਿਰ ਚੋਂ ਜਾਂ ਉਸ ਲੋਕਾਂ ਦੇ ਵਿੱਚੋਂ ਜਿਹੜੇ ਲੋਕ ਪੰਥਕ ਨੇ ਉੱਥੋਂ ਉਹਨੂੰ ਸਪੇਸ ਘੱਟ ਮਿਲ ਰਹੀ ਆ ਬਿਲਕੁਲ ਜਦੋਂ ਤੋਂ ਹੋ ਆਪਾਂ ਕਹ ਦੀਏ ਵੀ ਹੋਟਲ ਆਣ ਵੱਲ ਜਾ ਰਹੇ ਆ ਹੂੰ ਇਹ ਮਾੜੀ ਗੱਲ ਹੋ ਰਹੀ ਆ ਅਕਾਲੀ ਦਲ ਲਈ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੈਨੂੰ ਪਤਾ ਲੱਗਿਆਗਾ ਵੀ ਸ਼ਾਇਦ ਜਿਵੇਂ ਆਪਾਂ ਕਹਿੰਦੇ ਸੀ ਵੀ 6 ਮਹੀਨੇ ਪੈਣ ਵਾਲੇ ਆ ਹਨਾ ਹੂੰ ਪਊਗਾ ਤਾਂ ਥੋੜਾ ਜਿਹਾ ਲੰਬਾ ਵਕਪਾ ਹੂੰ ਮਹੀਨਾ ਡੇਢ ਮਹੀਨਾ ਹੋਰ ਪਰ ਆਹਾ ਨਵੰਬਰ ਤੋਂ ਬਾਅਦ ਸ਼ਾਇਦ ਅਕਾਲੀ ਸਿਆਸਤ ਦੇ ਵਿੱਚ ਜਾਂ ਪੰਥਕ ਹਲਕਿਆਂ ਦੇ ਵਿੱਚ ਗਤੀਵਿਧੀ ਬਹੁਤ ਤੇਜ਼ ਹੋਊਗੀ ਜਿਵੇਂ ਆਪਾਂ ਪਿਛਲੇ ਪਿਛਲੇ ਮਹੀਨਿਆਂ ਦੀ ਗੱਲ ਕਰ ਲਈਏ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਹਜੇ ਆਪਾਂ ਕਹ ਦੀਏ ਵੀ ਤਲਬ ਕਰਨਾ ਸੀ ਜਾਂ ਉਹਨਾਂ ਬਾਰੇ ਕੁਝ ਹੋਣਾ ਸੀ ਉਹ ਸਾਰਾ ਚੱਲ ਰਿਹਾ ਸੀ ਨਾ ਹੂੰ ਉਵੇਂ ਥੋੜਾ ਜਿਹਾ ਤੇਜ਼ ਗਤੀਵਿਧੀਆਂ ਹੋਣ ਵਾਲੀਆਂ ਬਿਲਕੁਲ ਕਿਉਂਕਿ ਤੁਸੀਂ ਨਵੰਬਰ ਦੇ ਵਿੱਚ ਜਰਨਲ ਹਾਊਸ ਹੁੰਦਾ ਇਹਨਾਂ ਦਾ ਹੂੰ ਐਸਜੀਪੀਸੀ ਦਾ ਬਿਲਕੁਲ ਜੀ ਤੇ ਉਦੋਂ ਪਹਿਲਾਂ ਪਹਿਲਾਂ ਆਪਾਂ ਕਹਿ ਦਈਏ ਨਵੰਬਰ ਉਹੀ ਉਹ ਨਵੰਬਰ ਦੇ ਵਿੱਚ ਹੋਣਾਗਾ ਤੇ ਉਹ 15 ਦਿਨ ਜਾਂ ਆਪਾਂ ਕਹਿ ਦਈਏ ਵੀ 15 ਅਕਤੂਬਰ ਤੋਂ ਬਾਅਦ ਜਾਂ 20 ਅਕਤੂਬਰ ਤੋਂ ਬਾਅਦ ਤੇ 15 ਨਵੰਬਰ ਜਾਂ 10 ਨਵੰਬਰ ਤੋਂ ਪਹਿਲਾਂ ਪਹਿਲਾਂ ਕੁਝ ਹੋ ਸਕਦਾ ਹਾਂ ਤੇਜ਼ੀ ਨਾਲ ਜੀ ਪਰ ਹੁਣ ਰੋਲਾ ਇੱਕ ਹੀ ਲੰਗਾਲ ਸਭ ਨੂੰ ਲੈਣਾ ਪੈਣਾ ਸੀ ਵਿੱਚੇ ਵਿੱਚੇ ਇਹੀ ਦਿਨਾਂ ਦੇ ਵਿੱਚ ਹੀ ਜਰਨਲ ਹਾਊਸ ਦੀ ਉਹ ਆ ਜਾਣੀ ਹਾਂ ਇਲੈਕਸ਼ਨ ਆ ਜਾਣੀਆਂ ਹਾਂ ਪ੍ਰਧਾਨ ਸਾਹਿਬ ਨੂੰ ਚੋਣ ਨੂੰ ਲੈ ਕੇ ਪਾਈ ਪਰ ਹੁਣ ਲੰਗਾਲ ਸਾਹਿਬ ਨੂੰ ਕਹਿੰਦੇ ਜਿਹੜਾ ਅਕਾਲੀ ਦਲ ਆ ਉਹਨੂੰ ਲੈਣਾ ਤਾਂ ਪੈ ਗਿਆ ਕਿਉਂਕਿ ਉੱਥੋਂ ਰਵੀਕਰਨ ਸਿੰਘ ਕਾਹੂ ਚਲੇ ਗਏ ਜੀ ਤੇ ਜਿਹੜੀ ਚਰਚਾ ਹੋ ਰਹੀ ਹੈ ਕਿਉਂਕਿ ਅੱਜ 5 ਅਕਤੂਬਰ ਆ ਤੇ ਜਿਹੜਾ ਹਰਿਆਣੇ ਦਾ ਇਲੈਕਸ਼ਨ ਆ ਉਹ ਨਿਬੜ ਜਾਣਾ 8 ਨੂੰ ਰਿਜ਼ਲਟ ਆ ਜਾਣਾ ਤੇ ਇਸ ਤੋਂ ਬਾਅਦ ਹੁਣ ਮਹਾਰਾਸ਼ਟਰ ਤੇ ਝਾਰਖੰਡ ਦਾ ਇਹ ਵਿਧਾਨ ਸਭਾ ਦੀ ਚੋਣਾਂ ਦੀ ਅਨਾਉਂਸਮੈਂਟ ਹੋਣੀ ਆ ਬਿਲਕੁਲ ਤੇ ਉਹਦੇ ਨਾਲ ਜਿਹੜੀਆਂ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਤੇ ਪੰਜਵੀਂ ਦਾ ਹਜੇ ਪਤਾ ਨਹੀਂ ਜਿਹੜੀ ਸੁਖੂ ਸਾਫ ਸੀ ਬੰਗੇ ਵਾਲੀ ਭਾਈ ਜੀ ਉਹ ਹੋਵੇਗੀ ਕਿ ਨਹੀਂ ਪਰ ਚਾਰ ਤਾਂ ਕਨਫਰਮ ਹੈ ਹੋਣੀਆਂ ਹੋਣਗੀਆਂ ਉਹਨੂੰ ਲੈ ਕੇ ਹੁਣ ਅਕਾਲੀ ਦਲ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹੂੰ ਜੀ ਇਸ ਕਰਕੇ ਹੀ ਉਹ ਫਿਰ ਕਹਿੰਦੇ ਘਰ ਵਾਪਸੀ ਕਰਵਾਈ ਗਈ ਆ ਪਰ ਇਸੇ ਵਿਚਕਾਰ ਭਾਰਤੀ ਜਨਤਾ ਪਾਰਟੀ ਆਪਣੀ ਇੱਕ ਲਿਸਟ ਜਾਰੀ ਕਰਦੀ ਜਿਹੜੇ ਇੰਚਾਰਜ ਹੋਗੇ ਕੌਣ ਚਾਰਜ ਹੋਗੇ ਜਾਂ ਮਡਲ ਚਾਰਜ ਹਾਂ ਉੱਚ ਚੰਗੇ ਚੰਗੇ ਚਿਹਰੇ ਉਹਨਾਂ ਨੇ ਲਗਾਏ ਗਏ ਜਾਂ ਵੱਡੇ ਆਗੂਆਂ ਨੂੰ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਆ ਪਰ ਜਦੋਂ ਉਹ ਲਿਸਟ ਸਾਹਮਣੇ ਰਤਨ ਜੀ ਉਹ ਲਿਸਟ ਮੇਰੇ ਕੋਲ ਮੌਜੂਦ ਆ ਪਰ ਉਤੇ ਸੁਨੀਲ ਜਾਖੜ ਦੇ ਸਾਈਨ ਤੱਕ ਹੈ ਨਹੀਂ ਹੂੰ ਕਿ ਪਾਰਟੀ ਪ੍ਰਧਾਨ ਦੇ ਸਾਈਨ ਤੱਕ ਵੀ ਹੈ ਨਹੀਂ ਹੂੰ ਤੇ ਨਾ ਹੀ ਕਿਸੇ ਦੇ ਹੋਰ ਕੋਈ ਸਾਈਨ ਆ ਤਾਂ ਫਿਰ ਇਹ ਕੀ ਸੁਨੇਹਾ ਕਿ ਜਿਹੜੀ ਚਰਚਾ ਲਗਾਤਾਰ ਹੋ ਰਹੀ ਆ ਆਪਾਂ ਵੀ ਗੱਲ ਕੀਤੀ ਸੀ ਕਿ ਸਨੀਯੂ ਜਾਖੜ ਤਸਤੀਫਾ ਦੇ ਕੇ ਆ ਗਏ ਬਿਲਕੁਲ ਆਪਣਾ ਸੁਨੇਹਾ ਵੀ ਦੇ ਆਏ ਆਪਣਾ ਰੋਡ ਮੈਪ ਵੀ ਦੇ ਆਏ ਤੇ ਜਿਹੜੇ ਦੂਸਰੇ ਪਾਸੇ ਜਿਹੜੇ ਪੰਜਾਬ ਦੇ ਇੰਚਾਰਜ ਨੇ ਵਿਜੇਰਪਾਨੀ ਜੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਉਹ ਕਹ ਰਹੇ ਜਿਨਾਂ ਨੇ ਅਸਤੀਫਾ ਦਿੱਤਾ ਨਹੀਂ ਦੂਸਰੇ ਪਾਸੇ ਰੌੜਾ ਕਿਉਂ ਬੀਤਾ ਘਰ ਬੈਠ ਗਏ ਨੇ ਬਸ ਕਿ ਆਪਾਂ ਨਹੀਂ ਆਉਂਦੇ ਬਈ ਹੂੰ ਫੋਨ ਕਰੋ ਭਾਵੇਂ ਨਾ ਕਰੋ ਆਪਣੀ ਹੁਣ ਟਾਟਾ ਟਾ ਬਾਏ ਬਾਏ ਆ ਹੂੰ ਉਹ ਹੁਣ ਹਾਲਾਤ ਫਿਰ ਭਾਰਤੀ ਜਨਤਾ ਪਾਰਟੀ ਲਈ ਖਤਰਨਾਕ ਬੰਦੇ ਜਾ ਰਹੇ ਇਹ ਤਾਂ ਤੁਮਕ ਗੱਲ ਦੱਸ ਤਾ ਚਾ ਟਾਈਟਲ ਵੀ ਤੂੰ ਅੱਜ ਇਹੀ ਰੱਖ ਲਈ ਪੰਜਾਬ ਦੇ ਵਿੱਚ ਆਹੀ ਮਹੀਨਾ ਡੇਢ ਮਹੀਨੇ ਦਾ ਸਮਾਂ ਜ਼ਿਆਦਾ ਗੁਜ਼ਰਦਾ ਨਹੀਂ ਇੱਕ ਬਹੁਤ ਵੱਡਾ ਸਿਆਸੀ ਧਮਾਕਾ ਹੋਊਗਾ ਹੂੰ ਉਹਦਾ ਮਤਲਬ ਆਪਾਂ ਕਹਿ ਦਈਏ ਵੀ ਮੋਡਾ ਬੀਜੇਪੀ ਵੀ ਬਣ ਸਕਦੀ ਆ ਹੂੰ ਨਿਸ਼ਾਨਾ ਕੋਈ ਕੋਈ ਵੀ ਹੋ ਸਕਦਾ ਹੈਗਾ ਜਾਂ ਉਹਦਾ ਮੁੱਢਾ ਇੱਕ ਹੋਰ ਜਿਹੜਾ ਵੱਡਾ ਚਿਹਰਾ ਹੈ ਪੰਜਾਬ ਦਾ ਇਸ ਵਕਤ ਪੰਜਾਬ ਦੀ ਸਿਆਸਤ ਦਾ ਉਹ ਵੀ ਬਣ ਸਕਦਾ ਬਿਲਕੁਲ ਇਹ ਕੁਝ ਵੀ ਹੋ ਸਕਦਾ ਹਾਂ ਇਹ ਕੰਮ ਇੱਥੇ ਹਿੱਲਣ ਵਾਲਾਗਾ ਬਹੁਤ ਜਲਦੀ ਹਿੱਲਣ ਵਾਲਾਗਾ ਉਹ ਹਿੱਲਣ ਦਾ ਕਈ ਬੰਦੇ ਜਦੋਂ ਉਹ ਕਹਿ ਦਿੰਦੇ ਉਹ ਵੀ ਤੁਸੀਂ ਗੱਲ ਪੂਰੀ ਨਹੀਂ ਦੱਸੀ ਜਾਂ ਤੁਸੀਂ ਗੋਲਮੋਲ ਕਰ ਗਏ ਜਾਂ ਤੁਸੀਂ ਵੀ ਹਿੱਲਣ ਦਾ ਮਤਲਬ ਕੀ ਸਰਕਾਰ ਡਿੱਗੂਗੀ ਹੂੰ ਉਹ ਇਹ ਨਹੀਂ ਹੁੰਦਾ ਹੁਣ ਆ ਵੀ ਇੱਕ ਵੱਡਾ ਸਿਆਸੀ ਧਮਾਕਾ ਹੀ ਆ ਜਿਹੜਾ ਬਾਬਾ ਕੁਮਾਰ ਵਾਲਾ ਜੇ ਹੋ ਗਿਆ ਮੈਨੂੰ ਲੱਗਦਾ ਵੀ ਇਹ 'ਚ ਥੋੜਾ ਜਿਹਾ ਕਾਲੀ ਕਰਕੇ ਪ੍ਰਤਾਪ ਸਿੰਘ ਬਾਜਵਾ ਹਾਂ ਠੀਕ ਆ ਉਹ ਲੱਗ ਜਾਂ ਉਹਨਾਂ ਦੇ OSD ਨੂੰ ਹਟਾਉਣ ਦੀ ਇੱਕ মিডিਆ ਸਲਾਹਕਾਰ ਨੂੰ ਹਟਾਉਣ ਜਿਹੜੇ ਇੱਕ ਉਹਨੇ ਖਾਸ OSD ਨੇ ਦੇਖੋ ਹੁਣ ਕਈ ਬੰਦੇ ਨੇ ਕਹਿਤਾ ਵੀ ਜਿਵੇਂ ਓਂਕਾਰ ਸਿੰਘ ਨੂੰ ਹਟਾਤਾ ਜਾਂ ਜਿਵੇਂ ਉਹਨਾਂ ਦੇ OSD ਦੋ ਰੇ ਜਿਹੜੇ ਕੀ ਆ ਮੁੰਡਿਆਂ ਦਾ ਨਾਂ ਕਰਾਚ ਵਾਲੇ ਰਾਜਵੀਰ ਤੇ ਸੁਖੀ ਸੁਖੀ ਉਹਨਾਂ ਨੂੰ ਹਟਾਤਾ ਵੀ ਉਹਦੇ ਨਾਲ ਕੀ ਹੋਊਗਾ ਠੀਕ ਆ ਹਟਾਤੇ ਨਵੇਂ ਲਾਗੇ ਪਰ ਜਿਹੜੀ ਵਰਕਿੰਗ ਆ ਵਰਕ ਕਰਨ ਦਾ ਸਟਾਈਲ ਆ ਜਾਂ ਕੀ ਦਿਸ਼ਾ ਨਿਰਦੇਸ਼ ਆ ਜਾਂ ਕਿਹੋ ਜਿਹਾ ਕੰਮ ਹੋ ਰਿਹਾ ਉਹ ਕਿਵੇਂ ਹਮ ਹੁਣ ਇਹ ਗੱਲ ਉਹੀ ਬਣਦੀ ਜਾ ਰਹੀ ਹੈ ਜਿਹੜੀ ਆਪਾਂ 4-5 ਮਹੀਨਿਆਂ ਦੀ ਪਹਿਲੀ ਵੀ ਮਾਨਸਾਹ ਦੀ ਸ਼ਬੀ ਨੂੰ ਚੱਕਰਾਂ 'ਚ ਪਾਇਆ ਜਾ ਰਿਹਾ ਹੈ ਮਾਨਸਾਹ ਦੀ ਸ਼ਬੀ ਧੁੰਦਲੀ ਕੀਤੀ ਜਾ ਰਹੀ ਹੈ ਹਾਂ ਠੀਕ ਹੈ ਨਾ ਕਿਤੇ ਨਾ ਕਿਤੇ ਕਸੂਰਵਾਰ ਉਹਦੇ ਲਈ ਮਾਨਸਾਹ ਵੀ ਹੈਗੇ ਨੇ ਪਰ ਉਹਦੀ ਬਿਆਨਤਬੰਦੀ ਇਹੀ ਉਹ ਜਿਵੇਂ ਅਖਬਾਰ ਦੇ ਵਿੱਚ ਲੱਗੀ ਵੀ ਕੇਜਰੀਵਾਲ ਸਾਹਿਬ ਨਰਾਜ ਪੰਜਾਬ ਦੇ ਵਿੱਚ ਕੁਝ ਸਹੀ ਨਹੀਂ ਚੱਲ ਰਿਹਾ ਮਾਈਨਿੰਗ ਨੂੰ ਲੈ ਕੇ ਕੇਵਲ ਮਾਫੀਆ ਨੂੰ ਲੈ ਕੇ ਡਰੱਗਸ ਵਾਲਾ ABCD ਸਾਰਾ ਲਿਖਤਾ ਉਹ ਹਨਾ ਹਮ ਇਰੋਕਾ ਦਾ ਕਦੇ ਕਿਸੇ ਨੇ ਵੀ ਨਹੀਂ ਸੀ ਸਹੀ ਕਰਨਾ ਕਿਹਨੇ ਨਹੀਂ ਸੀ ਬਿਲਕੁਲ ਪਹਿਲਾਂ ਵੀ ਉਹੀ ਹਾਈ ਕਮਾਂਡ ਸੀ ਪਹਿਲਾਂ ਵੀ ਉਹੀ ਕਨਵੀਨਰ ਸੀ ਪਹਿਲਾਂ ਵੀ ਉਹੀ ਦਿੱਲੀ ਵਾਲੇ ਬੰਦੇ ਸੀ ਜਿਹੜੇ ਪੰਜਾਬ ਨੂੰ ਦੇਖਦੇ ਸੀ ਉਹੀ ਮੁੱਖ ਮੰਤਰੀ ਆ ਪਹਿਲੇ ਦਿਨ ਤੋਂ ਉਹੀ ਇੱਥੇ ਵਿਧਾਇਕ ਨੇ ਉਹੀ ਵਿਧਾਇਕ ਜਿਹੜੇ ਰੌਲਾ ਪਾ ਰਹੇ ਨੇ ਵੀ ਸਾਡੀਆਂ ਦਾ ਪੁਲਿਸ ਵਾਲੇ ਵੀ ਨਹੀਂ ਸੌਂਦੇ ਰਾਤ ਨੂੰ ਉਹ ਨਹੀਂ ਉਹੀ ਆ ਨਾ ਉੱਤਾਂ ਵਾਲਾ ਨਹੀਂ ਦੱਸਣਾ ਸੀ ਭਾਈ ਤੁਸੀਂ ਆ ਠੀਕ ਚਲੋ ਨਹੀਂ ਗੜਬੜ ਹੋ ਜੂ ਹੁਣ ਜਦੋਂ ਹਰ ਇੱਕੇ ਮੋਹੱਲੀ ਚੰਡੀਗੜ੍ਹ ਦੇ ਵਿੱਚ ਤਾਂ ਆਮੀ ਗੱਲ ਆ ਵੀ ਫਲਾਨਾ ਫਲਾਨੇ ਇੱਥੋਂ ਖਾਈ ਜਾਂਦਾ ਜੀ ਫਲਾਨਾ ਨੂੰ ਫਲਾਨੇ ਵਿੱਚੋਂ ਹਿੱਸੇਦਾਰੀ ਮਿਲ ਜਾਂਦੀ ਆ ਜੀ ਕੋਈ ਕਹਿ ਰਿਹਾ ਜੀ ਬਸ ਮੂਰਲੇ ਚਾਰਖ ਬੰਦੇ ਮਿਲ ਗਏ ਮਾਈਨਿੰਗ ਮਾਫੀਆ ਦਾ ਸੇਮ ਆ ਜਿਹੜੇ ਪਹਿਲਾਂ ਕਾਂਗਰਸੀਆਂ ਕੋਲੇ ਜਾਂ ਕਾਲੀਆਂ ਕੋਲੇ ਹੁੰਦੇ ਸੀ ਉਹੀ ਇਹਨਾਂ ਨੇ ਲੈ ਲਏ ਚਾਰਖ ਪੁਸ਼ਤਾਂ ਦੇ ਪੈਸੇ ਇਕੱਠੇ ਕਰ ਲਏ ਬਸ ਆਈਆਂ ਵੀ ਠੇਕਾ ਠੇਕੇਦਾਰ ਬਦਲ ਗਿਆ ਥੱਲੇ ਸਾਰਾ ਸਿਸਟਮ ਉਹੀ ਆ ਬਿਲਕੁਲ ਚੇਨ ਉਹੀ ਆ ਨਵਜੋਤ ਸਿੰਘ ਉਹ ਕਰਨਾ ਕਰਨਾ ਕਿਨੇ ਸੀ ਜੀ ਜਾਂ ਕਰਾਉਣਾ ਕਿਨੇ ਸੀ ਕਰਾਉਣਾ ਤਾਂ ਤਾਂ ਲੈ ਨਹੀਂ ਸੀ ਨਾ ਹਾਂ ਉਹ ਉਹ ਸਾਰੀਆਂ ਗੱਲਾਂ ਆਪਾਂ ਜੇ ਆਪਾਂ ਰੱਖਦੇ ਆ ਇੱਕ ਫਰੇਮ ਦੇ ਵਿੱਚ ਜਾਂ ਇੱਕ ਲਾਈਨ ਦੇ ਵਿੱਚ ਤਾਂ ਉਹ ਇੱਕ ਇਹੀ ਇਸ਼ਾਰਾ ਇਹੀ ਮਤਲਬ ਆਪਾਂ ਨੂੰ ਇੱਕ ਹਿੰਟ ਦੇ ਰਹਿਣਾ ਹੈਗਾ ਵੀ ਸਿਆਸੀ ਧਮਾਕਾ ਪੰਜਾਬ ਦੇ ਵਿੱਚ ਬਹੁਤ ਜਲਦੀ ਇੱਕ ਹੋਣ ਜਾ ਰਿਹਾ ਹੈ ਹੂੰ ਪਰ ਮਾਨ ਸਾਹਿਬ ਨੂੰ ਲੈ ਕੇ ਆਪਾਂ ਇਹ ਪਹਿਲਾਂ ਕਿਹਾ ਸੀ ਕਿ ਜਿਹੜੀ ਦਿੱਲੀ ਆ ਦਿੱਲੀ ਹੈ ਜੀ ਜੀ ਉਹ ਉਹਨਾਂ ਦੀ ਸ਼ਬੀ ਖਰਾਬ ਕਰ ਸਕਦੀ ਹੈ ਜੀ ਜਾਂ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੂੰ ਤੇ ਉਹ ਹੁਣ ਆਪਾਂ ਨੂੰ ਹੁਣ ਮਹਿਸੂਸ ਵੀ ਹੋ ਰਿਹਾ ਕਿ ਵਾਕਈ ਉਸੇ ਲੜੀ ਦੇ ਵਿੱਚ ਇਹ ਸਾਰਾ ਕੰਮ ਚੱਲਦਾ ਆ ਰਿਹਾ ਜੀ ਹੂੰ ਹੁਣ ਦੇਖਦੇ ਹਾਂ ਉਹ ਸੰਪੂਰਨ ਹੁੰਦਾ ਜਾਂ ਫਿਰ ਨਹੀਂ ਹੁੰਦਾ ਪਰ ਇਸੇ ਵਿੱਚ ਕਾ ਜਿਹੜੇ ਰਾਮ ਰੀਮ ਸੀ ਉਹ ਵੀ ਹੁਣ ਹਰਿਆਣਾ ਅੱਜ ਵੋਟ ਹੈਗੇ ਚਲੋ ਆਪਣੀ ਗੱਲ yaad ਆ ਗਈ ਜਾਂਦੇ ਜਾਂਦੇ ਬਿਲਕੁਲ ਤੇ ਉਹ ਬਾਹਰ ਆਗੇ ਸੀ ਕਿਹਾ ਗਿਆ ਸੀ ਕਿ ਤੁਸੀਂ ਇੱਕ ਤਾਂ ਕਿਸੇ ਪਾਰਟੀ ਦੇ ਨੂੰ ਸਮਰਥਨ ਨਹੀਂ ਕਰਾਉਵੇਂ ਕਿ ਨਾਤ ਨੂੰ ਹਦਾਇਤਾਂ ਹੈਗੀਆਂ ਤੂੰ ਜਾਣੀ ਪ੍ਰਚਾਰ ਨਹੀਂ ਕਰਨਾ ਪਰ ਬੀਤੇ ਦੋ ਦਿਨਾਂ ਤੋਂ ਜੀ ਹਰਿਆਣੇ ਦੇ ਵਿੱਚ ਡੇਰਾ ਸਰਸਾ ਦੇ ਵੱਲੋਂ ਬਹੁਤ ਕੁਝ ਕੀਤਾ ਜਾ ਰਿਹਾ ਆਪਣੀਆਂ ਪਹਿਲਾਂ ਬਲਾਕ ਦੀਆਂ ਸੰਗਤਾਂ ਹੁੰਦੀਆਂ ਉਹ ਕਿੱਤੀਆਂ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵੀ ਤੇ ਭਾਰਤੀ ਜਨਤਾ ਪਾਰਟੀ ਦੇ ਵੀ ਜਿਹੜੇ ਕਹਿੰਦੇ ਆ ਵਿਧਾਇਕ ਬਣ ਦੇ ਇੱਛੁਕ ਨੇ ਉਮੀਦਵਾਰ ਨੇ ਉਹ ਇੰਨਾ ਪ੍ਰੋਗਰਾਮਾਂ ਦੇ ਜਾ ਰਹੇ ਨੇ ਹੂੰ ਤੇ ਜਿਨ੍ਹਾਂ ਨੂੰ ਸਮਰਥਨ ਕਰਨਾ ਡੇਰੇ ਨੇ ਜੀ ਉਹਨਾਂ ਦੇ ਬਲਾਕ ਕਮੇਟੀਆਂ ਦੇ ਨਾਲ ਜਾਂ ਕੋਈ ਇੱਕ 88 80 ਮੈਂਬਰੀ ਕੋ ਟੀਮ ਟੂ ਉਹਨਾਂ ਦੀ ਹੈਗੀ ਆ ਉਹ ਵੀ ਮੀਟਿੰਗਾਂ ਕਹਿੰਦੇ ਹੋ ਗਈਆਂ ਭਾਈ ਹੂੰ ਕਿਉਂ ਜਿਹੜੀ ਚੀਜ਼ ਦਾ ਡਰ ਸੀ ਹੂੰ ਉਹ ਕਹਿੰਦੇ ਹਰਿਆਣੇ 'ਚ ਹੋ ਗਈ ਹੂੰ ਜੀ ਜੀ ਰਾਮ ਰੀਮ ਨੇ ਉਹਨਾਂ ਨੇ ਕਿਹਾ ਜਾ ਰਿਹਾ ਕਿ ਕਿਸੇ ਪਾਰਟੀ ਨੂੰ ਸਮਰਥਨ ਦੇਣ ਦੀ ਬਜਾਏ ਉਹਨਾਂ ਨੇ ਇਕੱਲੇ ਇਕੱਲੇ ਉਮੀਦਵਾਰ ਨੂੰ ਸਮਰਥਨ ਦਿੱਤਾ ਹੋਵੇ ਜੀ ਕਿ ਹਰੇਕ ਸੀਟ ਦੇ ਉੱਪਰ ਅਲੱਗ-ਅਲੱਗ ਪੋਲਿਟਿਕਸ ਖੇਢੀ ਗਈ ਆ ਹਮ ਜਿਹੜੀ ਹੁਣ ਜਾਣਕਾਰੀ ਆ ਰਹੀ ਆ ਹੁਣ ਇਹ ਨੂੰ ਵੇਖ ਤੇ ਜਿਹੜੀ ਰੌਲਾ ਸੀ ਕਿ ਭਈ ਇਹ ਤਾਂ ਚੋਣ ਬੰਦਾ ਪ੍ਰਭਾਵਿਤ ਕਰੇਗਾ ਉਹ ਹੁਣ ਲੱਗਦਾ ਕਿ ਸੱਚ ਸਾਬਤ ਹੋ ਰਿਹਾ ਤੇ ਨਤੀਜੇ ਆ ਜਾਣ ਦੂ ਉਸ ਤੋਂ ਬਾਅਦ ਦੇਖਦੇ ਆ ਕਿਹੜੀ ਨਵੀਂ ਸਰਕਾਰ ਬਣੇਗੀ ਹਰਿਆਣੇ ਦੀ ਉਹ ਕੀ ਕਰਦੀ ਆ ਕਿ ਜਿਹੜਾ ਪੈਰੋਲ ਤੇ ਪੈਰੋਲ ਤੇ ਪੈਰੋ ਵਾਲਾ ਕੰਮ ਸੀ ਕਿਉਂ ਕੰਟੀਨਿਊ ਹੋਵੇਗਾ ਜਾਂ ਫਿਰ ਉਹ ਬੰਦ ਹੋ ਜਾਵੇਗਾ ਇਹਦੇ ਤੇ ਇੱਕ ਹੋਰ ਕੱਲ ਦੀ ਇੱਕ ਖਬਰ ਸੀਗੀ ਜਿਹੜਾ ਉਹ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਜਿਹੜਾ ਤੁਸੀਂ ਦੇਖਿਆ ਉਹ ਜੀ ਉਹ ਮੁੰਡੇ ਜੈਕਟਾਂ ਚ ਪਾ ਕੇ ਲੈ ਕੇ ਆਉਂਦੇ ਸੀ ਹੀਰੋਇਨ ਜਿਹੜੀ ਜੈਕਟਾਂ ਦੇ ਵਿੱਚ ਪਾਈ ਸੀ ਉਹ ਚਲੋ ਆਪਾਂ ਵੀ ਪੰਜਾਬ ਪੁਲਿਸ ਨੂੰ ਚੰਗੀ ਗੱਲ ਆ ਬਿਲਕੁਲ ਜੀ ਵੀ ਵਧਾਈ ਦੀ ਗੱਲ ਆ ਵੀ ਪੰਜਾਬ ਪੁਲਿਸ ਨੇ ਉਹ ਦੋ ਆਪਾਂ ਕਹਈਏ ਵੀ ਬੰਦਿਆਂ ਨੂੰ 1.5 ਕਿਲੋ ਹੀਰੋਇਨ ਦੇ ਨਾਲ ਹਾਂਜੀ ਉਹ ਜੈਕਟਾਂ ਦੇ ਵਿੱਚ ਪੀਬੀਸੀ ਸਾਰੀ ਉਹ ਹੂੰ ਹੂੰ ਤੇ ਉਹ ਲਗਾਤਾਰ ਇਹ ਕੰਮ ਕਰ ਰਹੇ ਸੀ ਜੀ ਅਫਗਾਨਿਸਤਾਨ ਦਾ ਇੱਕ ਲਿੰਕ ਸੀ ਜੀ ਉਹ ਬੰਦਾ ਦਿੱਲੀ ਰਹਿ ਰਿਹਾ ਸੀ ਜੀ ਤੇ ਉਹਦੇ ਜ਼ਰੀਏ ਇਹ ਕਹਿੰਦੇ ਸਾਰਾ ਕੁਝ ਕੀਤਾ ਜਾ ਰਿਹਾ ਸੀ ਹੂੰ ਤੇ ਇੱਕ ਹੋਰ ਆਪਾਂ ਜਿਹੜੇ ਕਹਿੰਦੇ ਆਪਾਂ ਲਗਜ਼ਰੀ ਪੈਸਾਂ 'ਚ ਵਿਆਹ ਕਰਦੇ ਆਂ ਜੀ ਹੁਣ ਉਹ ਪੈਸਾ ਲੈ ਲੈਂਦੇ ਕੋਈ 5 ਕੋਈ 10 ਕੋਈ 15 ਲੱਖ ਰਾਇਆ ਹਾਂਜੀ ਪਰ ਉਹਨੂੰ ਦਿਖਾਇਆ ਜਾ ਰਿਹਾ ਸੀ ਕਾਗਜ਼ਾਂ ਦੇ ਵਿੱਚ 2 2.5 ਜਾਂ ਬਹੁਤ ਘੱਟ हां ठीक है ते ओते ਹੁਣ ਪੰਜਾਬ ਸਰਕਾਰ ਐਕਸ਼ਨ ਕਰਨ ਜਾ ਰਹੀ ਆ ਹਾਂ ਉਹ ਕਈ ਪੈਲਸਾ ਨੂੰ ਕਹਿੰਦੇ ਆ ਗਿਆ ਨੋਟਿਸ ਆ ਗਿਆ ਨੋਟਿਸ ਆ ਗਿਆ ਬਿਲਕੁਲ 5 6 6 ਲੱਖ ਰੁਪਇਆ ਲੈਂਦੇ ਸੀ ਦਿਖਾਉਂਦੇ ਸੀ ਕੈਪੀਟਲ ਹਾਂ ਤੇ ਉਹ ਚ ਜੀਐਸਟੀ ਵਗੈਰਾ ਜਾਂ ਹੋਰ ਹਾਂ ਉਹ ਚ ਜਿਵੇਂ ਕਿਹਾ ਜਾ ਰਿਹਾ ਕਿ ਮੁਹਾਲੀ ਦੇ 7 ਪੈਲਸਾ ਜੀ ਜਲੰਧਰ ਦੇ 2 ਪੈਲਸਾ ਇਹਦੇ ਨਾਲ ਪਟਿਆਲਾ ਤੋਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਦੇ ਹੋਰ ਕਾਫੀ ਵੱਡੇ ਪੈਸੇ ਨੇ ਪਈ ਜਿਹੜੇ ਕਹਿੰਦੇ ਟੈਕਸ ਦੀ ਚੋਰੀ ਕਰ ਰਹੇ ਆ ਹੁਣ ਦੇਖੋ ਜਿਹੜੇ ਕ੍ਰਿਸ਼ਨ ਕੁਮਾਰ ਜੀ ਨੇ ਉਹਨਾਂ ਨੂੰ ਇਹ ਨਵਾਂ ਦਿੱਤਾ ਗਿਆ ਚਾਰਜ ਭਾਈ ਨਾਲ ਇੱਕ ਹੋਰ ਤੇ ਤੁਸੀਂ ਇਹ ਵੀ ਸੰਭੋਤਿਓ ਐਕਸ਼ਨ 'ਚ ਨਜ਼ਰ ਆ ਰਹੇ ਨੇ ਜੀ ਤੇ ਦੂਸਰੇ ਪਾਸੇ ਜਿਹੜੇ ਕਿਸਾਨ ਨੇ ਉਹ ਰੌਲਾ ਲਗਾਤਾਰ ਰਤਨ ਜੀ ਪਾਰੇ ਨੇ ਫਸਲ ਨੂੰ ਲੈ ਕੇ ਝੋਨੇ ਨੂੰ ਲੈ ਕੇ ਕਿ ਭਾਈ ਵਿਕਰੀ ਨਹੀਂ ਹੋ ਰਹੀ ਜੀ ਇਹ ਕਿਨਾਂ ਪਿੱਛੇ ਜੇ ਘਟਨਾ ਹੋ ਗਈ ਸੀ ਆਪਾਂ ਉਹ ਗੱਲ ਕਰਨੀ ਨਹੀਂ ਰਹੀ ਸੀ ਉਹ ਆਪਣੀ ਜਿਹੜੇ ਬਲਦੇਵ ਸਿੰਘ ਭਾਈ ਵਡਾਲਾ ਜੀ ਨੇ ਜੀ ਉਹਨਾਂ ਨੂੰ ਰੋਕਿਆ ਗਿਆ ਸੀ 에어ਪੋਰਟ ਦੇ ਉੱਪਰ ਤੇ ਉਹਨਾਂ ਦੀ ਦਸਤਾਰ ਵੀ ਕਿਹਾ ਗਿਆ ਸੀ ਕਿ ਤੁਸੀਂ ਉਤਾਰ ਕੇ ਚੈਕਿੰਗ ਕਰਵਾਓ ਤਾਂ ਉਹਨਾਂ ਨੇ ਉਹ ਇਨਕਾਰ ਕੀਤਾ ਸੀ ਤੇ ਉਹਨਾਂ ਨੂੰ ਵਾਪਸ ਭੇਜਤਾ ਗਿਆ ਸੀ ਉਹਨਾਂ ਦੀਆਂ ਟਿਕਟਾਂ ਕੈਨਸਲ ਕੀਤੀਆਂ ਗਈਆਂ ਸੀ ਤੇ ਇਹਦੇ ਵਿਚਕਾਰ ਇੱਕ ਹੋਰ ਖਬਰ ਆਈ ਸੀ ਕੈਨੇਡਾ ਤੋਂ ਹੀ ਜਿੱਥੇ ਇੱਕ ਸੂਬੇ ਦੇ ਵਿੱਚ ਦਸਤਾਰ ਦੇ ਉੱਪਰ ਪਾਬੰਦੀ ਲਗਾਈ ਗਈ ਸੀ ਕਿਊਬਿਕ ਸੂਬਾ ਸੀ ਜੀ ਤੇ ਉਹ ਕੈਨੇਡਾ ਦਾ ਇੱਕ ਜਿਵੇਂ ਆਪਣੇ ਰਾਜ ਹੁੰਦੇ ਆਵੇਂ ਸੂਬਾ ਤੇ ਉੱਥੇ ਵੀ ਪੱਗ ਦੇ ਉੱਪਰ ਰੋਗ ਲਗਾਈ ਗਈ ਸੀ ਤਾਂ ਉਹਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਕਿ ਭਈ ਮਣੀ ਮੁੱਟੀ ਪਹਿ ਕਦਮੀ ਕੀਤੀ ਜਾਵੇ ਤੇ ਉਹਨਾਂ ਚੀਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ। ਦੇਖੋ ਤੁਸੀਂ ਇਹ ਤਸਵੀਰ ਦੇਖੀ ਹੈ ਮਾਨ ਸਾਹਿਬ ਦੀ। ਹਾਂਜੀ। ਇਹ ਜਰਨਲ ਸਿੰਘ ਜੀ ਆਏ ਨੇ। ਹਾਂ। ਇਹਨਾਂ ਨੂੰ ਦਿੱਤਾਗਾ ਹਾਂ ਆਪਾਂ ਕਹਿ ਦਈਏ ਵੀ ਬੂਟਾ ਬੂਟਾ ਦਿੱਤਾਗਾ। ਹਾਂ। ਇਹ ਨਕਲੀ ਬੂਟਾ ਨਹੀਂ ਐਸਲੀ ਬੂਟਾ ਹੈਗਾ। ਹਾਂ। ਹੂੰ। ਤੇ ਸ਼ਾਇਦ ਜਰਨਲ ਸਿੰਘ ਵੀ ਕੋਈ ਪੁਲ ਦਾ ਕੰਮ ਕਰਨ। ਹਾਂ। ਜਾਂ ਕਰ ਰਹੇ ਹੁਣ। ਬਿਲਕੁਲ ਬਸ ਇਹਦਾ ਹਾਲਚਲ ਪੁੱਛਣ ਆਈ ਸੀ ਉਹਨਾਂ ਦਾ ਸਿਹਤ ਇਹ ਵੀ ਦਾ ਠੀਕ ਆ ਮੇਰੀ ਸਿਹਤ ਤਾਂ ਨਾ ਜੀ ਜੀ ਇਹ ਚ ਪਾਰਲਾ ਬਿਆਨ ਤੇ ਹੀ ਹੁੰਦਾ ਹੂੰ ਪਰ ਅੰਦਰ ਕੀ ਕੁਝ ਹੁੰਦਾ ਮੀਟਿੰਗਾਂ ਚ ਹੂੰ ਇਹ ਨਹੀਂ ਪਤਾ ਹੁੰਦਾ ਜੀ ਪਰ ਜਿਸ ਤਰੀਕੇ ਨਾਲ ਤਸਵੀਰ ਸਾਹਮਣੇ ਆ ਗਈ ਮੈਨੂੰ ਲੱਗਦਾ ਕਿ ਇਹ ਇੱਕ ਨਾਰਮਲ ਮੀਟਿੰਗ ਹੀ ਸੀ ਬਿਲਕੁਲ ਕਿ ਜੇਕਰ ਦੂਜੀ ਮੀਟਿੰਗ ਹੋਈ ਨਾ ਭੈੜੀ ਮੀਟਿੰਗ ਕਹਿੰਦੇ ਨੇ ਆ ਪਿੰਡਾਂ ਚ ਖਤਰਨਾਕ ਮੀਟਿੰਗ ਉਹਦੀਆਂ ਤਸਵੀਰਾਂ ਨਹੀਂ ਆਉਂਦੀਆਂ ਹੂੰ ਉਹਦੇ ਨਾਲ ਖਬਰਾਂ ਜਾਂ ਜਾਂ ਆਉਂਦੀਆਂ ਜਾਂ ਫਿਰ ਰੌਲੇ ਪੈਂਦੇ ਹੁੰਦੇ ਆ ਜੀ ਉਹ ਹੁਣ ਦੇਖੋ ਭਾਈ ਕੀ ਬੰਦ ਐ ਇਹਨਾਂ ਦਾ ਸੰਧਵਾ ਸਾਹਿਬ ਤਾਂ ਚੁੱਪ ਹੀ ਨੇ ਉਹ ਤਾਂ ਹਾਂ ਉਹ ਪੰਜਾਬ ਦੇ ਵੱਖ-ਵੱਖ ਦੌਰੇ ਕਰ ਰਹੇ ਨੇ ਪਰ ਉਹ ਚੁੱਪ ਨੇ ਪਈ ਤੇ ਜਿਹੜੇ ਆਰਤੀਆ ਭਾਈ ਉਹਨਾਂ ਨੇ ਹਜੇ ਤੱਕ ਪੰਜਾਬ ਸਰਕਾਰ ਦੇ ਨਾਲ ਜਾਂ ਛੇਲਰ ਮਾਲਕਾਂ ਦੀ ਸਹਿਮਤੀ ਨਹੀਂ ਬਣੀ ਜਿਹੜੇ ਛੇਲਰ ਮਾਲਕਾ ਤੇ ਹੁਣ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਵੇਗੀ 7 ਤਰੀਕ ਨੂੰ ਜੀ ਚਲੋ ਦੇਖਦੇ ਹਾਂ ਉਦੋਂ ਕੀ ਬੰਦ ਆ ਭਾਈ ਤੇ ਹੁਣ ਸੁਖਵੰਤ ਜੀ ਫਿਰ ਅਯਾਹਤ ਦੇ ਸਕਦੇ ਸਾਨੂੰ ਜੀ ਤੇ ਜਿਹੜਾ ਪ੍ਰੋਗਰਾਮ ਆਪਣਾ ਟੈਲੀਫੋਨ ਵਾਲਾ ਉਹ ਐਪ ਦੇ ਉੱਤੇ ਆ ਗਿਆ ਜਿਨੇ ਨਹੀਂ ਮੈਂਬਰਸ਼ਿਪ ਲਈਓ ਮੈਂਬਰਸ਼ਿਪ ਲੜੋ ਜਿਨੇ ਉਹ ਪ੍ਰੋਗਰਾਮ ਸੁਣਨਾ 28ਵਾਂ ਐਪੀਸੋਡ ਆ ਜਿਹੜਾ ਟੈਲੀਫੋਨ ਵਾਲਾ ਉਹ ਰਿਲੀਜ਼ ਹੋ ਚੁੱਕਿਆ ਹੈ ਹਾਂਜੀ ਤੇ ਉਹਦਾ ਆਪਣਾ ਵਿਸ਼ਾ ਸੀ ਸਰਪੰਚੀ ਚੋਣਾਂ ਨੂੰ ਲੈ ਕੇ ਜੀ ਤੇ ਜਿਹੜੇ ਦੋਸਤਾਂ ਨੇ ਅਜੇ ਤੱਕ ਐਪ ਨੂੰ ਡਾਊਨਲੋਡ ਨਹੀਂ ਕੀਤਾ ਉਹ ਕਰ ਲੈਣ ਭਾਈ ਸਬਸਕ੍ਰਾਈਬ ਵੀ ਕਰ ਲੈਣ ਤੇ ਸੁਜੋਗ ਵੀ ਭਾਈ ਤੁਸੀਂ ਜ਼ਰੂਰ ਕਰੋ ਜੀ ਚਲੋ ਜੀ ਆਪਾਂ ਹੁਣ ਜੀ ਮਿਲਦੇ ਹਾਂ ਆਪਾਂ ਜੀ ਮੰਗਲਵਾਰ ਨੂੰ ਸ਼ਾਮ 7 ਵਜੇ ਧੰਨਵਾਦ ਧੰਨਵਾਦ ਜੀ